ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਸਾਡੇ ਪਲੇਟਫਾਰਮ ਮਾਸਟਰ ਕਲਾਸਿਸ ਪਟਿਆਲਾ ਤੇ। ਸੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਆਪਾਂ ਟਰਾਈ ਕਰ ਰਹੇ ਹਾਂ ਪੰਜਾਬ ਦੇ PCS ਦਾ ਜਿਹੜਾ ਰਜਿਸਟਰ ਦਾ ਪੇਪਰ ਹੁੰਦਾ ਹੈ ਐਗਜ਼ੈਕਟਿਵ ਬ੍ਰਾਂਚ ਦਾ, ਉਹਦੇ 'ਚ ਅੱਜ ਤੱਕ ਜਿੰਨੇ ਵੀ ਤਿੰਨ ਪੇਪਰ ਹੋਏ ਅੱਜ ਤੱਕ 14, 17 ਤੇ 18, ਪੰਜਾਬ ਦੇ PCS ਲੈਵਲ ਦੇ ਪੰਜਾਬ ਦੇ ਕੁਐਸਚਨਸ ਕਿਵੇਂ ਦੇ ਆਉਂਦੇ ਆ ਅੱਜ। ਤੇ ਇੱਕ ਗੱਲ ਹੋਰ, ਜੇ ਸਪੋਜ਼ ਕਰੋ ਕਿਸੇ ਨੇ ਪੰਜਾਬ ਪੜ੍ਹਨਾ ਸ਼ੁਰੂ ਨਹੀਂ ਵੀ ਕੀਤਾ ਅਤੇ ਉਹ ਨਵੇਂ ਸਿਰੇ ਤੋਂ ਪੰਜਾਬ ਪੜ੍ਹਨਾ ਚਾਹੁੰਦਾ ਹੈ, ਤਾਂ ਉਹਦੇ ਵਾਸਤੇ ਸਭ ਤੋਂ ਵਧੀਆ ਚੀਜ਼ ਇਹ ਹੋਊਗੀ ਕਿ ਪੰਜਾਬ ਪੜ੍ਹਨ ਨੂੰ ਤੋਂ ਪਹਿਲਾਂ ਉਹ ਆਪਣੇ ਮਨ 'ਚ ਇਹ ਚੀਜ਼ਾਂ ਬਣਾ ਲਏ ਕਿ ਪੰਜਾਬ ਨੂੰ ਪੜ੍ਹਨ ਤੋਂ ਪਹਿਲਾਂ ਇਸ ਲੈਵਲ ਦੀ ਤਿਆਰੀ ਤੁਸੀਂ ਕਰਨੀ ਹੈ, ਕਿ ਇਸ ਤਰੀਕੇ ਦੇ ਸਵਾਲ ਪੰਜਾਬ ਦੇ PCS ਦੇ ਪੇਪਰ 'ਚ ਪੁੱਛੇ ਜਾਂਦੇ ਆ। ਅੱਜ ਤੱਕ ਜਿੰਨੇ ਵੀ ਤਿੰਨ ਪੇਪਰ PCS ਦੇ ਹੋਏ ਆ ਰਜਿਸਟਰ ਬ੍ਰਾਂਚ ਦੇ, ਐਗਜ਼ੈਕਟਿਵ ਬ੍ਰਾਂਚ ਦੇ ਬੇਸਿਕਲੀ, ਤਾਂ ਉਹਦੇ 'ਚ 35 ਸਵਾਲ ਪੰਜਾਬ ਦੇ ਆਏ ਆ। ਸੋ ਉਹਨਾਂ 35 ਸਵਾਲਾਂ ਦੇ ਥਰੂ ਪੰਜਾਬ ਦੀ ਪੋਲਿਟੀ, ਪੰਜਾਬ ਦੀ ਹਿਸਟਰੀ, ਪੰਜਾਬ ਦੀ ਜੋਗ੍ਰਾਫੀ ਨੂੰ ਛੂਹਣ ਦੀ ਕੋਸ਼ਿਸ਼ ਕਰਾਂਗੇ ਆਪਾਂ। ਸੋ ਲੈਟਸ ਸਟਾਰਟ। ਸਭ ਤੋਂ ਪਹਿਲਾ ਸਵਾਲ ਉਹਨਾਂ ਨੇ ਪਾਇਆ ਆਪਾਂ ਨੂੰ 2014 ਦੇ ਪੇਪਰ ਦਾ ਸਵਾਲ ਆ, ਕਹਿੰਦਾ ਜੀ ਪੰਜਾਬ ਦੀਆਂ ਜਿਹੜੀਆਂ ਨਦੀਆਂ ਸਤਲੁਜ, ਚਨਾਬ, ਬਿਆਸ ਅਤੇ ਜੇਹਲਮ, ਇਹਨਾਂ ਦੇ ਕਹਿੰਦੇ ਓਲਡ ਨਾਮ ਦੱਸੋ ਕੀ ਆ। ਦੇਖੋ ਪੰਜਾਬ ਦੀਆਂ ਜਿੰਨੀਆਂ ਵੀ ਨਦੀਆਂ ਹੈ ਨਾ, ਬੇਸਿਕਲੀ ਜੇ ਪੰਜ ਆਬ ਆ ਤਾਂ ਪੰਜ ਨਦੀਆਂ ਤਾਂ ਹੈ ਆ, ਉਹਨਾਂ ਪੰਜਾਂ ਨਦੀਆਂ ਨੂੰ, ਇਹ ਪੰਜੇ ਨਦੀਆਂ ਪੰਜਾਬ ਦੇ ਉਸ ਇਲਾਕੇ 'ਚ ਨੇ ਜਿੱਥੇ ਵੇਦਾਂ ਦੀ ਰਚਨਾ ਕੀਤੀ ਗਈ ਹੈ। ਸੋ ਇਸ ਕਰਕੇ ਆਹ ਜਿਹੜੇ ਨਾਮ ਨੇ ਨਾ, ਸਤੁਦਰੀ, ਅਸਕਿਨੀ, ਵਿਪਾਸਾ, ਵਿਤਾਸਤਾ, ਇਹ ਸਾਰੇ ਨਾਮ ਪੰਜਾਬ ਦੇ ਉਹਨਾਂ ਵੇਦਾਂ 'ਚ ਇਹਨਾਂ ਦਾ ਸਪਸ਼ਟ ਤੌਰ 'ਤੇ ਜ਼ਿਕਰ ਆ। ਇਸ ਕਰਕੇ ਕਦੇ ਵੀ ਸਾਨੂੰ ਪੁੱਛ ਲਏ ਕਿ ਪੰਜਾਬ ਦੇ ਵੇਦਾਂ 'ਚ ਨਦੀਆਂ ਨੂੰ ਕਿਹੜੇ ਨਾਮ ਨਾਲ ਬੁਲਾਇਆ ਗਿਆ ਹੈ, ਤਾਂ ਆਹੀ ਸੇਮ ਨਾਮ ਨੇ। ਜੇ ਸਾਨੂੰ ਕੋਈ ਪੁੱਛ ਲਏ ਕਿ ਪੰਜਾਬ ਦੀਆਂ ਨਦੀਆਂ ਦੇ ਹੋਰ ਕਿਸੇ ਭਾਸ਼ਾ 'ਚ ਨਾਮ ਹੈਗੇ ਆ ਕਿ ਨਹੀਂ, ਤਾਂ ਤੁਹਾਨੂੰ ਇੱਕ ਗੱਲ ਸਮਝ ਆ ਜਾਣੀ ਚਾਹੀਦੀ ਹੈ ਕਿ ਪੰਜਾਬ 'ਤੇ ਗ੍ਰੀਕ ਹਮਲੇ ਵੀ ਹੋਏ ਆ। ਜੇ ਤੁਸੀਂ ਪੰਜਾਬ ਦੀ ਹਿਸਟਰੀ ਆਪਣੇ ਲੈਕਚਰਸ 'ਚੋਂ ਸਟਾਰਟ ਕਰੋਗੇ ਨਾ, ਤਾਂ ਸਭ ਤੋਂ ਪਹਿਲਾ ਟੋਪਿਕ ਆ ਪੰਜਾਬ ਇਨ ਐਂਸ਼ੀਅੰਟ ਐਂਡ ਮਡੀਵਲ ਇੰਡੀਆ, ਮਤਲਬ ਪੰਜਾਬ ਇਨ ਐਂਸ਼ੀਅੰਟ ਐਂਡ ਮਡੀਵਲ ਟਾਈਮ, ਮੱਧਕਾਲੀਨ ਅਤੇ ਪ੍ਰਾਚੀਨ ਸਮੇਂ ਵਿੱਚ ਪੰਜਾਬ। ਉੱਥੇ ਮੈਂ ਜ਼ਿਕਰ ਕੀਤਾ ਹੈ ਕਿ ਪੰਜਾਬ 'ਤੇ ਬਹੁਤ ਬਾਹਰੋਂ ਹਮਲਾਵਰ ਆਏ ਆ। ਤੁਸੀਂ ਕਹੋਗੇ ਪੰਜਾਬ ਦੀ ਬਹੁਤ ਵੱਡੀ ਹਿਸਟਰੀ ਹੈ, ਬਿਲਕੁਲ। ਜਿਹੜੀ ਤੁਸੀਂ ਇੰਡੀਆ ਦੀ ਹਿਸਟਰੀ ਦੀ ਗੱਲ ਕਰਦੇ ਹੋ, ਇੰਡੀਆ ਦੇ ਵਿੱਚ ਯੂਰੋਪੀਅਨਸ ਤਾਂ ਸਾਊਥ ਇੰਡੀਆ ਵਾਲੀ ਸਾਈਡ ਤੋਂ 16ਵੀਂ ਸਦੀ ਤੋਂ ਬਾਅਦ ਆਉਣੇ ਸ਼ੁਰੂ ਹੋਏ ਆ, ਜਾਂ 15ਵੀਂ 14ਵੀਂ ਸਦੀ ਤੋਂ ਬਾਅਦ ਆਉਣੇ ਸ਼ੁਰੂ ਹੋਏ ਆ ਯੂਰੋਪੀਅਨਸ। ਜਿਹੜੇ ਇਸ ਤੋਂ ਪਹਿਲਾਂ ਦੇ ਹਮਲਾਵਰ ਆਏ ਆ ਉਹ ਸਾਰੇ ਪੰਜਾਬ ਦੇ ਥਰੂ ਹੀ ਤਾਂ ਆਏ ਆ, ਮਤਲਬ ਪੰਜਾਬ ਵਾਸ ਗੇਟਵੇ ਫੋਰ ਸੈਂਟਰਲ ਏਸ਼ੀਅਨ ਐਂਡ ਯੂਰੋਪੀਅਨ ਕੰਟਰੀਜ਼। 15ਵੀਂ ਸਦੀ ਤੋਂ ਪਹਿਲਾਂ ਪੰਜਾਬ ਇਹਨਾਂ ਵਾਸਤੇ ਦਰਵਾਜ਼ਾ ਹੁੰਦਾ ਸੀ। ਸੋ ਜਿਹੜਾ ਵੀ ਹਮਲਾਵਰ ਇੰਡੀਆ 'ਤੇ ਹਮਲਾ ਕਰਨ ਆਊਗਾ, ਨੈਚੁਰਲ ਜੀ ਗੱਲ ਆ, ਪੰਜਾਬ ਦੇ ਰਾਜਿਆਂ ਨਾਲ ਲੜਦਾ ਭਿੜਦਾ ਆਊਗਾ। ਇਸ ਕਰਕੇ ਇਹਨਾਂ ਬਾਹਰਲੇ ਲੋਕਾਂ ਨੇ ਵੀ ਨਦੀਆਂ ਨੂੰ ਕੁਛ ਨਾਮ ਦਿੱਤੇ ਆ। ਸੋ ਪੰਜਾਬ ਦੀਆਂ ਜਿਹੜੀਆਂ ਪੰਜ ਨਦੀਆਂ ਹੈ ਉਹਨਾਂ ਦੇ ਜਾਂ ਤਾਂ ਪੰਜ ਵੈਦਿਕ ਨਾਮ ਪੁੱਛੇ ਜਾਂਦੇ ਆ ਅਤੇ ਜਾਂ ਪੁੱਛੇ ਜਾਂਦੇ ਆ ਪੰਜ ਗ੍ਰੀਕ ਨਾਮ। ਮੈਂ ਇਹਨਾਂ ਬਾਰੇ ਗੱਲ ਕਰਦਾ, ਆਂਸਰ ਫਿਰ ਦੇਖਦੇ ਹਾਂ। ਸਤਲੁਜ, ਇਹਨੂੰ ਵੈਦਿਕ ਨਾਮ ਸਤੁਦਰੀ ਆ ਅਤੇ ਇਹਨੂੰ ਗ੍ਰੀਕ ਲੋਕ ਜਿਹੜੇ ਆ ਹੈਡਿਸਰੋਸ ਦੇ ਨਾਮ ਨਾਲ ਜਾਣਦੇ ਆ। ਸੇਮ ਬਿਆਸ, ਵੈਦਿਕ ਨਾਮ ਵਿਪਾਸਾ ਹੈ ਅਤੇ ਇਹਨੂੰ ਹਾਈਫਾਸਿਸ ਨਾਮ ਨਾਲ ਜਾਣਦੇ ਆ ਗ੍ਰੀਕ ਲੋਕ, ਯੂਨਾਨੀ ਲੋਕ ਆ ਜਿਹੜੇ। ਰਾਵੀ ਦਾ ਨਾਮ ਆ ਪਰਸੂਨੀ ਅਤੇ ਹਾਈਡਰੋਐਟਿਸ ਦੇ ਨਾਮ ਨਾਲ ਜਾਣਿਆ ਜਾਂਦਾ ਇਹਨੂੰ ਗ੍ਰੀਕ ਲੋਕਾਂ ਦੁਆਰਾ। ਚਨਾਬ ਦਾ ਨਾਮ ਆ ਅਸਕਿਨੀ ਅਤੇ ਐਸੇਕਨਾਈਨਸ, ਠੀਕ ਆ, ਇਸ ਨਾਮ ਨਾਲ ਜਾਣਿਆ ਜਾਂਦਾ ਇਹਨੂੰ ਯੂਰੋਪ ਯੂਨਾਨੀ ਲੋਕਾਂ ਦੁਆਰਾ। ਜੇਲਮ, ਵਿਤਾਸਤਾ ਅਤੇ ਹਾਈਦਸਪਸ, ਇਹ ਇਹਦਾ ਗ੍ਰੀਕ ਨਾਮ ਆ। ਸੋ ਆਹ ਦੋ ਆਹ ਨਦੀ ਆਪਣੇ ਆਪ 'ਚ ਬੜੀ ਇੰਪੋਰਟੈਂਟ ਆ, ਬਿਕੋਜ਼ ਇਸੇ ਨਦੀ ਦੇ ਕੰਢੇ 'ਤੇ ਉੱਥੋਂ ਅੰਬੀ ਦੇ ਰਾਜੇ ਨੂੰ, ਯਾਨੀ ਕਿ ਅਫਗਾਨਿਸਤਾਨ ਦੇ ਰਾਜੇ ਨੂੰ ਹਰਾਇਆ ਸੀਗਾ ਸਿਕੰਦਰ ਨੇ। ਅਤੇ ਉਸ ਤੋਂ ਬਾਅਦ ਦੂਜੀ ਗੱਲ, ਹਾਈਫਾਸਿਸ, ਇਹ ਉਹ ਨਦੀ ਆ ਜਿੱਥੋਂ ਸਿਕੰਦਰ ਦੀਆਂ ਸੈਨਾ ਮੁੜ ਕੇ ਗਈਆਂ ਸੀ। ਸੋ ਸਾਨੂੰ ਏਨਸ਼ੀਅੰਟ ਹਿਸਟਰੀ ਪੜ੍ਹਦੇ ਹੋਏ ਇੱਕ ਗੱਲ ਦਾ ਖਾਸ ਪਤਾ ਹੋਣਾ ਚਾਹੀਦਾ ਹੈ ਕਿ ਭਾਰਤ ਦਾ ਜਿਹੜਾ ਪ੍ਰਾਚੀਨ ਇਤਿਹਾਸ ਆ ਉਹ ਕੀ ਆ, ਉਹ ਇਹਨਾਂ ਪੰਜ ਨਦੀਆਂ ਦੇ ਆਲੇ ਦੁਆਲੇ ਘੁੰਮਦਾ ਹੈ। ਇਹਨਾਂ ਪੰਜਾਂ ਦੇ ਨਾਮ ਤੁਹਾਨੂੰ ਇਸ ਪੇਪਰ 'ਚ ਸਿੱਧੇ ਸਿੱਧੇ ਦਿੱਤੇ ਗਏ ਸੀਗੇ। ਸਤਲੁਜ ਦਾ ਸਤੁਦਰੀ, ਚਨਾਬ ਦਾ ਅਸਕਿਨੀ, ਬਿਆਸ ਦਾ ਵਿਪਾਸਾ ਅਤੇ ਜੇਹਲਮ ਦਾ ਵਿਤਾਸਤਾ। ਸੋ ਆਪਣੇ ਆਪ 'ਚ ਬੜਾ ਇੰਪੋਰਟੈਂਟ ਕੋਨਸੈਪਟ ਸੀਗਾ। ਸੋ ਆਪਾਂ ਨੂੰ ਪਤਾ ਲੱਗ ਗਿਆ ਕਿ ਜਦੋਂ ਵੀ ਤੁਸੀਂ ਪਹਿਲਾ ਚੈਪਟਰ ਪੜ੍ਹੋ ਪੰਜਾਬ ਇਨ ਐਂਸ਼ੀਅੰਟ ਐਂਡ ਮਡੀਵਲ ਟਾਈਮ, ਤਾਂ ਤੁਹਾਡੇ ਦਿਮਾਗ 'ਚ ਇੱਕ ਗੱਲ ਆਉਣੀ ਚਾਹੀਦੀ ਹੈ ਕਿ ਕੀ ਤੁਸੀਂ ਪੰਜਾਬ ਦੀਆਂ ਨਦੀਆਂ ਬਾਰੇ ਗ੍ਰੀਕ ਨਾਮ ਜਾਣਦੇ ਹੋ, ਉਹਨਾਂ ਦੇ ਵੈਦਿਕ ਨਾਮ ਜਾਣਦੇ ਹੋ। ਸੋ ਪਹਿਲਾ ਚੈਪਟਰ ਜਿਹੜਾ ਪੰਜਾਬ ਇਨ ਐਂਸ਼ੀਅੰਟ ਐਂਡ ਮਡੀਵਲ ਟਾਈਮ ਉਹਨੂੰ ਬਿਲਕੁਲ ਵੀ ਸਕਿੱਪ ਨਾ ਕਰਿਓ। ਨੈਕਸਟ ਅੱਗੇ ਆ ਜਾਓ। ਹੁਣ ਅਗਲਾ ਸਵਾਲ ਆਪਣੇ ਕੋਲ ਆ ਗਿਆ ਕਿ ਕਾਗਜ਼ 'ਤੇ ਕਨਵਸ ਕਿਹਦੀ ਲਿਖੀ ਹੋਈ ਹੈ।
देखो एक गल तो क्लीयर आ कि पंजाब दे लिटरेचर चों सवाल पंजाब दे पीसीएस दे पेपर च जां होर पीपीएससी दे पेपर च बनदा ही बनदा है। तो पंजाब च कई ऑथर होए आ पंजाब च लिटरेच जे पंजाब दे लिटरेचर नूं समझना है ना तो सानू गोरखनाथ बाबा फरीद तो शुरू होना पऊगा। फिर उस तो बाद सिख इतिहास लिखिया गया ठीक है, गुरु ग्रंथ साहब नूं लैके भी आपां नूं पता है कि गुरु ग्रंथ साहिब वाली बाणी जिहड़ी आ ठीक है उस तो पहला पोथियां च हुंदी सी, फिर उस तो बाद आदि ग्रंथ बनिया, फिर उस तो बाद गुरु ग्रंथ साहिब दी बीड बनी, फिर उस तो बाद होर भी इस सिख लिटरेचर जिहड़ा है वह लिखिया गया ठीक है। सो आपां नूं इक गल चंगी तरह पता है कि फिर उस तो बाद साडा जिहड़ा लिटरेचर आ वह आधुनिक हो गया मॉडर्न हो गया। भाई वीर सिंह तो लैके अज फिर शिव कुमार बटालवी का दौर आया, अमृता प्रीतम का दौर आया, दलीप कौर टिवाणा का दौर आया। सो पंजाब के जिहड़े भी हिस्टो राइटर्स ने लिटरेचर आ पंजाब का यह बेसिकली दो हिस्सों वंडिया होया है, एक मध्यकालीन मडीवियल तो एक मॉडर्न। जिहड़ा वीर सिंह जिहड़ा है उस तो पुराना लिटरेचर जिहड़ा है उन्हें मडीवियल च किया जाऊगा, उन्हों तो अगले लिटरेचर नूं आधुनिक यानी कि मॉडर्न लिटरेचर किया जाऊगा। सो कहिंदे गल कागज़ ते कनवस दी तां बाद च कर लैंदे आ कि ये अमृता प्रीतम की लिखी हुई रचना है जिहदे वास्ते इन्हां नूं जननपीठ मिलिया सीगा। इन्हां दीआं कई रचनावां बहुत मशहूर हुई सुनेड़े जिहदे वास्ते इन्हां नूं साहित्य अकैडमी अवार्ड भी मिलिया सी। गल ये आ कि जे असीं इन्हां बारे समझण की कोशिश करिए तां जे प्रोफेसर पूरन सिंह बारे कुछ कॉन्सैप्ट कुछ फैक्ट जिहड़े आ उह पता लगने बहुत जरूरी है। जिवें आपां कह दिंदे आ खुली कविता वारतक फ्री वर्स जिहनूं आपां कह दिंदे आ, पंजाबी लिटरेचर विच फ्री वर्स लैके आउण वाले शख्स का नाम सीगा प्रोफेसर पूरन सिंह। नैक्सट इस तो बाद कुछ फैक्ट्स जिहड़े आ प्रोफेसर मॉडर्न प्रोफेसर मोहन सिंह आ जिहड़े इन्हां नूं पंजाब दे आधुनिक कवि वल्लों जाणिया जांदा है, मतलब फादर ऑफ मॉडर्न पंजाबी पोएट्री। संत सिंह सेखों 21वीं सदी 20वीं सदी का एक अजिहे राइटर ने जिहड़े 1916-17 दे अराउंड रशिया च होई प्रांत क्रांति तो बड़े प्रभावित सी। इन्हां दीआं जिन्नियां वी रचनावां तुसीं पढ़ोगे ना संत संतोख सिंह दीआं ठीक सॉरी संत सिंह सेखों दीआं ये सारियां रचनावां तुहानूं लैफ्ट यानी कि खब्बे पक्खियां तों प्रभावित मिलणगियां। सो संत सिंह सेखों बारे पढ़ते हुए बहुत ध्यान रखना है, इन्हां नूं पंजाबी लिटरेचर का बाबा बोर्ड कहा जाता है। उस तो बाद शिव कुमार बटालवी आ गए, 37 साल की उम्र च इन्हां दा देहांत हो गया सीगा ठीक है, ते पंजाब दे उग्गे कवि रहे आ, साहित्य अकैडमी अवार्ड इन्हां नूं मिलिया सी इन्हां दी रचना लूणा वास्ते। असीं लूणा की कहानी सुनते हैं ठीक है, पूर्ण भगत की मदर यानी कि मतरई माँ, तो जे तुहाडे चों किसी नहीं सुनी कि कौन सी पूर्ण भगत कौन सी राणी इच्छरा तो कौन सी राणी लूणा तो मैनू लगता है कि तुहानू थोड़ा जा पंजाबी इतिहास के टच च जाना चाहिए ठीक है। सो उस रचना वास्ते इन्हां नूं साहित्य अकैडमी मिलिया सी। अमृता प्रीतम इन्हां नूं दो टॉप लिटरेरी अवार्ड मिल चुके हैं, एक मिलिया इन्हां नूं कागज़ ते कनवस वास्ते जिहड़ा भारतीय जननपीठ है जिहड़ा कि हर साल किसी एक बंदे नूं मिलता है, ते एक इन्हां नूं मिलिया है सुनेहड़े वास्ते वह मिलिया साहित्य अकैडमी, वह हर साल हर भाषा के किसी एक बंदे नूं मिलता है। इस करके साहित्य अकैडमी हर साल किसी पंजाबी नूं मिलेगा तो श्योर आ, पर जननपीठ की यह कोई खासियत नहीं हैगी, यह सिर्फ अज तक दो पंजाबियों नूं मिलिया है। इस तो बाद गुरदयाल सिंह दूजे पंजाबी ने जिन्हां नूं जननपीठ मिलिया है, जननपीठ लैण वाले पंजाबी तां सिर्फ दो ही ने ठीक है। ये एक खासियत यह आ कि दोवां नूं जननपीठ मिलिया किहदे वास्ते आ, अमृता प्रीतम नूं मिलिया है कागज़ ते कनवस वास्ते, गुरदयाल सिंह नूं जनरपीत मिलिया है ओवरऑल लिटरेचर च अपने कॉन्ट्रीब्यूशन वास्ते, इन्हां नूं स्पैसिफिकली किसी किताब लई नहीं मिलिया। सो यह भी गल याद रखियो, जनरपीत जिहड़ा है बिरला फाउंडेशन दा है, ते इहदी खासियत यह है कि यह हर साल हर भाषा वाले नूं नहीं मिलता, हर साल किसी एक भाषा वाले नूं मिलता है। नैक्सट उस तो बाद आ गया कि एक सरस्वती सम्मान, यह एक तीसरा सम्मान आ जिहड़ा कि अपने आप च इंडिया पद्धर ते बड़ा इंपोर्टेंट आ, यह सिर्फ 3 पंजाबियों नूं मिलिया है। उन्हां चों सब तो पहले पंजाबी ने दलीप कौर टिवाणा जी कथा कहो उर्वशी, सुरजीत पात्र लफजां दी दरगाह, ते हरभजन सिंह नूं अपनी कवितावां दा संग्रह सी उन्हां दा एक रुख ते रिशि। अजकल तां पेपर च भी पुछ लैंदे आ कि रुख ते रिशि की आ, कहानी आ कवितावां दी कंपाइलेशन कि जां इक नाटक आ जां की आ, सानूं इह वी नहीं पता लगदा कई वार। सो बड़े कंसैप्चुअल जे सवाल बन जांदे आ। देखो गल्लां उही ने पंजाब दे लिटरेचर चों जिहड़े 4 फैक्ट मैनूं लग्गिया कि इंपोर्टेंट सी, बाकी तां मैं लिटरेचर वाले टॉपिक च थोरोली करने ही करने आ कवर, पर जिहड़े मैनूं लग्गिया कि तुहाडे सामने होने चाहिए सी उह मैं जरूर कवर करते। नैक्सट उस तो बाद अगला सवाल पंजाब पीसीएस दा कि पंजाब दे बाबा बोर्ड पंजाबी साहित्य दे पंजाबी लिटरेचर दे बाबा बोर्ड किहनूं कहा जांदा है।
संत सिंह सेखों बारे असी घट पढ़ते हैं पर सानू पता होना चाहिए उन्होंने बारे कि वह कौन ने ते की हिसाब रहा है उन्हों का पंजाबी लिटरेचर च की कॉन्ट्रीब्यूशन आ खब्बे पक्षी साहित जाने कि लैफ्ट तो इनफ्लुएंस्ड होकर लिटरेचर इन्होंने बहुत ज़्यादा लिखिया है। नैक्सट उस तो बाद अगले सवाल पर आ जाओ। अगला सवाल यह कहता है कि केड़ा मेला कित्थे लगता है? ठीक है, सो शाह हुसैन का मेला, जर्ग का मेला, रौजा शरीफ का मेला, तो हैदर शेख। ये टॉपिक तुहानू अपने कोर्स के आर्ट एंड आर्कीटेक्चर जिन्हों आप कह दें कला तो भवन कला वो मिलेगा। वो मैं पंजाब के मेले, पंजाब दीयां बिल्डिंग्स, पंजाब के गुरद्वारे, पंजाब के मंदिर, तो सब कुछ पंजाब का कवर करने की कोशिश की है। ठीक है, उत्थे तो पूरी डिटेल आ, बड़े थर्मे ना सुने हो, पर इतने मैं इन चारा बारे दसना बहुत जरूरी है। आ जाओ एक एक गल करते हैं। हैदर शेख का मेला लगता है मलेरकोटले, मनिया जाता है कि ये मई जून के महीने होंगे मेला। तो इत्थे जे कोई बे औलादा अरदास करे जां परमा उन्हां दे अगे जाके अपना मंग रखे तो परमात्मा जां खुदा उन्हां दी सुनदा जरूर है। हैदर शेख का मेला लगता है मलेरकोटले। उस तो बाद शाह हुसैन, वैसे जे तुसी शाह हुसैन बारे सुनिया होवे ना तां पंजाबी लिटरेचर सुनिया होगा। ठीक है, असी कहने कि बुला तू की जाना कौन, असी बुले शाह नूं उहदां दीआं काफियां वास्ते जाणदे हां। काफियां एक तरीके का एक एक लाइन च अपनी गल नूं कहण दा एक तरीका हुंदा है। बुले शाह दीआं काफियां मशहूर तो बहुत ने, पर सानूं इह पता होना चाहिए है कि काफियां की शुरुआत बुले शाह तो नहीं हुई, उस तो पहला काफियां की शुरुआत कर चुके सी शाह हुसैन। तो मैं तुहानूं दसदा शाह हुसैन का मेला लगता है लाहौर उन्हां दी दरगाह ते। पंजाब च उन्हां दा मेला जां जशन मनाया जाता है नकोदर, सो ए जलंधर एरिए। सो सब तो इंपॉर्टेंट गल तो सानू पता लग गया कि शाह हुसैन नूं असीं उन्हां दीआं पायोनियर ऑफ काफीज़ वास्ते जानते हैं। ठीक है, बुलिया तू की जग तो पाउणा, इधरों पुटना तो उधर लाउणा, एक काफ़ी दी एक काफ़ी है। सो ये बुले शाह दीआं काफ़ियां तो सानू पता है, पर असीं शाह हुसैन नूं इगनोर कर जाते हैं जदों काफ़ियां दी गल करते हैं, क्योंकि साढ़े जिन्ने अजकल दे सिंगर आ इन्हां ने बुले शाह दीआं काफ़ियां तो लिखियां है, पर शाह हुसैन दीआं काफ़ियां ते कोई बहुता ज़्यादा फोकस हो नहीं सकिया। खैर सानू यह भी पता लग गया कि पायोनीयर इन्हों का मेला पंजाब च, वैसे तो इन्हों का मेला लगता है लाहौर इन्हों की दरगाह से, पंजाब च इन्हों का मेला नकोदर लगता है। उस तो बाद जर्ग का मेला, जिथे कि कह लो कि आपको पता है कि लुधियाने का जरा खन्ने तो लुधियाने जाइए तो पायल पिंड उत्थे लगता है मार्च अप्रैल के महीने, जिथे गुलगुले खवाए जाते हैं डंकीज़ नूं, ते शीतला माता दी जगह पर यह मेला लगता है। सो जर्ग का मेला भी अपने आप च एक इंपॉर्टेंट मेला है, लुधियाने जिले का मेला है, बिकॉज लुधियाने जिले च दो मेले आ, एक अमृतसर वाले जीटी रोड से लगता है वो पायल पिंड च, वो जर्ग का मेला है, एक जदों आप लुधियाने तो जगराऊं वाल जाने उत्थे लगता रोशनियां का मेला। दोवां मेलों का जिला लुधियाना ही आ, पर इन दोवां मेलों च कभी कन्फ्यूज ना हो जाइओ कि जगराऊं, जगराऊं च भी जग का शब्द आता लाइट्स का मेला जिहड़ा। ठीक है, सो सानू ये चीज़ा पता होनियां चाहीदियां। नैक्सट रौजा शरीफ, रौजा शरीफ की दर यह मेला लगता है शेख अहमद फरूक सरहिंदी। ये बेसिकली अकबर के वेले दे एक इन्हां दे चंगा लिटरेरी काम किया होया अकबर ते जहांगीर के वेले ते। ठीक है, सो उन्हां दी याद च ये मेला जिहड़ा है ये फतेहगढ़ साहब जिला है। ठीक है, उत्थे मनाया जाता है। सो सानू इन्हां बारे पता होना चाहिए है। ये चार मेलों का जिक्र इस सवाल च आया सीगा, सो सवाल नू अटैम्प्ट करना अपने आप च काफ़ी आसान हो गया अपने वास्ते कि नकोदर तो लगता है शाह हुसैन का मेला, मलेरकोटले लगता है हैदर शेख का मेला, लुधियाने जाने के पायल लगता है जर्ग का मेला, तो सरहंद लगता है रोजा शरीफ का मेला। सो बहाने सिर चार मेले पांच मेले याद हो गए, एक दो मेलों का मैं जिक्र करता, बाकी बहुत आ जोड़ मेला हो गया, जां माघी का मेला हो गया, विसाखी हो गई, ये सारे मेले किसी किसी एरिए किसी किसी लोके इंपॉर्टेंट मैं सोर्स भी दसदा जाना है, तुसी ये चीज़ां नूं याद नहीं कर पाओगे। ठीक है, ये अपनी ऐप दे विच आर्ट एंड आर्कीटेक्चर ये टॉपिक सीगे जिहड़े किसी कारण करके पेंडिंग पए सी, हुण इन्हां ते वक्खरियां वक्खरियां वीडियोज़ बन के ये तुहाडे कोर्स च कंप्लीट हो रहे हैं, तां जो पूरी थोरोली तुहानूं हर एक चीज़ पता लग सके। नैक्सट उस तो बाद अगे आ जाओ जी। अगला सवाल की कहिंदा है, कहिंदा आनंदपुर शहर की स्थापना। देखो तुहानूं शायद पता होवे गल कि आनंदपुर शहर शहर का जिक्र सिख धर्म च उदों आउंदा जदों सिख धर्म के नौवें गुरु आए। नौवें गुरु जे तुसी देखो तो अपना हरियाणे के जींद के कोल तमधाम साहब एक जगह है, उत्थे अपना सेंटर बनाना चाहते थे तमधाम साहब, क्योंकि दिल्ली के नेड़े सी। पर उस तो बाद की होया कि उन्हां नूं थोड़ा जिहा लग्या कि नहीं कोई सेफ जगह चाहिए है,
ਤਾਂ ਫਿਰ ਉਹਨਾਂ ਨੇ ਆਪਣੀ ਜਿਹੜੀ ਇਹ ਇਹ ਜਗ੍ਹਾ ਨੂੰ ਇੱਥੋਂ ਸ਼ਿਫਟ ਕਰਕੇ ਮੱਖੋਵਾਲ ਜਿਹੜਾ ਕਿ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਬਿਲਕੁਲ ਆਊਟਸਕਰਟਸ 'ਤੇ ਇੱਕ ਪਿੰਡ ਆ ਉੱਥੇ ਜਾ ਕੇ ਜਗ੍ਹਾ ਲਈ। ਠੀਕ ਆ, ਹੁਣ ਤੁਸੀਂ ਮੈਨੂੰ ਦੱਸੋਗੇ ਕਿ ਉੱਥੇ ਜਗ੍ਹਾ ਬਿਲਾਸਪੁਰ ਦੀ ਕਿਹੜੀ ਰਾਣੀ ਤੋਂ ਲਈ? ਠੀਕ ਆ, ਬਿਕੋਜ਼ ਗੁਰੂ ਜੀ ਉੱਥੇ ਬਿਲਾਸਪੁਰ ਦੇ ਰਾਜੇ ਦੀ ਡੈਥ 'ਤੇ ਉਹਦਾ ਹਿਰਖ ਕਰਨ ਗਏ ਸੀ, ਮਤਲਬ ਅਫਸੋਸ ਕਰਨ ਗਏ ਸੀਗੇ। ਉੱਥੇ ਉਹਨਾਂ ਦੀ ਰਾਣੀ ਨੇ ਉਹਨਾਂ ਨੂੰ ਇਹ ਜਗ੍ਹਾ ਦਿੱਤੀ। ਠੀਕ ਆ, ਉੱਥੇ ਨੌਵੇਂ ਗੁਰੂ ਨੇ ਆਪਣੀ ਮਦਰ ਚੱਕ ਨਾਨਕੀ ਦੇ ਨਾਂ 'ਤੇ ਇਸ ਜਗ੍ਹਾ ਦੀ ਸਥਾਪਨਾ 1665 ਈਸਵੀ 'ਚ ਕੀਤੀ। ਉਹੀ ਅੱਗੇ ਜਾ ਕੇ ਅਨੰਦਪੁਰ ਸਾਹਿਬ ਬਣਿਆ ਅਤੇ ਅਨੰਦਪੁਰ ਸਾਹਿਬ ਨੂੰ ਕਿਲਿਆਂ ਦੀ ਧਰਤੀ ਇਸ ਕਰਕੇ ਕਿਹਾ ਜਾਂਦਾ ਹੈ ਬਿਕੋਜ਼ ਮੈਂ ਇਹ ਦੱਸਣਾ ਜ਼ਰੂਰੀ ਸਮਝਦਾ ਕਿ ਅਨੰਦਪੁਰ ਸਾਹਿਬ ਦੀ ਸਥਾਪਨਾ ਗੁਰੂ ਤੇਗ ਬਹਾਦਰ ਜੀ ਦੁਆਰਾ ਕੀਤੀ ਗਈ। ਪਰ ਇੰਪੋਰਟੈਂਟ ਗੱਲ ਇਹ ਨਹੀਂ, ਇੰਪੋਰਟੈਂਟ ਗੱਲ ਆ ਉੱਥੇ ਬਣੇ ਹੋਏ 5 ਕਿਲੇ। ਇੱਕ ਕਿਲਾ ਹੈਗਾ ਜੀ ਉੱਥੇ ਕੇਸਗੜ੍ਹ ਸਾਹਿਬ, ਠੀਕ ਆ, ਜਿੱਥੇ ਕਿ ਮਤਲਬ ਕਿ ਕਹਿ ਲਓ ਜਿੱਥੇ ਅਨੰਦਪੁਰ ਸਾਹਿਬ ਦੀ ਜਿੱਥੇ ਜਿਸ ਦੀ ਸ਼ੁਰੂਆਤ 30 ਮਾਰਚ 1699 ਨੂੰ ਹੋਈ। ਇੱਕ ਉੱਥੇ ਹੈਗਾ ਕਿਲਾ ਅਨੰਦਗੜ੍ਹ, ਠੀਕ ਆ, ਜਿਹਦੇ ਜਿਹੜਾ ਬਿਲਕੁਲ ਸ਼ਹਿਰ ਦੇ ਸੈਂਟਰ 'ਚ ਆ। ਤੀਸਰਾ ਕਿਲਾ ਉੱਥੇ ਲੋਹਗੜ੍ਹ, ਜਿੱਥੇ ਗੁਰੂ ਜੀ ਨੇ ਆਰਮਸ ਦੀ ਫੈਕਟਰੀ ਲਾਈ ਸੀ ਜਦੋਂ ਕਿ ਗੁਰੂ ਜੀ ਅਨੰਦਪੁਰ ਦੀਆਂ ਲੜਾਈਆਂ ਲੜਦੇ ਸੀ। ਚੌਥਾ ਕਿਲਾ ਉੱਥੇ ਹੈਗਾ ਆਗਮਗੜ੍ਹ, ਜਿਹਨੂੰ ਹੋਲਗੜ੍ਹ ਵੀ ਕਿਹਾ ਜਾਂਦਾ ਹੈ, ਠੀਕ ਆ, ਜਿੱਥੇ ਹੋਲਾ ਮਹੱਲਾ ਸੈਲੀਬ੍ਰੇਟ ਕੀਤਾ ਜਾਂਦਾ ਹੈ। ਪੰਜਵਾਂ ਕਿਲਾ ਉੱਥੇ ਹੈਗਾ ਕਿਲਾ ਫਤਿਹਗੜ੍ਹ, ਜਿਹੜਾ ਕਿ ਗੁਰੂ ਜੀ ਨੇ ਸ਼ਹਿਰ ਦੀ ਪ੍ਰੋਟੈਕਸ਼ਨ ਵਾਸਤੇ ਬਣਾਇਆ ਸੀ। ਮਤਲਬ ਇਹ ਅਸੀਂ ਅਨੰਦਪੁਰ ਨੂੰ ਸਿਰਫ ਅਨੰਦਪੁਰ ਹੀ ਸਮਝਦੇ ਹਾਂ, ਪਰ ਸਾਨੂੰ ਕਦੀ ਨੋਟਿਸ ਨਹੀਂ ਕਿ ਅਨੰਦਪੁਰ ਸ਼ਹਿਰ ਦੇ ਵਿੱਚ ਵੀ 5 ਕਿਲੇ ਆ। ਮੈਂ ਦੁਬਾਰਾ ਰਿਪੀਟ ਕਰ ਰਿਹਾ, ਕਿਲਾ ਫਤਿਹਗੜ੍ਹ, ਕਿਲਾ ਆਗਮਗੜ੍ਹ, ਕਿਲਾ ਲੋਹਗੜ੍ਹ, ਕਿਲਾ ਅਨੰਦਗੜ੍ਹ ਅਤੇ ਕਿਲਾ ਕੇਸਗੜ੍ਹ, ਇਹ 5 ਕਿਲੇ ਅਨੰਦਪੁਰ ਸਾਹਿਬ ਨਾਲ ਐਸੋਸੀਏਟਡ ਆ। ਬਿਕੋਜ਼ ਮੈਨੂੰ ਸੀਗਾ ਕਿ ਜੇ ਮੈਂ ਅਨੰਦਪੁਰ ਸਾਹਿਬ ਬਾਰੇ ਬਾਕੀ ਜਾਣਕਾਰੀ ਤੁਹਾਨੂੰ ਦੇਵਾਂ ਤਾਂ ਤੁਹਾਨੂੰ ਪਤਾ ਹੀ ਆ। ਸੋ ਆਹ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਪੜ੍ਹਨੀਆਂ ਬਹੁਤ ਜ਼ਰੂਰੀ ਹੈ। ਇਸੇ ਕਰਕੇ ਕਿਹਾ ਕਿ ਜਿਹੜਾ ਮੈਂ ਆਰਟ ਐਂਡ ਆਰਕੀਟੈਕਚਰ ਦਾ ਲੈਕਚਰ ਆ ਮੇਰਾ ਐਪ 'ਚ ਜਿਹੜਾ ਕਿ ਅਪਲੋਡ ਹੋ ਰਿਹਾ, ਉਹਨੂੰ ਜ਼ਰੂਰ ਸੁਣਿਓ, ਬਿਕੋਜ਼ ਉਹਦੇ 'ਚ ਇਹੋ ਜਿਹੇ ਬੜੇ ਫੈਕਟ ਆ ਜਿਹੜੇ ਕਿ ਅਸੀਂ ਅਣਸੁਣੇ ਛੱਡ ਜਾਂਦੇ ਹਾਂ। ਨੈਕਸਟ, ਉਸ ਤੋਂ ਬਾਅਦ ਅਗਲਾ ਸਵਾਲ ਆ ਗਿਆ, ਕਹਿੰਦਾ ਜੀ 1748 ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾਉਂਦੇ ਆ 1707, 1469 ਤੋਂ ਲੈ ਕੇ 1469 ਤੋਂ ਲੈ ਕੇ 1707 ਤੱਕ ਗੁਰੂ ਕਾਲ ਆ। ਗੁਰੂ ਕਾਲ ਤੋਂ ਬਾਅਦ ਕੀ ਹੁੰਦਾ ਹੈ? 1707 ਤੋਂ ਲੈ ਕੇ 1716 ਤੱਕ ਆ ਜੀ ਬੰਦਾ ਸਿੰਘ ਬਹਾਦਰ ਦਾ ਦੌਰ, ਅਤੇ ਬੰਦਾ ਸਿੰਘ ਇਸ ਦੌਰ ਦੇ ਵਿੱਚ ਬਹੁਤ ਕੁਛ ਕਰਦਾ ਹੈ। 1716 ਤੋਂ ਬਾਅਦ ਸਿੱਖਾਂ 'ਤੇ ਪੈਂਦੀ ਆ ਆਫਤ, ਅਤੇ 1734 'ਚ ਜਾ ਕੇ ਸਿੱਖ ਆਪਣੀ ਧੜੇਬੰਦੀ ਆਪਣਾ ਇਕੱਠ ਕਰ ਲੈਂਦੇ ਆ, ਅਤੇ ਆਪਣੇ ਇਕੱਠ ਨੂੰ ਉਹ ਕਹਿੰਦੇ ਆ ਕਿ ਅਸੀਂ ਹੁਣ ਸਿੱਖ ਦਲ ਬਣ ਗਏ। ਠੀਕ ਆ, ਸਿੱਖ ਦਲਾਂ 'ਚ ਬਣ ਜਾਂਦਾ ਹੈ। ਬੇਸਿਕਲੀ ਸਿੱਖਾਂ ਦੇ ਦੋ ਦਲ ਬਣਦੇ ਆ 1734 'ਚ, ਵਜ੍ਹਾ ਦੁਸ਼ਮਣ ਖਤਰਨਾਕ ਸੀ ਮੁਗਲ। ਉਹ ਕਿਹੜੇ ਦੋ ਦਲ ਬਣਦੇ ਆ? ਇੱਕ ਬਣਦਾ ਹੈ ਤਰੁਣਾ ਦਲ, ਇੱਕ ਬੁੱਢਾ ਦਲ। ਇੱਕ ਦਾ ਕੰਮ ਸੀਗਾ ਲੜਨਾ ਦੁਸ਼ਮਣ ਨਾਲ, ਅਤੇ ਇੱਕ ਦਾ ਕੰਮ ਸੀ ਗੁਰਦੁਆਰਿਆਂ ਦੀ ਅਤੇ ਲੋਕਾਂ ਦੀ ਸੁਰੱਖਿਆ ਕਰਨੀ। ਤਰੁਣਾ ਦਲ ਅੱਗੇ ਜਾ ਕੇ ਲੜਦਾ ਸੀ ਅਤੇ ਬੁੱਢਾ ਦਲ ਡਿਫੈਂਸ ਕਰਦਾ ਸੀ। ਫਿਰ ਇਹ ਦਲ ਜਿਹੜੇ ਸੀਗੇ ਇਹਨਾਂ ਦਲਾਂ 'ਚ ਅੱਗੇ ਟੁਕੜੀਆਂ ਬਣ ਗਈਆਂ, ਅਤੇ ਉਹ ਹੌਲੀ ਹੌਲੀ ਐਕਸਪੈਂਡ ਹੁੰਦੀਆਂ ਗਈਆਂ, ਅਤੇ ਫਾਈਨਲੀ ਜਾ ਕੇ 29 ਮਾਰਚ 1748, ਤਰੀਕ 'ਤੇ ਫੋਕਸ ਕਰਿਓ, 29 ਮਾਰਚ 1748 ਨੂੰ ਵਿਸਾਖੀ ਸੀਗੀ। ਵਿਸਾਖੀ ਵਾਲੇ ਦਿਨ 1748 ਦੀ ਵਿਸਾਖੀ ਵਾਲੇ ਦਿਨ ਇਹ ਦੋਵੇਂ ਦਲ ਅਤੇ ਉਹਨਾਂ ਦੇ ਥੱਲੇ ਜਿੰਨੀਆਂ ਟੁਕੜੀਆਂ ਸੀ ਇਕੱਠੀਆਂ ਹੋਈਆਂ, ਅੰਮ੍ਰਿਤਸਰ ਇਕੱਠੇ ਹੋਏ ਸਾਰੇ, ਅਤੇ ਉੱਥੇ ਬੇਸਿਕਲੀ ਇੱਕ ਬਹੁਤ ਵੱਡਾ ਫੰਕਸ਼ਨ ਕਰਕੇ ਸਥਾਪਨਾ ਕੀਤੀ ਗਈ ਦਲ ਖਾਲਸਾ ਦੀ। ਅਤੇ ਦਲ ਖਾਲਸਾ ਦੇ ਅੰਦਰ ਬਣਾਈਆਂ ਗਈਆਂ 11 ਮਿਸਲਾਂ, 12 ਨਹੀਂ, ਕਿੰਨੀਆਂ? 11। ਸਿੱਖ ਧਰਮ ਨੂੰ 11 ਮਿਸਲਾਂ 'ਚ, 11 ਹਿੱਸਿਆਂ 'ਚ ਇਕੱਠਾ ਕਰਤਾ, 11 ਗਰੁੱਪਸ ਦੇ ਵਿੱਚ ਕਨਵਰਟ ਕਰਤਾ। ਹਰ ਇੱਕ ਗਰੁੱਪ ਦਾ ਨਾਮ ਜਾਂ ਤਾਂ ਉਹਨਾਂ ਦੇ ਕਮਾਂਡਰ ਦੇ ਨਾਂ 'ਤੇ ਸੀਗਾ, ਜਾਂ ਉਸ ਕਮਾਂਡਰ ਦੇ ਸਰਨੇਮ ਦੇ ਨਾਮ 'ਤੇ, ਅਤੇ ਜਾਂ ਉਸ ਕਮਾਂਡਰ ਦੇ ਤਖੱਲਸ ਯਾਨੀ ਕਿ ਉਹਦੇ ਕਿਸੇ ਪਿੰਡ ਦੇ ਨਾਮ 'ਤੇ, ਠੀਕ ਆ, ਅਤੇ ਜਾਂ ਕਿਸੇ ਕਮਾਂਡਰ ਦੀ ਕਿਸੇ ਵਿਸ਼ੇਸ਼ਤਾ ਦੇ ਨਾਂ 'ਤੇ। ਸੋ ਜਿਵੇਂ ਚਾਹੇ ਆਲੂ ਵਾਲੀਆਂ ਮਿਸਲ ਨਾਮ ਤੋਂ ਪਤਾ ਲੱਗ ਰਹੀ ਆ, ਸ਼ਹੀਦਾਂ ਮਿਸਲ ਬਾਬਾ ਦੀਪ ਸਿੰਘ ਦੀ ਸ਼ਹਾਦਤ ਤੋਂ ਮਸ਼ਹੂਰ ਹੋਈ ਆ ਸ਼ਹੀਦਾਂ ਮਿਸਲ। ਸੋ ਕੋਈ ਮਿਸਲ ਕਿਸੇ ਨਾਮ 'ਤੇ ਸੀ, ਕੋਈ ਮਿਸਲ ਕਰੋੜਾ ਸਿੰਘ ਮਿਸਲ ਕਰੋੜਾ ਸਿੰਘ ਦੇ ਨਾਂ 'ਤੇ ਸੀ, ਕੋਈ ਨਾਮ 'ਤੇ, ਕੋਈ ਸਰਨੇਮ 'ਤੇ, ਅਤੇ ਕੋਈ ਮਿਸਲ ਉਹਦੇ ਤਖੱਲਸ 'ਤੇ, ਕੋਈ ਪਿੰਡ ਦੇ ਨਾਮ 'ਤੇ। ਇਸ ਤਰੀਕੇ ਨਾਲ ਇਹ ਮਿਸਲਾਂ ਜਿਹੜੀਆਂ ਉਹ ਬਣੀਆਂ। ਉਹਨਾਂ 11 ਮਿਸਲਾਂ ਨੂੰ ਕੰਟਰੋਲ ਕਰਨ ਵਾਸਤੇ ਦਲ ਖਾਲਸਾ ਬਣਿਆ, ਅਤੇ ਜਿਹੜਾ ਡੀ ਜਿਓਰ ਹੈੱਡ ਸੀ, ਸਿਰਫ ਨਾਮ ਦਾ ਹੈੱਡ ਸੀ ਜਿਹਨੂੰ ਆਪਾਂ ਨੋਮੀਨਲ ਹੈੱਡ ਕਹਿ ਦਿੰਦੇ ਹਾਂ, ਉਹ ਬਣਾਇਆ ਗਿਆ ਨਵਾਬ ਕਪੂਰ ਸਿੰਘ ਨੂੰ। ਪਰ ਰੀਅਲ ਕਮਾਂਡਰ, ਅਸਲੀ ਕਮਾਂਡਰ ਬਣਾਇਆ ਗਿਆ ਜੱਸਾ ਸਿੰਘ ਆਲੂਵਾਲੀਆ ਨੂੰ, ਠੀਕ ਆ, ਜਿਹੜਾ ਰੀਅਲ ਕਮਾਂਡਰ ਸੀ ਜਿਹਨੂੰ ਅਸੀਂ ਅੰਗਰੇਜ਼ੀ 'ਚ ਕਹਿੰਦੇ ਹਾਂ ਡੀ ਫੈਕਟੋ ਹੈੱਡ। ਦੋ ਹੈੱਡ ਸੀ, ਡੀ ਜੇ ਔਰ ਸਿਰਫ ਨਾਮ ਦਾ, ਇੱਕ ਰੀਅਲ ਕਮਾਂਡਰ। ਰੀਅਲ ਪਾਵਰਸ ਸੀਗੀਆਂ ਜੱਸਾ ਸਿੰਘ ਆਲੂਵਾਲੀਆ ਦੇ ਹੱਥ 'ਚ। ਸੋ ਜੇ ਕਿਸੇ ਨੂੰ ਲੱਗਦਾ ਹੈ ਕਿ ਬਈ ਉਹਨੇ ਮਹਾਰਾਜਾ ਰਣਜੀਤ ਸਿੰਘ ਦੇ ਲੈਕਚਰਾਂ ਤੋਂ ਪਹਿਲਾਂ ਦਲ ਖਾਲਸਾ ਦਾ ਲੈਕਚਰ ਸਕਿੱਪ ਕੀਤਾ ਹੈ, ਤਾਂ ਉਹ ਕਰ ਲਏ। ਇਹੀ ਉਹ ਦਲ ਖਾਲਸਾ ਹੈ ਜਿਹੜਾ 1748 ਤੋਂ ਲੈ ਕੇ 1770 ਤੱਕ
पूरियां 1780 तक ताबड़तोड़ भारत के वक्रे पंजाब के वक्रे वक्रे शहरों तो मुगलों कढ़ूगा। तुसी कहो कि 1780 तो बाद क्यों नहीं कढ़िया जां 1790 तो बाद कित्थे गईआं मिसलां। 1790 तो बाद इन्हां सारियां मिसलां नूं कट्ठे करके अपने अंडर कौन लैके आ गया? रणजीत सिंह। क्योंकि रणजीत सिंह जिसका कि जन्म 1780 च होया, 1792 तो बाद मिसलां दा कंट्रोल उहदा हो गया, फिर मिसलां खत्म, फिर इक्को ही मिसल रणजीत सिंह दी शुकर चक्किया मिसल, बाकी सारियां मिसलां कंट्रोल च आ गईआं। सो इन्हां मिसलां ने 1748 तो लैके 1792 तक जदों तक रणजीत सिंह दा कंट्रोल नहीं आया उदों तक जो इन्होंने ताबड़तोड़ काम करिया उहदियां गल्लां ही छड्ड दो तुसीं। आ दसो समझ आ गई? नैक्सट उस तो बाद आ गया जी अगला सवाल। सो आ सारी दी सारी स्टोरी मैं तुहानूं इहदे च लिखती है कि किवें तरुणा दल बणिया, किवें की। रणजीत सिंह बारे सवाल आ जी, कहिंदे रणजीत सिंह रामगढ़िया मिसल नाल संबंधित सी, बिल्कुल गलत। रणजीत सिंह दी मिसल दा नाम सी शुकर चक्किया मिसल। दूजा सवाल, इहदा मतलब रणजीत सिंह बारे जानना बहुत जरूरी है। दूजा सवाल, रणजीत सिंह ने कोहेनूर सूजा शाह तो लिया। तुसी महाराजा रणजीत सिंह वाला लैक्चर पढ़ियो मेरा, महाराजा रणजीत सिंह बारे तो मैं बड़ी डिटेल च पढ़ाया है। एक आंसर क्वेश्चन उन्हां बारे उन्हां दी शख्सियत नूं एक्सप्लेन नहीं कर सकता। सो उन्होंने शाह सूजा शाह तो जां सूजा शाह कह लो जां सूजा शाह की घरदेली कह लो उहदे तो कोहिनूर हीरा सिख धर्म नूं दवाया सीगा। तीसरा गल, रणजीत सिंह की सेना दे विच यूरोपीयंस भी सीगे, बिल्कुल सीगे। मैं तो नाम ही लै दिना वेंचूरा एलार्ड, तो एक नाम मैनू भुल गया वो अमेरिकन सी जिन्हों गुजरात का गवर्नर लाया सी, वो तुसी सोच के मैनू दसो कि मेरे दिमाग चो स्किप हो गया। ये वो लोग सीगे जेड़े ब्रिटिश जेड़े किसी टाइम जां तां नपोलियन की सेना च सी ते जां किसी वक्रे वक्रे देशों के राजियां दी सेना च देशों के राजियां दी सेना च सी ते उत्थों दे राजे आपो अपनियां लड़ाइयां हार गए सी, इस करके ये बेरोजगार होकर पंजाब वल आए ते रणजीत सिंह ने चंगे तनखाह ते इन्हां नूं अपनी सेना च रखिया। ते मैं तुहाडी जानकारी लई दसदा इन्हां दी वेंचूरा वर्गे फौजियां दी फौजी कमांडरां दी मदद नाल रणजीत सिंह ने अपनी सेना दे विच्चों एक वक्री टुकड़ी कढ़ी जिन्हों फौज खास किया गया, जिन्हों कहिंदे सी ए आ असली मॉडर्न यूरोपीयन लाइनस ते बनी हुई सेना। सो रणजीत सिंह ने आ काम जरूर किया। अगली गल, रणजीत सिंह एक धर्म निरपक्ष राजा सी ते उन्हें हिंदू श्राइनस नूं भी ते हरिमंदर साहब नूं भी दान पुन किते जां सोना चढ़ाया, बिल्कुल। रणजीत सिंह ने कांगड़े दे मंदिरां नूं, रणजीत सिंह ने दुर्गियाना मंदिर अमृतसर गोल्डन टैंपल, इत्थों तक कि कहा जाता कि दसवें गुरु जिथे ज्योति जोत समाए आ महाराष्ट्र का नंदेड़ साहब, जिथे ये मानता सी कि इस गुरद्वारे नूं जिहड़ा बनाऊंगा वह परिवार उजड़ जूगा, यह मानता सी। रणजीत सिंह ने उत्थे भी गुरद्वारा साहब की स्थापना करवाई है। सो रणजीत सिंह एक धर्म निरपक्ष राजा सी, कोई दो राय नहीं ये आ भी सही आ, आ भी सही आ, आ भी सही आ गलत आ। उन्होंने पूछा कि गलत कि तुसीं क्या ओनली वन, बाकी रणजीत सिंह बारे एक लाइन च जां एक क्वेश्चन च मैं किवें एक्सप्लेन करदा। पर आ जिहड़े मैं नाम बोले आ ना कि किहड़े किहड़े मंदिर ते नूं सोना दित्ता ते किहड़ा किहड़ा गुरद्वारा बनवाया ये जरूर पता होना चाहिए तुहानूं, ठीक है। नैक्सट उस तो बाद अगे आ जाओ। अगला सवाल, कहिंदे जी पंजाब रियासत प्रजा मंडल दा पहला प्रधान कौन सी? जे तुसी थोड़ा जा ये जानते होवो तुसी ना बड़ा कहोगे मैनूं कि सर आपां इंडिया की आजादी की लड़ाई पढ़ी है, ਤੁਹਾਡੇ 'ਚੋਂ ਕਿਸੇ ਨੂੰ ਪਤਾ ਕਿ ਜਿਹੜੀਆਂ ਇੰਡੀਆ 'ਚ ਰਿਆਸਤਾਂ ਸੀ 565 ਇਹਨਾਂ 'ਚ ਨਹੀਂ ਆਜ਼ਾਦੀ ਦੀ ਲੜਾਈ ਲੜੀ ਗਈ ਹੈ? ਮੰਨਿਆ ਕਿ ਪੰਜਾਬ 'ਚ ਆਜ਼ਾਦੀ ਦੀ ਲੜਾਈ ਲੜੀ ਗਈ ਹੈ। ਆ ਜਿਹੜਾ ਪਟਿਆਲਾ ਰਿਆਸਤ ਸੀ ਇੱਥੇ ਤਾਂ ਭੁਪਿੰਦਰ ਸਿੰਘ ਰਾਜਾ ਸੀ, ਭੁਪਿੰਦਰ ਸਿੰਘ ਤੋਂ ਬਾਅਦ ਯਾਦਵਿੰਦਰ ਆ, ਠੀਕ ਆ, ਉਸ ਤੋਂ ਪਹਿਲਾਂ ਨਰਿੰਦਰ ਸਿੰਘ, ਉਹਨਾਂ ਦੇ ਵੇਲੇ ਆਜ਼ਾਦੀ ਦੀ ਰਜਿੰਦਰ ਸਿੰਘ, ਉਸ ਤੋਂ ਪਹਿਲਾਂ ਨਰਿੰਦਰ ਮਹਿੰਦਰ ਸਿੰਘ, ਉਸ ਤੋਂ ਪਹਿਲਾਂ ਨਰਿੰਦਰ ਸਿੰਘ, ਉਸ ਤੋਂ ਪਹਿਲਾਂ ਕਰਮ ਸਿੰਘ। ਮੈਂ ਲਾਈਨ 'ਚ ਵੀ ਲਾਤੇ ਸਾਰੇ, ਥੱਲਿਓਂ ਵੀ ਉੱਪਰ ਨੂੰ ਲਾਤੇ, ਯਾਦਵਿੰਦਰ ਤੋਂ ਪਹਿਲਾਂ ਭੁਪਿੰਦਰ ਸਿੰਘ, ਭੁਪਿੰਦਰ ਸਿੰਘ ਤੋਂ ਪਹਿਲਾਂ ਰਜਿੰਦਰ ਸਿੰਘ, ਰਜਿੰਦਰ ਸਿੰਘ ਤੋਂ ਪਹਿਲਾਂ ਮਹਿੰਦਰ ਸਿੰਘ, ਉਸ ਤੋਂ ਪਹਿਲਾਂ ਨਰਿੰਦਰ ਸਿੰਘ ਅਤੇ ਨਰਿੰਦਰ ਸਿੰਘ ਤੋਂ ਪਹਿਲਾਂ ਕਰਮ ਸਿੰਘ। ਸੋ ਇਹ 1845 ਤੋਂ ਲੈ ਕੇ 1947 ਤੱਕ ਦੇ ਰਾਜੇ ਪਟਿਆਲੇ ਦੇ ਮੈਂ ਲਾਈਨ 'ਚ ਲਾਤੇ, ਇਸ ਕਰਕੇ ਕਿ ਤੁਹਾਡੇ 'ਚੋਂ ਕਈ ਉਲਝ ਜਾਣਗੇ, ਕਿਸੇ ਪੇਪਰ 'ਚ ਹੀ ਆ ਜਾਂਦੇ ਆ। ਤਾਂ ਖੈਰ ਹੁਣ ਮੈਂ ਇਹ ਕਹਿਣਾ ਚਾਹੁੰਦਾ, ਇੰਪੋਰਟੈਂਟ ਗੱਲ ਹੈ ਜਿਹੜੀ ਮੇਰੇ ਵੱਲੋਂ, ਕਿ ਪੰਜਾਬ ਦੀਆਂ ਪਟਿਆਲਾ, ਨਾਭਾ, ਜੀਂਦ ਇਹਨਾਂ ਰਿਆਸਤਾਂ 'ਚ ਆਜ਼ਾਦੀ ਦੀ ਲੜਾਈ ਲੜੀ ਨਹੀਂ ਗਈ? ਬਿਲਕੁਲ ਲੜੀ ਗਈ ਹੈ। ਬਾਹਰਲੇ ਪਾਸੇ ਆਜ਼ਾਦੀ ਦੀ ਲੜਾਈ ਲੜੀ ਹੈ ਕਾਂਗਰਸ ਨੇ, ਅਕਾਲੀ ਦਲ ਨੇ, ਫਲਾਣਿਆਂ ਨੇ, ਢਮਕਾਣਿਆਂ ਨੇ, ਮੁਸਲਿਮ ਲੀਗ ਨੇ, ਲੜੀ ਹੈ ਸਭ ਨੇ ਭਾਈ, ਪਰ ਇਹਨਾਂ ਰਿਆਸਤਾਂ 'ਚ ਆਜ਼ਾਦੀ ਦੀ ਲੜਾਈ ਲੜੀ ਹੈ ਪ੍ਰਜਾ ਮੰਡਲਾਂ ਨੇ। ਪ੍ਰਜਾ ਮੰਡਲ ਵੀ ਇਹਨਾਂ ਕਾਂਗਰਸ ਅਕਾਲੀ ਦਲਾਂ ਦਾ ਹੀ ਕੁਛ ਛੋਟਾ ਜਿਹਾ ਸਮੂਹ ਹੁੰਦਾ ਸੀ ਜਿਹੜਾ ਰਾਜਿਆਂ ਦੀਆਂ ਰਿਆਸਤਾਂ 'ਚ ਰਾਜਿਆਂ ਤੋਂ ਆਜ਼ਾਦੀ ਮੰਗਦਾ ਸੀ। ਸੋ ਐਵੇਂ ਦਾ ਹੀ ਪੰਜਾਬ ਦਾ ਰਿਆਸਤ ਪ੍ਰਜਾ ਮੰਡਲ ਸੀਗਾ ਜਿਸ ਦੀ ਸ਼ੁਰੂਆਤ ਬਾਰੇ ਪੁੱਛਿਆ ਗਿਆ ਹੈ। ਕਹਿੰਦੇ ਇਸ ਦੀ ਸ਼ੁਰੂਆਤ 1928 'ਚ ਮਾਨਸਾ ਦੇ ਵਿੱਚ ਹੋਈ ਸੀਗੀ, ਮਾਨਸਾ 'ਚ ਮੀਟਿੰਗ ਹੋਈ ਸੀ ਅਤੇ ਮਾਨਸਾ ਉਦੋਂ ਪਟਿਆਲਾ ਰਿਆਸਤ ਦਾ ਹਿੱਸਾ ਸੀ। ਇਹਦੇ ਪਹਿਲੇ ਪ੍ਰਧਾਨ ਲਾਇਆ ਗਿਆ ਸੀਗਾ ਸੇਵਾ ਸਿੰਘ ਠੀਕਰੀ ਵਾਲਾ ਨੂੰ ਅਤੇ ਪਹਿਲੇ ਜਰਨਲ ਸਕੱਤਰ ਲਾਇਆ ਗਿਆ ਸੀ ਭਗਵਾਨ ਸਿੰਘ ਲੌਂਗੋਵਾਲੀਆ ਨੂੰ।
ਕਹਿੰਦੇ ਸੇਵਾ ਸਿੰਘ ਠੀਕਰੀ ਵਾਲਾ ਉਹ ਆ ਜਿਨ੍ਹਾਂ ਦਾ ਚੌਂਕ ਤੁਸੀਂ ਪਟਿਆਲੇ 'ਚ ਦੇਖੋਗੇ ਰਾਜੇ ਦੇ ਮਹਿਲ ਦੇ ਨੇੜੇ ਬਣਿਆ ਹੋਇਆ ਹੈ। ਸੇਵਾ ਸਿੰਘ ਠੀਕਰੀ ਵਾਲਾ ਪਟਿਆਲੇ ਦੇ ਰਾਜੇ ਭੁਪਿੰਦਰ ਸਿੰਘ ਦੇ ਖਿਲਾਫ ਸਿੱਧਾ ਹੀ ਹੋ ਗਿਆ ਸੀ। ਭੁਪਿੰਦਰ ਸਿੰਘ ਨੇ ਚੱਕ ਕੇ ਜੇਲ੍ਹ 'ਚ ਸਟਵਾ ਤਾ, ਉੱਥੇ ਹੀ ਸ਼ਹੀਦ ਹੋ ਗਏ। 1947 ਤੋਂ ਬਾਅਦ ਨਹਿਰੂ ਦੇਸ਼ ਦੇ ਪ੍ਰਧਾਨ ਮੰਤਰੀ ਬਣੇ, ਉਹਨਾਂ ਨੇ ਸਾਰੀਆਂ ਰਿਆਸਤਾਂ ਇੰਡੀਆ 'ਚ ਮਰਜ ਕਰਵਾਤੀਆਂ। ਜਦੋਂ ਰਿਆਸਤਾਂ ਹੀ ਇੰਡੀਆ 'ਚ ਮਰਜ ਕਰਵਾਤੀਆਂ ਫਿਰ ਉਹਨਾਂ ਦੀ ਆਜ਼ਾਦੀ ਦਾ ਮਤਲਬ ਹੀ ਨਹੀਂ ਰਿਹਾ ਕੁਛ। ਇਸ ਕਰਕੇ ਪੰਜਾਬ ਪ੍ਰਜਾ ਮੰਡਲ ਜਿਹੜਾ ਸੀਗਾ ਉਹਦੀ ਜੇ ਮੈਂ ਐਂਡ ਗੱਲ ਕਰਾਂ, 15 ਜੁਲਾਈ 1948 ਨੂੰ ਇਹ ਖਤਮ ਹੋ ਗਿਆ। ਕਹਾਣੀ ਸਮਝ ਆ ਗਈ ਕਿ ਇਹਦੀ ਸਟੋਰੀ ਕੀ ਹੈ। ਪ੍ਰਜਾ ਮੰਡਲ ਆਜ਼ਾਦੀ ਦੀ ਲੜਾਈ ਵਾਸਤੇ ਇੱਕ ਸਪੈਸ਼ਲ ਪਰਪਸ ਵਹੀਕਲ ਸੀਗਾ, ਪਰ ਇਹ ਬਣਾਇਆ ਕਿਉਂ ਗਿਆ ਅਤੇ ਕਿਹੜੇ ਏਰੀਏ 'ਚ ਬਣਾਇਆ ਗਿਆ ਇਹ ਨਹੀਂ ਸੀ ਤੁਹਾਨੂੰ ਕਈ ਵਾਰੀ ਪਤਾ ਲੱਗਣਾ, ਸੋ ਇਹ ਵੀ ਮੈਂ ਕੰਪਾਈਲ ਕਰਤਾ। ਨੈਕਸਟ, ਪੰਜਾਬ ਦੇ ਕਿਹੜੇ ਸ਼ਹਿਰਾਂ ਨੂੰ ਸਮਾਰਟ ਸਿਟੀ ਮਿਸ਼ਨ ਜਿਹੜਾ ਕਿ 2015 'ਚ ਲਾਂਚ ਕੀਤਾ ਗਿਆ ਸੀ, ਉਹਦੇ 'ਚ ਪੰਜਾਬ ਦੇ ਕਿਹੜੇ 3 ਸ਼ਹਿਰ ਆ ਜਿਨ੍ਹਾਂ ਦੀ ਜਨਸੰਖਿਆ 10,01,000,000 ਤੋਂ ਵੱਧ ਆ, ਅਤੇ ਪੰਜਾਬ 'ਚ ਉਹਨਾਂ 3 ਸ਼ਹਿਰਾਂ ਨੂੰ ਸਮਾਰਟ ਸਿਟੀ ਸ਼ਹਿਰ ਬਣਾਉਣ ਵਾਸਤੇ ਕਿਹਾ ਗਿਆ ਹੈ। ਉਹ 3 ਸ਼ਹਿਰ ਹੈਗੇ ਆ ਜੀ, ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ। ਇਹਦੀ ਐਕਸਪਲੇਨੇਸ਼ਨ 'ਚ ਮੈਂ ਹੁਣ ਕੀ ਕਹਾਂ, ਐਕਸਪਲੇਨੇਸ਼ਨ ਲਿਖੀ ਹੋਈ ਹੈ, ਜ਼ਰੂਰ ਪੜ੍ਹ ਲਿਓ। ਅਗਲੀ ਗੱਲ, ਕਹਿੰਦੇ ਇਹ ਸਵਾਲ 2014 ਦੇ PCS ਦਾ ਹੈ ਜਿਹੜਾ ਹੁਣ ਪਾ ਰਿਹਾ ਮੈਂ, ਪਰ ਇਹਦੀ ਅੱਜ ਵੈਲਿਊ ਖਤਮ ਹੋ ਗਈ। ਜੇ ਇਸ ਸਵਾਲ ਦੀ ਅੱਜ ਵੈਲਿਊ ਖਤਮ ਹੋ ਗਈ ਇਹਦਾ ਮਤਲਬ ਅੱਜ ਕੋਈ ਸਵਾਲ ਨਹੀਂ ਹੈਗਾ। ਬਿਲਕੁਲ, ਕਹਿੰਦੇ 2014 'ਚ ਪੰਜਾਬ ਨੇ ਸਟਬਲ ਬਰਨਿੰਗ, ਪਰਾਲੀ ਦਾ ਹੱਲ ਜਿਹੜਾ ਸੀਗਾ, ਨਾੜ ਸਾੜਦੇ ਆ ਜਿਹੜਾ, ਉਹਦੇ ਵਾਸਤੇ ਪੰਜਾਬ ਸਰਕਾਰ ਨੇ ਇੱਕ ਕੰਪਨੀ ਨਾਲ ਸਮਝੌਤਾ ਕੀਤਾ ਸੀ। ਉਹ ਕੰਪਨੀ ਕਿਹੜੀ ਸੀ? ਵਿਗਰੋ ਕਾਰਪੋਰੇਸ਼ਨ। ਸਵਾਲ ਦੀ ਅੱਜ ਰੈਲੀਵੈਂਸ ਖਤਮ ਆ, ਅੱਜ ਤਾਂ ਨਹੀਂ ਕੀਤਾ ਸਮਝੌਤਾ, ਇਹ 2014 'ਚ ਸੀ। ਹੁਣ ਅੱਜ 'ਤੇ ਆ ਜਾਓ, ਮੈਂ ਐਕਸਪਲੇਨੇਸ਼ਨ ਅੱਜ ਦੀ ਲਿਖੀ ਆ, ਉਦੋਂ ਦੀ ਨਹੀਂ ਲਿਖੀ। ਅੱਜ ਪੰਜਾਬ ਨੇ ਕੀ ਕੀਤਾ ਹੈ, ਪੰਜਾਬ ਦੇ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਨੇ ਭੁਟਾਨ ਕਲਾ ਪਿੰਡ ਲਹਿਰੇ ਗਾਗੇ ਇਲਾਕੇ 'ਚ ਅਤੇ ਸੰਗਰੂਰ ਜ਼ਿਲ੍ਹੇ 'ਚ ਉੱਥੇ ਜਰਮਨ ਦੀ ਕੰਪਨੀ ਆ ਵੈਰਬੀਓ ਗਰੁੱਪਸ, ਉਹਦੀ ਜਿਹੜੀ ਇੰਡੀਅਨ ਸਬਸਿਡਰੀ ਆ, ਉਹਨੇ ਉੱਥੇ ਏਸ਼ੀਆ ਦਾ ਸਭ ਤੋਂ ਵੱਡਾ ਬਾਇਓ CNG ਪਲਾਂਟ ਲਾਇਆ ਹੈ। ਪੇਪਰ 'ਚ ਕੀ ਆ ਸਕਦਾ ਹੈ ਕਿ ਕੰਪਨੀ ਕਿਹੜੇ ਦੇਸ਼ ਦੀ ਆ? ਜਰਮਨ ਦੀ। ਕੰਪਨੀ ਦਾ ਨਾਮ ਕੀ ਆ? ਕਿਹੜੇ ਪਿੰਡ 'ਚ ਲੱਗਿਆ ਹੋਇਆ ਪਲਾਂਟ? ਇਹਦਾ ਛੋਟੇ ਮੋਟੇ ਜਿਹੜੇ ਪੇਪਰ ਲੈਣ ਵਾਲੇ ਆ, PSSB ਟਾਈਪ ਵਾਲੇ, ਉਹਨਾਂ ਨੇ ਪੁੱਛ ਵੀ ਲਿਆ ਇੱਕ ਪੇਪਰ 'ਚ ਪਿੱਛੇ ਜੇ। ਭੁਟਾਨ ਕਲਾ ਪਿੰਡ ਦਾ ਵੀ ਨਾਮ ਪੁੱਛ ਲਿਆ, ਜ਼ਿਲ੍ਹੇ ਦਾ ਨਾਮ 'ਤੇ ਚਲੋ ਹੁਣ ਕੋਈ ਕੀ ਪੁੱਛੂਗਾ। ਇਹਦੀ ਕਪੈਸਿਟੀ ਹੈਗੀ ਆ 33 TPD, ਮਤਲਬ ਕਿ ਟਨਸ ਪਰ ਡੇ, ਇੰਨੀ ਬਾਇਓਗੈਸ ਇਹ ਕੰਪਰੈਸ ਕਰਦੀ ਆ। ਸੋ ਇਹ ਸਾਡੇ ਵਾਸਤੇ ਬੜਾ ਇੰਪੋਰਟੈਂਟ ਸੀ, ਅਤੇ ਇਹ ਕਿੰਨੀ ਫਲਾਈ ਐਸ਼ ਜਿਹੜਾ ਧੂੰਆਂ ਉੱਡਦਾ ਹੈ, ਠੀਕ ਆ, 20,000 metric ton ਫਲਾਈ ਐਸ਼ ਜਿਹੜੀ ਕਿ ਸਟਬਲ ਬਰਨਿੰਗ ਤੋਂ ਉੱਡ ਕੇ ਤਾਂ ਜਾਂਦੀ ਹੈ ਸਵਾਹ, ਉਹਦਾ ਹੱਲ ਆ ਆਪਣੇ ਕੋਲ। ਸੋ ਸਭ ਤੋਂ ਇੰਪੋਰਟੈਂਟ ਗੱਲ ਆ ਕਿ ਪੰਜਾਬ 'ਚ ਜਿਹੜਾ ਇਸ ਟਾਈਮ ਏਸ਼ੀਆ ਦਾ ਸਭ ਤੋਂ ਵੱਡਾ ਬਾਇਓ ਕੰਪਰੈਸਡ ਨੈਚੁਰਲ ਗੈਸ ਦਾ ਪਲਾਂਟ ਲੱਗਿਆ ਹੋਇਆ ਹੈ, ਉਹਨੂੰ ਲੈ ਕੇ ਜੇ ਸਵਾਲ ਆ ਗਿਆ। ਸੋ ਅੱਜ ਦੇ ਕੰਟੈਕਸਟ 'ਚ ਮੈਂ ਪੁਰਾਣੇ ਸਵਾਲ ਨੂੰ ਜਨਰੇਟ ਕਰ ਲਿਆ ਤੁਹਾਡੇ ਵਾਸਤੇ। ਆ ਜਾਓ ਜੀ ਅੱਗੇ, ਅਗਲਾ ਸਵਾਲ ਆਪਾਂ ਨੂੰ ਕੀ ਆ? ਸਵਾਲ ਤੋਂ ਪਹਿਲਾਂ ਇਹ ਦੱਸਣਾ ਭੁੱਲ ਗਿਆ ਕਿ ਇਹ ਜਿਹੜਾ ਏਸ਼ੀਆ ਦਾ ਸਭ ਤੋਂ ਵੱਡਾ ਪਲਾਂਟ ਲਾਇਆ ਹੈ, ਇਹ ਕਿਹੜੀ ਮਿਨਿਸਟਰੀ ਨੇ ਲਾਇਆ ਹੈ? ਕਈਆਂ ਦੇ ਦਿਮਾਗ 'ਚ ਆਊਗਾ ਮਿਨਿਸਟਰੀ ਆਫ ਰੀਨਿਊਏਬਲ ਐਨਰਜੀ, ਨਹੀਂ, ਇਹਨੂੰ ਲਾਇਆ ਹੈ ਮਿਨਿਸਟਰੀ ਆਫ ਪੈਟਰੋਲੀਅਮ ਨੇ। ਮਿਨਿਸਟਰੀ ਆਫ ਪੈਟਰੋਲੀਅਮ ਦੇ ਜਿਹੜੇ ਮੰਤਰੀ ਨੇ ਕਿਹੜੀ ਸਕੀਮ ਦੇ ਤਹਿਤ? ਸਤਤ ਸਕੀਮ। ਭਾਰਤ 'ਚ ਇੱਕ ਸਤਤ ਸਕੀਮ ਚੱਲ ਰਹੀ ਹੈ ਮਿਨਿਸਟਰੀ ਆਫ ਪੈਟਰੋਲੀਅਮ ਵਾਲਿਆਂ ਦੀ, ਅਤੇ ਸਕੀਮ ਦੀ ਫੁੱਲ ਫੋਰਮ ਆ ਸਸਟੇਨੇਬਲ ਅਲਟਰਨੇਟਿਵ ਟਵਰਡਸ ਅਫੋਰਡੇਬਲ ਟਰਾਂਸਪੋਰਟੇਸ਼ਨ। ਉਸ ਸਕੀਮ ਦੇ ਤਹਿਤ, ਇਸ ਪ੍ਰੋਜੈਕਟ ਦੇ ਤਹਿਤ ਆਪਾਂ ਇਹ ਏਸ਼ੀਆ ਦਾ ਸਭ ਤੋਂ ਵੱਡਾ ਬਾਇਓ CNG ਪਲਾਂਟ ਜਿਹੜਾ ਹੈ ਇਹ ਲਾਇਆ ਗਿਆ ਹੈ। ਸੋ ਪੰਜਾਬ ਨੂੰ ਲੈ ਕੇ ਕਦੇ ਵੀ ਨੋਨ ਸੀਰੀਅਸ ਨਾ ਰਹੋ। ਸੋ ਇਹ ਚੀਜ਼ ਆਪਣੇ ਵਾਸਤੇ ਬਹੁਤ ਜ਼ਰੂਰੀ ਆ। ਨੈਕਸਟ, ਉਸ ਤੋਂ ਬਾਅਦ ਅੱਗੇ ਕਹਿੰਦੇ ਗੁਰੂ ਗੋਬਿੰਦ ਸਿੰਘ ਜਿਹੜੇ ਸੀਗੇ ਉਹਨਾਂ ਨੇ ਇੱਕ ਇੰਸਟਰੂਮੈਂਟ ਬਣਾਇਆ ਸੀ। ਉਸ ਤੋਂ ਪਹਿਲਾਂ ਇੱਕ ਬੜਾ ਵੱਡਾ ਵਾਜੇ ਵਰਗਾ ਇੱਕ ਵਜਾਉਣ ਵਾਸਤੇ ਇੰਸਟਰੂਮੈਂਟ ਸੀ, ਜਿਵੇਂ ਅੱਜ ਦੇ ਪਿਆਨੋ ਹੁੰਦੇ ਆ, ਪਿਆਨੋ ਤਾਂ ਬਹੁਤ ਹਲਕਾ ਹੈ। ਇੱਕ 6ਵੇਂ ਗੁਰੂ ਦੇ ਵੇਲੇ ਬੜਾ ਮਸ਼ਹੂਰ ਇੰਸਟਰੂਮੈਂਟ ਸੀ ਤਾਊਸ, ਉਹਦੇ ਅਗਲੇ ਪਾਸੇ ਮੋਰ ਬਣਿਆ ਹੁੰਦਾ ਸੀਗਾ, ਪਰ ਉਹਨੂੰ ਯੂਜ਼ ਕਰਨਾ ਬਹੁਤ ਔਖਾ ਸੀਗਾ। ਫਿਰ ਉਹਨੂੰ ਕੱਟ ਕੇ, ਹਲਕਾ ਕੱਟ ਕਰਕੇ ਗੁਰੂ ਗੋਬਿੰਦ ਸਿੰਘ ਨੇ ਇੱਕ ਨਵਾਂ ਇੰਸਟਰੂਮੈਂਟ ਬਣਾਇਆ ਸੀ ਤਾਊਸ ਵਰਗਾ, ਜਿਹੜਾ ਕਿ ਅੱਜ ਦੇ ਪਿਆਨੋ ਦੇ ਬਿਲਕੁਲ ਨੇੜੇ ਪਹੁੰਚ ਗਿਆ, ਅਤੇ ਬੜਾ ਲਾਈਟ ਵੇਟ ਸੀ, ਇਹਨੂੰ ਮਿਊਜ਼ੀਸ਼ੀਅਨ ਬੜੀ ਆਸਾਨੀ ਨਾਲ ਚੱਕ ਕੇ ਚਲਾ ਸਕਦਾ ਸੀ। ਉਸ ਇੰਸਟਰੂਮੈਂਟ ਦਾ ਨਾਮ ਕੀ ਆ? ਉਸ ਇੰਸਟਰੂਮੈਂਟ ਦਾ ਨਾਮ ਆ ਦਿਲਰੁਬਾ। ਸੋ ਇਹਦੀ ਖੋਜ ਜਿਹੜੀ ਆ ਇਹ ਗੁਰੂ ਗੋਬਿੰਦ ਸਿੰਘ ਦੇ ਸਮੇਂ 'ਚ ਜੋੜੀ ਜਾਂਦੀ ਹੈ, ਅਤੇ ਗੁਰੂ ਗੋਬਿੰਦ ਸਿੰਘ ਦਾ ਨਾਮ ਹੀ ਇਹਦੀ ਸੋਚ ਖੋਜ ਨਾਲ ਜੁੜਦਾ ਹੈ। ਸੋ ਦਿਲਰੁਬਾ ਆਪਣੇ ਆਪ 'ਚ ਇੱਕ ਇੰਸਟਰੂਮੈਂਟ ਆ ਜਿਹੜਾ ਕਿ ਤਾਊਸ ਤੋਂ ਬਣਿਆ ਹੈ। ਵੈਸੇ ਤਾਂ ਤਾਊਸ ਜਿਹੜਾ ਹੈ ਇਹ ਸ਼੍ਰੀ ਗੁਰੂ ਹਰਗੋਬਿੰਦ 6ਵੇਂ ਗੁਰੂ ਨੇ ਮਸ਼ਹੂਰ ਕੀਤਾ ਸੀ, ਪਰ ਬਣਿਆ ਉਹ ਪੁਰਾਣਾ ਹੀ ਇੰਸਟਰੂਮੈਂਟ ਆ, ਠੀਕ ਆ। ਪਰ ਇਹਦੀ ਤਾਊਸ ਦੀ ਮਸ਼ਹੂਰੀ ਦਾ ਸੰਬੰਧ 6ਵੇਂ ਪਾਤਸ਼ਾਹ ਨਾਲ ਆ, ਅਤੇ ਦਿਲਰੁਬਾ ਦੀ ਮਸ਼ਹੂਰੀ ਦਾ ਸੰਬੰਧ ਜਾਂ ਉਹਦੀ ਮੈਨੂਫੈਕਚਰਿੰਗ, ਉਹਦੀ ਖੋਜ ਦਾ ਸੰਬੰਧ 10ਵੇਂ ਗੁਰੂ ਨਾਲ ਆ। ਸੋ ਇੰਪੋਰਟੈਂਟ ਗੱਲਾਂ। ਸੋ ਇਹ ਜਦੋਂ ਵੀ ਆਪਾਂ ਗੁਰੂਆਂ ਬਾਰੇ ਪੜ੍ਹਦੇ ਹਾਂ ਤਾਂ ਕੋਈ ਚੀਜ਼ ਸਕਿੱਪ ਨਾ ਕਰਕੇ ਜਾਇਓ। SGPC
अजकल खबरां चा कमेंट करके दसो कि एस जी पी सी के नवे प्रधान कौन बने हैं। ठीक है, मैं ये नहीं पूछा कि कौन बनना चाहते हैं, बने कौन आ कौन बनना चाहते सी किन्ना ने की किता सब पता तुहानू सारयां नू। वैसे मैं बहुते चक्करां च पैणा नहीं, मैं तो बस तुहानू एक गल पुछनी चाहुंदा, 1920 च एस जी पी सी सिखां दे गुरद्वारियां नू आजाद करन वास्ते बनदी है, पर सिखां दे गुरद्वारियां दी आजादी दी लड़ाई गुरद्वारा प्रबंधक कमेटी तो भी एक साल पहला शुरू हो चुकी सी जदों सेंट्रल सिख लीग बनी। मैं तो बस ये दस पुछना चाहना कि जदों एस जी पी सी नहीं सी बनी एक साल पहला, सेंट्रल सिख लीग बनी सी उदे पहले प्रधान कौन सी? इहदा मतलब जे नहीं पता तो तुहानू अपने कोर्स दे विच जाके जिहड़ा लैक्चर उहदे वाला सोशो रिलीजियस रिफॉर्म्स वाला उहनू चंगी तरह सुनना चाहिए। ठीक है, बहुत इंपॉर्टेंट आ। सो मैं की कर रहा, हर एक लैक्चर दे नाल तुहानू जोड़ रहा कि तुसी जदों अपने कोर्स नू दुबारा शुरू करोगे, ठीक है, बिकॉज ये सारे कंटेंट जिहड़ा है ये कल्ला पीसीएस दे पेपर कल्ले पंजाब पंजाब दे नहीं, मैं हर हफ्ते एक पूरी वीडियो लैके आनी है, दूजी वीडियो च मैं साइंस, तीजी वीडियो च पॉलिटी, अगली वीडियो च सारे टेस्ट क्वेश्चन पेपर है जिहड़े वह सॉल्व करने हैं। खैर आप अपने मसले पर आ जाइए, बिकॉज मैं पता है कि कल्ले पंजाब नाल तां तुसीं पास होणो रहे, साइंस भी उन्नी जरूरी है, पॉलिटी भी उन्नी जरूरी है, तो सारिया प्रति थोड़ी समझ भी उन्नी जरूरी चाहिए है। कहिंदे एस जी पी सी बनी सी नवंबर 1920, जदों एस जी पी सी बनती है तो एस जी पी सी गुरद्वारियां दी आजादी की लड़ाई लड़नी शुरू करती है। जिहड़े दिन एस जी पी सी नवंबर 1920 बनती है उदों वोटां पाउण दा प्रबंध नहीं सी, इन्हां ने की कीता सुंदर सिंह मजीठिया नूं अपना प्रधान ला लिया। खैर एक साल बाद अस्तीफा दे के अपने निजी कारणां करके फिर हुई एस जी पी सी दीआं पहलीआं चोणां, तो एस जी पी सी दे पहले प्रधान बने चुने हुए प्रधान, वैसे प्रधान बने सुंदर सिंह मजीठिया, तो चुने हुए प्रधान किहड़े बने? अपने बाबा खड़क सिंह। फिर उस तो बाद एस जी पी सी ने गुरद्वारा एक्ट पास करा लिया, वो एक्ट लागू होया नवंबर 1925 च जाके। सवाल मेरा ये है जो इन्होंने पूछा वो बाले तेज आए, कहते जदों एस जी पी सी का सिख गुरद्वारा एक्ट पास होया 1925 च, उस तो बाद एक्ट पास होने तो बाद पहला प्रधान कौन बनया? सवाल ये है, तो ये तुहाडे लई दसदा उदों भी पहले प्रधान बने सी बाबा खड़क सिंह जी। कौन बने सी? बाबा खड़क सिंह पहले प्रधान बने आ, पर बाबा खड़क सिंह सी जेल च, इस करके वाइस प्रधान ने प्रधानगी सांभी है। हुण मेरा सवाल यह है कि वह वाइस प्रधान कौन सी जिन्हें प्रधानगी सांभी है? वह सीगे जी मास्टर तारा सिंह। सो आ गल्लां बहुत इंपॉर्टेंट आ कि एक्ट पास होने तो बाद पहला प्रधान, तो उन्होंने जेल च होने करके वाइस प्रधान ने प्रधानगी सांभी है, तो वाइस प्रधान कौन सी? खैर अगे आ जाओ, एस जी पी सी बारे दसता, सुंदर सिंह मजीठिया पहले प्रधान, बाबा खड़क सिंह पहले चुने हुए प्रधान, सब तो लंबे समय का प्रधान गुरचरण सिंह टौड़ा, तो सब तो छोटे थोड़े टाइम के गोपाल सिंह कौमी, एक दिन 1933 प्रधान रहे बस गोपाल सिंह कौमी, तो इको एक औरत प्रधान जगीर कौर। तो मैं तुम्हें दसदा एक ना इन्होंने फतेहगढ़ साहब यूनीवर्सिटी बनाई है, पता नहीं यूनीवर्सिटी है कि की है, वह नाम है शायद गुरु ग्रंथ साहब वर्ल्ड यूनीवर्सिटी। तो कहते हैं जी जिहड़ा भी एस जी पी सी का प्रधान हुंदा है वह एक्स ऑफिशो ऑटोमैटिकली ही उस यूनीवर्सिटी का चांसलर हुंदा है, ये गल पल्ले बन लियो किड्डे इंपॉर्टेंट फैक्ट आ। सारे दे सारे इंपॉर्टेंट फैक्ट मैं तुहानू एक क्वेश्चन कवर करके दस दे। लो जी नैक्सट, एक चादर मैली सी। सो ये असल च इस करके सी बिकॉज जदों ये पेपर च आया सी ना उन्हां समयां च ये फिल्म खबरां च सी, तो ये फिल्म जिस नॉवल ते बनी सी वह नॉवल रजिंदर सिंह बेदी का लिखिया सी। वैसे एज इट इज़ पंजाब दे लिटरेचर च कोई सीधे तौर ते इन्ना तो भी कोई पुछ ले तो वह नहीं आ सकता, उहदी वजह की है वह तुहानू मैं दसदा। देखो कई बार की हुंदा है, एक ना ये सुरजीत गग नाम दे एक पंजाब दे राइटर, ठीक है, ये गल 2017-18 की है। सुरजीत गग की एक कविता सी मैं ते नानक, ठीक है, वो उन्होंने कथित तौर पर मनिया जाता है कि उन्होंने गुरु नानक देव जी बारे बहुत गलत शब्दावली वरती सी, तो यूट्यूब पर असी वो वीडियो भी नहीं लभ सकते बिकॉज वो जो कुछ उन्होंने कहा वो सिख धर्म का फॉलो करने वाली संगतों को बड़ा इतराज सी, पर पी पी एस सी तो ये कोई मतलब नहीं ना कि सुरजीत गग ने जी मैं ते नानक लिखी है वह की है, तो ना ही उन्हों का कोई लिटरेचर च बहुत वड्डा योगदान आ। वो लैफ्ट की आइडियोलॉजी नाल जुड़े हुए एक राइटर सीगे, उन्होंने 2017-18 च उदों आया सी सी डी पी ओ का पेपर, तो पंजाब दे पेपर वाले ने पूछ लिया कि मैं ते नानक किहदी लिखी हुई है। सो बंदा सोचता कि यार यदा मतलब अज का कोई लिटरेचर का सवाल थोड़ा सी,
ਉਹ ਕਰੰਟ ਅਫੇਅਰਸ ਦਾ ਸਵਾਲ ਸੀਗਾ ਸੋ ਜ਼ਰੂਰੀ ਨਹੀਂ ਹੁੰਦਾ ਕਿ ਹਰ ਇੱਕ ਜੇ ਕੋਈ ਇਹੋ ਜਿਹਾ ਅਜੀਬ ਜਿਹਾ ਰਾਈਟਰ ਆ ਗਿਆ ਆਪਾਂ ਨੂੰ ਬੜੇ ਜਿਹੜੇ ਕਿ ਅੱਜ ਦੇ ਸਮਕਾਲੀ ਆ ਅਤੇ ਉਹਨਾਂ ਨੂੰ ਲੈ ਕੇ ਤੁਸੀਂ ਇਹ ਸੋਚੀ ਜਾਓ ਕਿ ਅੱਜ ਵਾਲੇ ਦੀਆਂ ਸਾਰੀਆਂ ਕਵਿਤਾਵਾਂ ਯਾਦ ਕਰ ਲਓ ਇਹ ਗਲਤ ਗੱਲ ਆ ਉਹ ਖਬਰਾਂ 'ਚ ਸੀ ਯੂਟਿਊਬ ਤੋਂ ਬੈਨ ਹੋਈ ਸੀ ਟੀ ਵੀ ਚੈਨਲਾਂ 'ਤੇ ਡਿਬੇਟ ਚੱਲ ਰਹੀ ਸੀ ਇਸ ਕਰਕੇ ਆਪਾਂ ਨੂੰ ਗੜਬੜ ਹੋਈ ਉਹਦੇ 'ਚ ਠੀਕ ਆ ਖੈਰ ਅੱਗੇ ਆ ਜਾਓ ਨੈਕਸਟ ਕਹਿੰਦੇ ਪਟਿਆਲੇ ਦਾ ਉਹ ਕਿਹੜਾ ਮਨਾਰਕ ਸੀਗਾ ਜਿਹਨੇ ਪਹਿਲੀ ਗੋਲ ਮੇਜ ਕਾਨਫਰੰਸ ਅਟੈਂਡ ਕੀਤੀ ਸੀ 1930 'ਚ ਬਈ ਜਦੋਂ ਗੋਲ ਮੇਜ ਕਾਨਫਰੰਸਾਂ ਹੋਈਆਂ ਰਾਊਂਡ ਟੇਬਲ ਕਾਨਫਰੰਸ 1930 'ਚ ਉਦੋਂ ਪਟਿਆਲੇ ਦਾ ਰਾਜਾ ਕੌਣ ਸੀ ਭਲਾ ਦੱਸ ਸਕਦੇ ਹੋ ਪਟਿਆਲੇ ਦਾ ਰਾਜਾ ਸੀ ਭੁਪਿੰਦਰ ਸਿੰਘ ਅਤੇ ਜੇ ਕੋਈ ਮੈਨੂੰ ਪੁੱਛੇ ਕਿ ਭੁਪਿੰਦਰ ਸਿੰਘ ਆਂਸਰ ਆ ਮੈਂ ਕਹੂੰਗਾ ਬਿਲਕੁਲ ਠੀਕ ਆ ਪਰ ਗੱਲ ਇਹ ਨਹੀਂ ਗੀ ਮੈਂ ਭੁਪਿੰਦਰ ਸਿੰਘ ਬਾਰੇ ਬਹੁਤ ਕੁਝ ਦੱਸਣਾ ਚਾਹੁੰਦਾ ਤੁਹਾਨੂੰ ਪਤਾ ਫਸਟ ਵਰਲਡ ਵਾਰ 1919 'ਚ ਖਤਮ ਹੋਇਆ ਸੀਗਾ ਵਰਸਲੇ ਦੀ ਸੰਧੀ ਨਾਲ ਟ੍ਰੀਟੀ ਆਫ ਵਰਸਲੇਜ਼ 1914 ਤੋਂ 1918 ਫਸਟ ਵਰਲਡ ਵਾਰ ਉਸ ਤੋਂ ਬਾਅਦ ਦੁਨੀਆ 'ਚ ਲੜਾਈ ਨਾ ਹੋ ਸਕੇ ਇਸ ਕਰਕੇ ਇੱਕ ਸੰਸਥਾ ਬਣੀ ਸੀ ਨਾਮ ਸੀ ਲੀਗ ਆਫ ਨੇਸ਼ਨਸ ਅਤੇ ਮੈਂ ਤੁਹਾਡੀ ਜਾਣਕਾਰੀ ਵੀ ਦੱਸਦਾ ਭਾਰਤ ਵੱਲੋਂ ਰੀਪ੍ਰਜੈਂਟੇਸ਼ਨ ਕੀਤੀ ਸੀ ਭੁਪਿੰਦਰ ਸਿੰਘ ਨੇ ਪਹਿਲਾ ਸਵਾਲ ਜਿਹੜੇ ਭਾਰਤ ਦੇ 565 ਰਾਜੇ ਸੀ ਉਹਨਾਂ ਸਾਰਿਆਂ ਦਾ ਇੱਕ ਚੈਂਬਰ ਬਣਿਆ ਸੀ ਚੈਂਬਰ ਆਫ ਪ੍ਰਿੰਸਿਸ ਉਹਦੇ ਚਾਂਸਲਰ ਦੇ ਤੌਰ 'ਤੇ ਇਹਨਾਂ ਨੇ 10 ਸਾਲ ਕੰਮ ਕੀਤਾ ਹੈ ਭਾਰਤ ਨੂੰ ਭਾਰਤ ਦੇ ਰਾਜਿਆਂ ਨੂੰ ਰਾਊਂਡ ਟੇਬਲ ਕਾਨਫਰੰਸ 'ਚ ਇਹ ਰਿਪ੍ਰਜੈਂਟ ਕਰਕੇ ਆਏ ਆ ਇਹਨਾਂ ਕੋਲ ਆਪਣਾ ਏਅਰਕ੍ਰਾਫਟ ਸੀਗਾ ਇਹ ਇੰਡੀਅਨ ਕ੍ਰਿਕਟ ਟੀਮ ਦੇ 1911 'ਚ ਜਦੋਂ ਗਈ ਆ ਉਹਦੇ ਕੈਪਟਨ ਰਹੇ ਆ ਪਹਿਲੀ ਵਾਰ ਜਦੋਂ ਇੰਡੀਆ ਦੀ ਕ੍ਰਿਕਟ ਟੀਮ ਨੇ ਟੈਸਟ ਕ੍ਰਿਕਟ ਖੇਡਣ 1932 'ਚ ਬਾਹਰ ਜਾਣਾ ਸੀਗਾ ਠੀਕ ਆ ਤਾਂ ਉਦੋਂ ਇਹਨਾਂ ਨੂੰ ਚੁਣਿਆ ਗਿਆ ਮਤਲਬ ਕੈਪਟਨ ਪਰ ਇਹਨਾਂ ਦੇ ਸੱਟ ਲੱਗਣ ਕਰਕੇ ਇਹਨਾਂ ਨੂੰ ਸਾਈਡਲਾਈਨ ਕਰ ਦਿੱਤਾ ਗਿਆ ਇਹਨਾਂ ਨੇ ਰਣਜੀ ਟਰੋਫੀ ਕੁਮਾਰ ਰਣਜੀਤ ਸਿੰਘ ਦੇ ਯਾਦ ਵਿੱਚ ਇਹਨਾਂ ਨੇ ਸ਼ੁਰੂ ਕਰਵਾਈ ਹੈ ਰਣਜੀ ਟਰੋਫੀ ਵੀ ਸੋ ਜੇ ਤੁਹਾਨੂੰ ਕੋਈ ਪੁੱਛੇ ਕਿ ਬਈ ਆਪਣਾ ਭੁਪਿੰਦਰ ਸਿੰਘ ਬਾਰੇ ਚਾਰ ਗੱਲਾਂ ਪਤਾ ਹੋਣ ਕੀ ਪਤਾ ਅੱਜ ਤਾਂ ਸਵਾਲ ਇੱਥੋਂ ਪੁੱਛ ਲਿਆ ਕੱਲ੍ਹ ਨੂੰ ਇਹ ਪੁੱਛ ਲੈਣਗੇ ਕਿ ਇੰਡੀਆ ਨੂੰ ਲੀਗ ਆਫ ਨੇਸ਼ਨਸ ਰਿਪ੍ਰਜੈਂਟ ਕਿਹਨੇ ਕੀਤਾ ਹੈ ਤਾਂ ਉਹ ਵੀ ਭੁਪਿੰਦਰ ਸਿੰਘ ਨੇ ਕੀਤਾ ਹੈ ਸੋ ਸਾਨੂੰ ਇੱਕ ਦਾਇਰੇ 'ਚੋਂ ਬਾਹਰ ਜਾ ਕੇ ਤਿਆਰੀ ਕਰਨੀ ਪਊਗੀ ਫਿਰ ਜਾ ਕੇ ਆਪਾਂ ਨੂੰ ਪੇਪਰਾਂ 'ਚ ਉਹ ਵੀ ਸਪੈਸ਼ਲੀ ਉਦੋਂ ਜਦੋਂ ਹੱਥ PPSC ਦੇ ਪੇਪਰਾਂ ਨੂੰ ਪਾਉਣਾ ਹੈ ਨੈਕਸਟ ਵਾਕਾ ਇਹ ਜੰਗ ਏ ਸਿੱਖਾਂ ਇਹ ਬੜੀ ਇੰਪੋਰਟੈਂਟ ਰਚਨਾ ਹੈ ਕਹਿੰਦੇ ਜੀ ਇਹ ਦੀਵਾਨ ਅਜ਼ੂਦ ਪ੍ਰਸ਼ਾਦ ਦੀ ਲਿਖੀ ਹੋਈ ਹੈ ਠੀਕ ਆ ਇਹ ਭਾਰਤ ਦੇ 'ਚ ਪੰਜਾਬ ਦੇ ਇਤਿਹਾਸ 'ਚ ਕਿਹੜੀ ਲੜਾਈ ਦਾ ਜ਼ਿਕਰ ਕਰਦੀ ਹੈ ਮੇਰੀ ਗੱਲ ਧਿਆਨ ਨਾਲ ਸੁਣਿਓ ਉਦੋਂ ਤੱਕ ਨਹੀਂ ਤੁਹਾਨੂੰ ਸਮਝ ਆ ਸਕਦੀ ਜਦੋਂ ਤੱਕ ਤੁਹਾਨੂੰ ਇਹ ਨਾ ਪਤਾ ਲੱਗੇ ਕਿ ਦੀਵਾਨ ਅਜ਼ੂਦੀਆ ਪ੍ਰਸ਼ਾਦ ਕੌਣ ਸੀਗੇ ਠੀਕ ਆ ਪਹਿਲਾਂ ਤਾਂ ਤੁਹਾਨੂੰ ਇਹਨਾਂ ਬਾਰੇ ਥੋੜ੍ਹਾ ਜਿਹਾ ਪਤਾ ਹੋਣਾ ਚਾਹੀਦਾ ਹੈ ਸੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਰਣਜੀਤ ਸਿੰਘ ਦੀ ਸੈਨਾ 'ਚ ਇੱਕ ਦੀਵਾਨ ਗੰਗਾ ਰਾਮ ਸੀਗੇ ਗੰਗਾ ਰਾਮ ਰਣਜੀਤ ਸਿੰਘ ਦੀ ਸੈਨਾ 'ਚ ਉਹ ਵਫਾਦਾਰ ਸੀਗੇ ਵਫਾਦਾਰ ਹਿੰਦੂ ਸੀ ਜਿਨ੍ਹਾਂ ਨੂੰ ਰਣਜੀਤ ਸਿੰਘ ਨੇ ਚੰਗੀ ਪੋਸਟ ਦਿੱਤੀ ਹੋਈ ਸੀ ਇੱਥੋਂ ਤੱਕ ਕਿ ਦੀਵਾਨ ਦੀ ਪੋਸਟ ਦਿੱਤੀ ਸੀ ਉਹਨਾਂ ਦਾ ਅਡੋਪਟਡ ਸਨ ਸੀਗੇ ਦੀਵਾਨ ਅਜ਼ੂਦੀਆ ਪ੍ਰਸ਼ਾਦ ਸੋ ਉਹ ਰਣਜੀਤ ਸਿੰਘ ਦੇ ਨਾਲ ਰਹੇ ਆ ਰਣਜੀਤ ਜਦੋਂ ਦੀਵਾਨ ਗੰਗਾ ਰਾਮ ਦੀ ਮੌਤ ਹੋ ਜਾਂਦੀ ਆ ਉਸ ਤੋਂ ਬਾਅਦ ਅਜ਼ੂਦੀਆ ਪ੍ਰਸ਼ਾਦ ਨੂੰ ਉਹਨਾਂ ਦੇ ਪਿਤਾ ਵਾਲੀ ਡੈਜ਼ਿਗਨੇਸ਼ਨ ਮਿਲ ਜਾਣੀ ਹੈ ਯਾਨੀ ਕਿ ਦੀਵਾਨ ਅਜ਼ੂਦੀਆ ਪ੍ਰਸ਼ਾਦ ਇਹ ਦੀਵਾਨ ਗੰਗਾ ਰਾਮ ਦੇ ਅਡੋਪਟਡ ਸਨ ਸੀ ਰਣਜੀਤ ਸਿੰਘ ਦੇ ਨਾਲ ਰਹੇ ਆ ਰਣਜੀਤ ਸਿੰਘ ਦੀ ਡੈਥ ਤੋਂ ਬਾਅਦ ਇਹ ਰਣਜੀਤ ਸਿੰਘ ਦੇ ਵਾਰਸਾਂ ਦੀ ਸੈਨਾ ਦੇ ਵਿੱਚ ਵੀ ਬਰਾਬਰ ਰਹੇ ਆ ਪਰ ਦਿੱਕਤ ਉਦੋਂ ਆ ਗਈ ਜਦੋਂ ਰਣਜੀਤ ਸਿੰਘ ਦੇ ਵਾਰਸ ਆਪਸ 'ਚ ਹੀ ਲੜ ਪਏ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਇਹਨਾਂ ਦੀਆਂ ਡਿਊਟੀਆਂ ਕਿਤੇ ਕਦੀ ਕਿਤੇ ਕਦੀ ਕਿਤੇ ਇੱਥੋਂ ਤੱਕ ਕਿ ਮੈਂ ਤੁਹਾਡੀ ਜਾਣਕਾਰੀ ਲਈ ਦੱਸਦਾ ਬਾਅਦ 'ਚ ਅੰਗਰੇਜ਼ੀ ਸੈਨਾ ਦੀ ਅੰਗਰੇਜ਼ੀ ਸੈਨਾ ਦੀ ਸਰਵਿਸ 'ਚ ਚਲੇ ਗਏ ਇੱਕ ਗੱਲ ਭੁਲੇਖਾ ਕੱਢ ਦਿਓ ਇਹਨਾਂ ਨੇ ਕੋਈ ਸਿੱਖਾਂ ਨਾਲ ਧੋਖਾ ਨਹੀਂ ਕੀਤਾ ਹਾਂ ਇਹ ਜਦੋਂ ਰਣਜੀਤ ਸਿੰਘ ਦੀ ਸੈਨਾ ਦੇ ਵਾਰਸ ਰਣਜੀਤ ਸਿੰਘ ਦੇ ਵਾਰਸ ਆਪਸ 'ਚ ਲੜ ਰਹੇ ਸੀ ਨਾ ਜਦੋਂ ਰਣਜੀਤ ਸਿੰਘ ਦੇ ਵਾਰਸਾਂ ਦੀ ਆਪਸ 'ਚ ਲੜਾਈ ਹੋ ਰਹੀ ਸੀ ਤਾਂ ਇਹ ਰਿਜ਼ਾਈਨ ਪਾ ਕੇ ਚਲੇ ਗਏ ਸੀ ਇਸ ਤੋਂ ਬਾਅਦ ਅੰਗਰੇਜ਼ਾਂ ਨੇ ਇਹਨਾਂ ਦੀਆਂ ਸਰਵਿਸਿਜ਼ ਲਈਆਂ ਅਤੇ ਮੈਂ ਤੁਹਾਨੂੰ ਇੱਕ ਜਾਣਕਾਰੀ ਦੱਸਦਾ ਇੱਕ ਫੈਕਟ ਦੱਸਦਾ ਜਦੋਂ ਦਲੀਪ ਸਿੰਘ ਫਤਿਹਗੜ੍ਹ ਸਾਹਿਬ ਰਹਿ ਰਹੇ ਸੀਗੇ ਤਾਂ ਉਹਨਾਂ ਦੀ ਸਰਵਿਸ ਦੇ ਵਿੱਚ ਅੰਗਰੇਜ਼ਾਂ ਨੇ ਇਹਨਾਂ ਦੀ ਡਿਊਟੀ ਲਾਈ ਸੀਗੀ ਸੋ ਇਹ ਗੱਲ ਬਹੁਤ ਇੰਪੋਰਟੈਂਟ ਆ ਇਹਨਾਂ ਨੇ ਆਪਣਾ ਜਿਹੜਾ ਵਾਕਾ ਏ ਸਿੱਖਾਂ ਏ ਆਹ ਲਿਖੋ ਵਾਕਾ ਏ ਜੰਗ ਏ ਸਿੱਖਾਂ ਇਹ ਲਿਖਿਆ ਇਹਦੇ 'ਚ ਇਹਨਾਂ ਨੇ ਦੱਸਿਆ ਕਿ ਜਿਹੜੀ ਪਹਿਲੀ ਐਂਗਲੋ ਸਿੱਖ ਵਾਰ ਹੋਈ ਹੈ ਨਾ 1845 ਤੋਂ ਲੈ ਕੇ 1846 ਤੱਕ ਉਹਦੇ 'ਚ ਸਿੱਖਾਂ ਦੇ ਹਾਰਨ ਦੇ ਕੀ ਕਾਰਨ ਰਹੇ ਆ ਸੋ ਇਹਨਾਂ ਦੀ ਇਸ ਲਿਖੀ ਹੋਈ ਦਾਸਤਾਨ ਤੋਂ ਸਾਨੂੰ ਬਹੁਤ ਕੁਛ ਪਤਾ ਲੱਗਦਾ ਹੈ ਸੋ ਜੇ ਪੇਪਰ 'ਚ ਆ ਗਿਆ ਕਿ ਵਾਕਾ ਇਹ ਜੰਗ ਏ ਸਿੱਖਾਂ ਕਿਹਦੀ ਲਿਖੀ ਹੋਈ ਆ ਤਾਂ ਦੀਵਾਨ ਅਜ਼ੂਦੀਆ ਪ੍ਰਸ਼ਾਦ ਇਹ ਸੀਗੇ ਕੌਣ ਦੀਵਾਨ ਗੰਗਾ ਰਾਮ ਦੇ ਅਡੋਪਟਡ ਸਨ ਇਹਨਾਂ ਨੇ ਜਿਹੜੀ ਕਿਤਾਬ ਲਿਖੀ ਆ ਉਹਦੇ 'ਚ ਸਿੱਖ ਇਤਿਹਾਸ ਦੇ ਕਿਹੜੇ ਹਿੱਸੇ ਦਾ ਜ਼ਿਕਰ ਆ 1845 ਤੋਂ ਲੈ ਕੇ 46 ਤੱਕ ਹੋਈ ਪਹਿਲੀ ਐਂਗਲੋ ਸਿੱਖ ਵਾਰ ਦਾ ਜ਼ਿਕਰ ਆ ਜੀ ਉਹਦੇ 'ਚ ਸੋ 16ਵਾਂ ਕੁਐਸਚਨ ਆ ਉਮੀਦ ਕਰਦਾ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੋਊਗਾ ਨੈਕਸਟ ਉਸ ਤੋਂ ਬਾਅਦ ਅੱਗੇ ਆ ਜਾਓ ਅੱਗੇ ਆ ਗਿਆ ਜੀ ਆਪਣੇ ਕੋਲ 17ਵਾਂ ਕੁਐਸਚਨ ਕਹਿੰਦੇ ਜੀ ਤਮਸਨਾਮਾ ਕਿਹਦਾ ਲਿਖਿਆ ਹੋਇਆ ਜੀ ਆਹ ਬਹੁਤ ਇੰਪੋਰਟੈਂਟ ਆ ਅਤੇ ਮੇਰੀ ਇੱਕ ਗੱਲ ਸੁਣੋ
ਜੇ ਤੁਸੀਂ ਮੈਨੂੰ ਕਹੋਗੇ ਕਿ ਸਿੱਖ ਗੁਰੂ ਕਾਲ ਕਦੋਂ ਖਤਮ ਹੋਇਆ ਤਾਂ ਮੈਂ ਕਹੂੰਗਾ 1707 ਚ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਕਦੋਂ ਹੋਈ ਆ ਤੁਸੀਂ ਕਹੋਗੇ 1716 ਚ ਤੇ ਰਣਜੀਤ ਸਿੰਘ ਕਦੋਂ ਆਇਆ ਹੈ 1780 ਚ ਇਹ ਵਿਚਲਾ ਟਾਈਮ ਸਾਡਾ ਕਿਹਨਾਂ ਨੇ ਸਾਂਭਿਆ ਹੈ ਸਿੱਖਾਂ ਨੇ ਆਪ ਹੀ ਸਾਂਭਿਆ ਮਿਸਲਾਂ ਬਣਾਉਣ ਨੂੰ ਕਿ ਦਲ ਖਾਲਸਾ ਮਿਸਲਾਂ ਬਣਾ ਕੇ ਇਹਨਾਂ ਸਮਿਆਂ 'ਚ ਸਿੱਖਾਂ 'ਤੇ ਬਹੁਤ ਮਾੜਾ ਟਾਈਮ ਆਇਆ 1746 'ਚ ਸਿੱਖਾਂ 'ਤੇ ਇੱਕ ਬਹੁਤ ਵੱਡਾ ਘੱਲੂਘਾਰਾ ਹੋਇਆ ਜਦੋਂ ਗੁਰਦਾਸਪੁਰ 'ਚ ਕਾਨੂੰਆਣ ਦੇ ਜੰਗਲਾਂ 'ਚ ਲਾਹੌਰ ਦੇ ਜਸਪਤ ਲਖਪਤ ਲਾਹੌਰ ਦਾ ਉਹ ਸੀਗਾ ਜਿਹੜਾ ਯਈਆ ਖਾਨ ਗਵਰਨਰ ਉਹਨੇ ਅਤੇ ਉਹਦੇ ਚੇਲੇ ਲਖਪਤ ਰਾਏ ਨੇ ਸਿੱਖਾਂ 'ਤੇ ਬਹੁਤ ਭੈੜਾ ਹਮਲਾ ਕੀਤਾ ਉਹਨੂੰ ਛੋਟਾ ਘੱਲੂਘਾਰਾ ਕਹਿੰਦੇ ਆ 1762 'ਚ ਬਹੁਤ ਵੱਡਾ ਹੱਲੂ ਘੱਲੂਘਾਰਾ ਹੋਇਆ ਬੜਾ ਵੱਡਾ ਹੋਲੋਕੋਸਟ ਸਿੱਖਾਂ 'ਤੇ ਹੋਇਆ ਉਹ ਕਿਹਨੇ ਕੀਤਾ ਅਹਿਮਦ ਸ਼ਾਹ ਅਬਦਾਲੀ ਨੇ 2 ਫੈਬ 1762 ਨੂੰ ਇਹ ਕੀਤਾ ਇਹਨੇ ਕੂਪ ਪਿੰਡ ਆ ਸੰਗਰੂਰ ਦੇ ਏਰੀਏ 'ਚ ਸੋ ਇਹੋ ਜਿਹੀਆਂ ਬੜੀਆਂ ਭੈੜੀਆਂ ਭੈੜੀਆਂ ਘਟਨਾਵਾਂ ਸਿੱਖਾਂ ਨਾਲ ਹੋਈਆਂ ਮੰਦਭਾਗੀਆਂ ਘਟਨਾਵਾਂ ਕਹਿ ਸਕਦੇ ਹਾਂ ਜੇ ਤੁਸੀਂ ਕਹੋਗੇ ਕਿ ਇਸ ਇਤਿਹਾਸ ਬਾਰੇ ਸਿੱਖਾਂ ਦੇ ਸਾਨੂੰ ਪਤਾ ਕਿੱਥੋਂ ਲੱਗਦਾ ਹੈ ਬੜੀਆਂ ਕਿਤਾਬਾਂ ਲਿਖੀਆਂ ਗਈਆਂ ਇਸ ਇਤਿਹਾਸ 'ਤੇ 1716 ਤੋਂ ਲੈ ਕੇ 1780 ਤੱਕ ਦੇ ਇਤਿਹਾਸ 'ਤੇ ਇਹਨਾਂ 'ਚੋਂ ਹੀ ਦੋ ਕਿਤਾਬਾਂ ਦਾ ਜ਼ਿਕਰ ਮੈਂ ਤੁਹਾਡੇ ਨਾਲ ਕਰਨ ਲੱਗਾ ਯਾਦ ਰੱਖਿਓ ਇਹਨਾਂ 'ਚੋਂ ਇੱਕ ਕਿਤਾਬ ਸੀਗੀ ਘਨੱਈਆ ਲਾਲ ਦੀ ਲਿਖੀ ਹੋਈ ਕਿਤਾਬ ਆ ਤਾਰੀਖੇ ਪੰਜਾਬ ਪੇਪਰ 'ਚ ਸਿੱਧਾ ਆ ਸਕਦਾ ਕਿ ਤਾਰੀਖੇ ਪੰਜਾਬ ਕਿਤਾਬ ਕਿਹਦੀ ਲਿਖੀ ਹੋਈ ਆ ਘਨੱਈਆ ਲਾਲ ਦੀ ਅਤੇ ਦੂਜੀ ਕਿਤਾਬ ਤਮਸ ਖਾਨ ਮਿਸਕੀਨ ਉਹਦੀ ਲਿਖੀ ਹੋਈ ਆ ਤਮਸਨਾਮਾ ਸੋ ਮੋਸਟ ਇੰਪੋਰਟੈਂਟ ਆ ਕਿ ਤਮਸ ਖਾਨ ਮਸਕੀਨ ਦੀ ਲਿਖੀ ਹੋਈ ਕਿਤਾਬ ਆ ਤਮਸ ਖਾਨਾ ਇਹਨਾਂ ਦੋ ਕਿਤਾਬਾਂ ਤੋਂ ਸਾਨੂੰ 17ਵੀਂ ਅਤੇ 18ਵੀਂ ਸਦੀ ਦੇ ਵਿੱਚ ਸਿੱਖਾਂ 'ਤੇ ਕੀ ਬੀਤੀ ਆ ਕੀ ਬਣਿਆ ਹੈ ਉਹਦੇ ਤੋਂ ਪਤਾ ਲੱਗਦਾ ਹੈ ਸੋ ਜੇ ਪੇਪਰ 'ਚ ਆ ਗਿਆ ਕਿ ਤਾਰੀਖੇ ਪੰਜਾਬ ਕਿਹਦੀ ਲਿਖੀ ਹੋਈ ਆ ਤਾਂ ਤੁਸੀਂ ਟਿੱਕ ਲਾਉਂਦੇ ਘਨੱਈਆ ਲਾਲ ਅਤੇ ਜੇ ਪੇਪਰ 'ਚ ਆ ਗਿਆ ਕਿ ਤਮਹਸਨਾਮਾ ਜੋ ਸਿੱਖਾਂ ਦੀਆਂ ਲੜਾਈਆਂ ਦਾ ਜ਼ਿਕਰ ਕਰਦੀ ਆ ਉਹ ਕਿਤਾਬ ਕਿਹਦੀ ਲਿਖੀ ਹੋਈ ਆ ਉਹ ਕਿਤਾਬ ਲਿਖੀ ਹੋਈ ਆ ਜੀ ਤਮਸ ਖਾਨ ਮਸਕੀਨ ਦੀ ਅਤੇ ਬੜਾ ਚਲਾਕੀ ਨਾਲ ਇਹਨਾਂ ਨੇ ਤਮਸ ਖਾਨ ਤਾਂ ਪਾਇਆ ਨਹੀਂ ਮਸਕੀਨ ਪਾਤਾ ਠੀਕ ਆ ਸੋ ਸਾਨੂੰ 18ਵੀਂ ਸਦੀ ਦੀਆਂ ਦੋ ਕਿਤਾਬਾਂ ਜਿਹੜੀਆਂ ਸਾਡੀਆਂ ਨੋਰਮਲ ਅਸੀਂ ਜਦੋਂ ਪੜ੍ਹਦੇ ਹਾਂ ਨਾ ਉਸ ਹਿਸਟਰੀ 'ਚ ਨਹੀਂ ਆਉਂਦੀਆਂ ਇਹ ਚੱਕ ਕੇ ਸਾਈਡ ਤੋਂ ਸਾਡੀ ਹਿਸਟਰੀ 'ਚ ਚੱਕੀਆਂ ਗਈਆਂ ਅਤੇ ਮੈਂ ਉਹਦੇ ਨੇੜੇ ਦਾ ਹਿੱਸਾ ਵੀ ਐਕਸਪਲੋਰ ਕਰਕੇ ਤੁਹਾਡੇ ਲਈ ਲੈ ਕੇ ਆਇਆ ਤਾਂ ਕਿ ਤੁਹਾਨੂੰ ਸਾਰਾ ਕੁਝ ਪਤਾ ਲੱਗੇ ਨੈਕਸਟ ਉਸ ਤੋਂ ਬਾਅਦ ਆ ਜਾਓ ਜੀ 18ਵੇਂ ਸਵਾਲ 'ਤੇ ਅਗਲਾ ਸਵਾਲ ਆ ਕਿ ਗੁਰੂ ਗੋਬਿੰਦ ਸ਼ਾਹੀ ਸਿੱਕਾ ਮੈਂ ਤੁਹਾਡੀ ਜਾਣਕਾਰੀ ਦੱਸਦਾ ਸਿੱਖ ਇਤਿਹਾਸ 'ਚ ਗੁਰੂ ਗੋਬਿੰਦ ਸਿੰਘ ਦੀ ਡੈਥ ਤੋਂ ਬਾਅਦ ਇੱਕ ਨਾਨਕ ਸ਼ਾਹੀ ਸਿੱਕੇ ਰਿਲੀਜ਼ ਕੀਤੇ ਆ ਬੰਦਾ ਸਿੰਘ ਬਹਾਦਰ ਨੇ ਠੀਕ ਆ ਸੋਰੀ ਬੰਦਾ ਸਿੰਘ ਬਹਾਦਰ ਨੇ ਨੋਰਮਲ ਸਿੱਕੇ ਰਿਲੀਜ਼ ਕੀਤੇ ਆ ਠੀਕ ਆ ਉਸ ਤੋਂ ਬਾਅਦ ਰਣਜੀਤ ਸਿੰਘ ਆਏ ਉਹਨਾਂ ਨੇ ਨਾਨਕ ਸ਼ਾਹੀ ਸਿੱਕਾ ਰਿਲੀਜ਼ ਕੀਤਾ ਉਸ ਤੋਂ ਬਾਅਦ ਜਦੋਂ ਸਿੱਖ ਮਿਸਲਾਂ ਰਣਜੀਤ ਸਿੰਘ ਤੋਂ ਪਹਿਲਾਂ ਸਿੱਖ ਮਿਸਲਾਂ ਦਾ ਦੌਰ ਸੀ ਜਦੋਂ ਆ ਜਦੋਂ ਬੁੱਢਾ ਦਲ ਤਰੁਣਾ ਦਲ ਸੀਗੇ ਉਦੋਂ 1764 'ਚ ਸਰਹੰਦ ਦੀ ਲੜਾਈ ਫਤਿਹ ਕੀਤੀ ਸੀ ਸਿੱਖਾਂ ਨੇ ਮਿਸਲਾਂ ਨੇ ਉਸ ਤੋਂ ਬਾਅਦ ਸਰਹੰਦ ਦੀ ਲੜਾਈ ਫਤਿਹ ਕਰਨ ਤੋਂ ਬਾਅਦ ਇਹ ਸਾਲ ਆ 1764 ਕਿਉਂਕਿ ਸਿੱਖ ਦਲ ਖਾਲਸਾ ਬਣਿਆ ਸੀ 1748 'ਚ 1764 'ਚ ਸਿੱਖਾਂ ਨੇ ਸਰਹੰਦ ਦੀ ਲੜਾਈ ਫਤਿਹ ਕਰਕੇ ਗੁਰੂ ਗੋਬਿੰਦ ਸਿੰਘ ਦੇ ਨਾਮ 'ਤੇ ਗੋਬਿੰਦ ਸ਼ਾਹੀ ਸਿੱਕੇ ਰਿਲੀਜ਼ ਕੀਤੇ ਸੀਗੇ ਅਤੇ ਉਹ ਸਿਲਵਰ ਦੇ ਸੀ ਸੋ ਆਹ ਇੰਪੋਰਟੈਂਟ ਗੱਲ ਆ ਪੇਪਰ 'ਚ ਆ ਸਕਦਾ ਕਿ ਉਹ ਸਰਹੰਦ ਦੀ ਲੜਾਈ ਕਦੋਂ ਹੋਈ ਆ 1764-65 'ਚ ਸੋ ਮੈਂ ਸਿੱਕਿਆਂ ਨੂੰ ਲੈ ਕੇ ਇੱਕ ਵੱਖਰਾ ਲੈਕਚਰ ਤੁਹਾਡੀ ਐਪ 'ਚ ਅਪਲੋਡ ਕਰਨਾ ਹੈ ਜਿਹੜਾ 1707 ਤੋਂ ਲੈ ਕੇ 1947 ਤੱਕ ਸਿੱਖ ਇਤਿਹਾਸ ਨਾਲ ਸੰਬੰਧਿਤ ਜਿਹੜੇ ਵੀ ਸਿੱਕੇ ਰਿਲੀਜ਼ ਹੋਏ ਆ ਚਾਹੇ ਕਿਸੇ ਮਿਸਲ ਨੇ ਕੀਤੇ ਆ ਚਾਹੇ ਰਣਜੀਤ ਸਿੰਘ ਨੇ ਕੀਤੇ ਆ ਚਾਹੇ ਬੰਦਾ ਸਿੰਘ ਬਹਾਦਰ ਨੇ ਕੀਤੇ ਆ ਕਿਉਂਕਿ ਆਹ ਸਿੱਕਾ ਮਿਸਲਾਂ ਨੇ ਰਿਲੀਜ਼ ਕੀਤਾ ਹੈ ਨਾ ਬੰਦਾ ਸਿੰਘ ਬਹਾਦਰ ਨੇ ਕੀਤਾ ਹੈ ਅਤੇ ਨਾ ਆਪਣਾ ਰਣਜੀਤ ਸਿੰਘ ਨੇ ਸੋ ਸਿੱਖਾਂ 'ਚ ਤਿੰਨ ਟਾਈਪ ਦੇ ਸਿੱਕੇ ਰਿਲੀਜ਼ ਹੋਏ ਆ ਜਾਂ ਮਿਸਲਾਂ ਦੇ ਜਾਂ ਰਣਜੀਤ ਸਿੰਘ ਦੇ ਅਤੇ ਜਾਂ ਬੰਦਾ ਸਿੰਘ ਬਹਾਦਰ ਦੇ ਇਹਨਾਂ 'ਤੇ ਇੱਕ ਵੱਖਰਾ ਲੈਕਚਰ ਆ ਸੋ ਇਹ 1765 ਦੀ ਲੜਾਈ ਦਾ ਉਹ ਸਿੱਕਾ ਹੈ ਜਿਹੜਾ ਸਰਹੰਦ ਫਤਿਹ ਕਰਨ ਤੋਂ ਬਾਅਦ ਮਿਸਲਾਂ ਨੇ ਉੱਥੋਂ ਦੇ ਨਵਾਬ ਨੂੰ ਭਜਾਉਣ ਤੋਂ ਬਾਅਦ ਫਤਿਹ ਹਾਸਲ ਕੀਤੀ ਅਤੇ ਗੋਬਿੰਦ ਸ਼ਾਹੀ ਸਿੱਕਾ ਰਿਲੀਜ਼ ਕੀਤਾ ਸਿਲਵਰ ਦਾ ਨੈਕਸਟ ਅੱਗੇ ਆ ਜਾਓ ਜੀ ਕਹਿੰਦੇ ਕਿਰਪਾਲ ਸਿੰਘ ਜਿਹੜੇ ਪੇਂਟਰ ਸੀ ਇਹਨਾਂ ਦਾ ਸੰਬੰਧ ਕਿਹਦੇ ਨਾਲ ਆ ਠੀਕ ਆ ਸੋ ਇਹਨਾਂ ਨੇ ਬੇਸਿਕਲੀ ਇਹਦੇ 'ਤੇ ਰੁਕ ਜਾਓ ਹਜੇ ਠੀਕ ਆ ਸ਼ਾਇਦ ਥੋੜ੍ਹਾ ਜਿਹਾ ਕੋਈ ਡਾਊਟ ਸੀਗਾ ਮੈਂ ਤਾਂ ਰੁਕ ਗਿਆ ਸੀਗਾ ਨੈਕਸਟ ਉਸ ਤੋਂ ਬਾਅਦ ਅੱਗੇ ਆਪਣੇ ਕੋਲ ਆ ਗਿਆ ਸ਼ਾਹ ਹੁਸੈਨ ਮਤਲਬ ਕਿ ਸੂਫੀ ਕਵੀ ਸ਼ਾਹ ਹੁਸੈਨ ਮੈਨੂੰ ਲੱਗਦਾ ਸ਼ਾਹ ਹੁਸੈਨ ਬਾਰੇ ਮੈਂ ਆਲਰੇਡੀ ਤੁਹਾਨੂੰ ਚੰਗੀ ਤਰ੍ਹਾਂ ਡਿਟੇਲ 'ਚ ਦੱਸ ਹੀ ਚੁੱਕਿਆ ਠੀਕ ਆ ਸ਼ਾਹ ਹੁਸੈਨ ਬੇਸਿਕਲੀ ਪੰਜਾਬ ਦੇ ਉਹ ਕਵੀ ਰਹੇ ਆ ਜਿਨ੍ਹਾਂ ਨੂੰ ਮੈਂ ਮਿਡੀਵਲ ਹਿਸਟਰੀ ਦਾ ਕਵੀ ਮੰਨਦਾ ਅਤੇ ਮੈਂ ਇਹ ਮੰਨਦਾ ਕਿ ਇਹਨਾਂ ਨੇ ਪੰਜਾਬ 'ਚ ਕਾਫੀਆਂ ਦੀ ਸ਼ੁਰੂਆਤ ਕੀਤੀ ਹੈ ਅਤੇ ਕਾਫੀਆਂ ਨੂੰ ਉਹਨਾਂ ਦੀ ਪੀਕ 'ਤੇ ਪੰਜਾਬੀ 'ਚ ਕਹਿ ਲਓ ਜ਼ੈਨਿਥ ਸੋਰੀ ਉਹ ਵੀ ਇੰਗਲਿਸ਼ 'ਚ ਹੀ ਹੋ ਗਿਆ ਮਤਲਬ ਸਿਖਰ 'ਤੇ ਕਾਫੀਆਂ ਨੂੰ ਸਿਖਰ 'ਤੇ ਲੈ ਕੇ ਜਾਣ ਦਾ ਕੰਮ ਬੁੱਲੇ ਸ਼ਾਹ ਦਾ ਹੈ ਪਰ ਕਾਫੀਆਂ ਦੇ ਪਾਇਓਨੀਅਰ ਇਹਦੇ
ਮੁੱਢ ਬੰਨਣ ਦਾ ਕੰਮ ਇਹਨਾਂ ਦਾ ਹੈ ਆਪਣਾ ਸ਼ਾਹ ਹੁਸੈਨ ਜੀ ਦਾ। ਤੇ ਜੇ ਕੋਈ ਮੈਨੂੰ ਪੁੱਛੇ ਕਿ ਸ਼ਾਹ ਹੁਸੈਨ ਮਾਧੋ ਲਾਲ ਹਸਾ ਇਹਨਾਂ ਦਾ ਅਸਲੀ ਨਾਮ ਸੀਗਾ, ਕਹਿੰਦੇ ਇਹਨਾਂ ਦਾ ਮੇਲਾ ਜਿਹੜਾ ਹੈ ਨਾ ਉਹਨੂੰ ਮੇਲਾ ਚਿਰਾਗਾਂ ਦਾ ਕਿਹਾ ਜਾਂਦਾ ਹੈ। ਸੋ ਇਹ ਲੱਗਦਾ ਹੈ ਇਹਨਾਂ ਦੀ ਕਬਰ 'ਤੇ ਲਾਹੌਰ ਸ਼ਹਿਰ 'ਚ। ਸੋ ਸਭ ਤੋਂ ਇੰਪੋਰਟੈਂਟ ਗੱਲ ਆ, ਪਰ ਹਾਂ ਕਈ ਵਾਰੀ ਪੇਪਰ 'ਚ ਪੁੱਛਿਆ ਜਾ ਸਕਦਾ ਹੈ ਕਿ ਪੰਜਾਬ 'ਚ ਮੇਲਾ ਕਿੱਥੇ ਲੱਗਦਾ ਇਹਨਾਂ ਦਾ, ਤੇ ਮੈਂ ਦੱਸ ਵੀ ਚੁੱਕਿਆ ਕਿ ਪੰਜਾਬ 'ਚ ਇਹਨਾਂ ਦਾ ਮੇਲਾ ਲੱਗਦਾ ਹੈ ਜਲੰਧਰ, ਠੀਕ ਆ, ਨਕੋਦਰ। ਸੋ ਇਹ ਚੀਜ਼ ਆਪਾਂ ਨੂੰ ਪਤਾ ਹੋਣੀ ਚਾਹੀਦੀ ਹੈ, ਨਕੋਦਰ ਸ਼ਹਿਰ ਅਤੇ ਜਲੰਧਰ ਜ਼ਿਲ੍ਹਾ। ਨੈਕਸਟ, ਉਸ ਤੋਂ ਬਾਅਦ ਅੱਗੇ ਆ ਜਾਓ, ਆ ਗਿਆ ਜੀ ਛੋਟੇ ਘੱਲੇਘਾਰੀ ਨਾਲ ਸੰਬੰਧਿਤ ਇੱਕ ਗੱਲ। ਕਹਿੰਦੇ ਛੋਟਾ ਘੱਲੂਘਾਰਾ ਜਿਹੜਾ ਹੈ ਉਹ ਕਾਨੂੰਆਣ 'ਚ ਹੋਇਆ ਸੀਗਾ ਗੁਰਦਾਸਪੁਰ 1746, ਅਤੇ ਮੈਂ ਬਿਲਕੁਲ ਦੱਸਿਆ ਹੈ। ਜਿਨ੍ਹਾਂ ਨੂੰ ਨਹੀਂ ਪਤਾ ਉਹ ਪੰਜਾਬ ਦੀ ਹਿਸਟਰੀ ਦੇ ਲੈਕਚਰ ਖੋਲ੍ਹ ਕੇ 1716 ਤੋਂ ਲੈ ਕੇ 1780 ਤੱਕ ਪੜ੍ਹਨ। ਮੈਂ ਦੱਸਿਆ ਕਿ ਦਲ ਖਾਲਸਾ ਦੇ ਸਮੇਂ ਦੇ ਦੌਰਾਨ ਸਿੱਖਾਂ 'ਤੇ ਬੜਾ ਭੈੜਾ ਹਮਲਾ ਕੀਤਾ ਸੀ ਯਹੀਆ ਖਾਨ ਨੇ, ਠੀਕ ਆ, ਹਜ਼ਾਰਾਂ ਦੀ ਗਿਣਤੀ 'ਚ 3-4 ਹਜ਼ਾਰ ਸਿੱਖ ਸੀਗੇ ਜਿਨ੍ਹਾਂ ਦਾ ਉੱਥੇ ਕਤਲ ਹੋਇਆ ਸੀਗਾ। ਸੋ ਸਾਰੀ ਸਟੋਰੀ ਸਾਨੂੰ ਪਤਾ ਹੋਣੀ ਚਾਹੀਦੀ ਆ, ਅਤੇ ਅਕਾਲੀ ਦਲ ਸਰਕਾਰ ਨੇ ਉੱਥੇ ਛੋਟਾ ਘੱਲੂਘਾਰਾ ਮੈਮੋਰੀਅਲ ਬਣਵਾਇਆ ਸੀਗਾ, ਇੰਪੋਰਟੈਂਟ ਗੱਲ, ਠੀਕ ਆ। ਇਹਨਾਂ ਨੇ ਕਿਹਾ ਕਿ ਛੋਟਾ ਘੱਲੂਘਾਰਾ ਕਾਨੂੰਆਣ 'ਚ ਹੋਇਆ ਸੀਗਾ ਅਤੇ ਉਹ ਗੁਰਦਾਸਪੁਰ ਜ਼ਿਲ੍ਹੇ 'ਚ, ਬਿਲਕੁਲ ਠੀਕ ਆ। ਕਹਿੰਦੇ ਅਕਬਰ ਦੀ ਤਾਜਪੋਸ਼ੀ ਇਹ ਪਠਾਨਕੋਟ 'ਚ ਹੋਈ ਸੀ, ਬਿਲਕੁਲ ਗਲਤ। ਇਹ ਦੋ ਚੀਜ਼ਾਂ ਬਾਰੇ ਹੁਣ ਮੈਂ ਤੁਹਾਨੂੰ ਥੋੜ੍ਹਾ ਜਿਹਾ ਪੜ੍ਹਾ ਦਾ। 1746 'ਚ ਯਹੀਆ ਖਾਨ ਅਤੇ ਲਖਪਤ ਰਾਏ ਇਹਦੀਆਂ ਫੌਜਾਂ ਨੇ ਸਿੱਖਾਂ ਨੂੰ ਘੇਰਿਆ ਅਤੇ 7,000 ਦੇ ਰਾਊਂਡ ਸਿੱਖਾਂ ਨੂੰ ਸ਼ਹੀਦ ਕੀਤਾ ਸੀਗਾ। ਇਹ ਛੋਟਾ ਘੱਲੂਘਾਰਾ ਸੀ ਜਿਹੜਾ 1746 'ਚ ਹੋਇਆ, ਬਿਕੋਜ਼ ਇਸ ਤੋਂ ਬਾਅਦ ਹੋਰ ਜ਼ਿਆਦਾ ਲੋਕ ਮਰੇ ਸੀ 1762 'ਚ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਕੂਪ ਪਿੰਡ 'ਚ ਸੰਗਰੂਰ ਦੇ ਨੇੜੇ ਬਰਨਾਲੇ ਦੇ ਨੇੜੇ ਸਿੱਖਾਂ ਨੂੰ ਘੇਰ ਕੇ ਸ਼ਹੀਦ ਕੀਤਾ ਸੀਗਾ, ਠੀਕ ਆ। ਸੋ ਇਹ ਛੋਟਾ ਘੱਲੂਘਾਰਾ, ਇਹ ਵੱਡਾ ਘੱਲੂਘਾਰਾ ਯਹੀਆ ਖਾਨ ਅਤੇ ਇਹ ਅਹਿਮਦ ਸ਼ਾਹ ਅਬਦਾਲੀ। ਦੂਜੀ ਗੱਲ ਜਿਹੜੀ ਇੰਪੋਰਟੈਂਟ ਆ ਉਹ ਇਹ ਆ ਕਿ ਤਖ਼ਤ ਅਕਬਰੀ ਉਹ ਜਗ੍ਹਾ ਹੈ ਜਿੱਥੇ ਅਕਬਰ ਦੀ ਤਾਜਪੋਸ਼ੀ ਕੀਤੀ ਸੀਗੀ ਬਹਿਰੇਮ ਖਾਨ। ਉਹਨਾਂ ਦਾ ਜਿਹੜਾ ਪਿਤਾ ਸੀਗੇ ਹਮਾਯੂ, ਉਹਨਾਂ ਦੀ ਡੈਥ ਤੋਂ ਇਮੀਡੀਏਟਲੀ ਬਾਅਦ ਉਹਨਾਂ ਦੇ ਉਹ ਸੀਗੇ ਸੈਨਾਪਤੀ ਨੇ ਬਹਿਰੇਮ ਖਾਨ, ਉਹਨਾਂ ਨੇ ਅਕਬਰ ਦੀ ਤਾਜਪੋਸ਼ੀ ਜਿੱਥੇ ਕੀਤੀ ਆ ਉਹ ਜਗ੍ਹਾ ਹੈ ਜੀ ਕਲਾਦੌਰ, ਅਤੇ ਉਹ ਅੱਜ ਵੀ ਗੁਰਦਾਸਪੁਰ ਜ਼ਿਲ੍ਹੇ 'ਚ ਆ, ਨਾ ਕਿ ਪਠਾਨਕੋਟ ਜ਼ਿਲ੍ਹੇ 'ਚ। ਗੜਬੜ ਇਹ ਹੋ ਗਈ, ਅਤੇ ਉਹਨੂੰ ਕਿਹਾ ਜਾਂਦਾ ਹੈ ਤਖ਼ਤ ਅਕਬਰੀ। ਸੋ ਇੰਪੋਰਟੈਂਟ ਗੱਲ ਆ, ਪੇਪਰ 'ਚ ਕੋਈ ਵੀ ਚੀਜ਼ ਆ ਸਕਦੀ ਆ। ਨੈਕਸਟ, ਹੁਣ ਆਪਾਂ ਅੱਗੇ ਮੂਵ ਕਰਦੇ ਹਾਂ। ਕਹਿੰਦੇ ਇਹ ਆਪਣੇ ਉਹ ਨੇ, ਮਤਲਬ ਕਿ ਭਗਤ ਨੇ ਜਿਨ੍ਹਾਂ ਦੀਆਂ ਭਗਤ ਅਤੇ ਸੰਤ ਨੇ ਜਿਨ੍ਹਾਂ ਦੀਆਂ ਰਚਨਾਵਾਂ ਗੁਰੂ ਗ੍ਰੰਥ ਸਾਹਿਬ ਵਿੱਚ ਨੇ, ਇਹਨਾਂ ਨੂੰ ਕਰਨੋਲੋਜੀਕਲੀ ਲਾਓ ਕਿ ਪਹਿਲਾਂ ਕਿਹੜੇ ਸੰਤ ਦੀ ਆ, ਫਿਰ ਉਸ ਤੋਂ ਬਾਅਦ ਕਿਹੜੇ ਭਗਤ ਦੀ ਆ, ਫਿਰ ਕਿਹੜੇ ਭਗਤ ਦੀਆਂ ਰਚਨਾਵਾਂ ਹੈ। ਇਹ ਇੱਕ ਬੜੀ ਟਿਪੀਕਲ ਜੀ ਜਾਣਕਾਰੀ ਆ ਇਹਦੇ ਬਾਰੇ। ਤਾਂ ਦੇਖੋ, ਜੇ ਆਪਾਂ ਨੂੰ ਕੋਈ ਇਹ ਕਹੇ ਕਿ ਸਭ ਤੋਂ ਵੱਧ ਕਿਹਦੀਆਂ, ਸਭ ਤੋਂ ਘੱਟ ਕਿਹਦੀਆਂ, ਫਿਰ ਤਾਂ ਆਪਾਂ ਯਾਦ ਕਰ ਸਕਦੇ ਹਾਂ, ਪਰ ਗੁਰੂ ਗ੍ਰੰਥ ਸਾਹਿਬ 'ਚ ਰਚਨਾ ਸਭ ਤੋਂ ਪਹਿਲਾਂ ਕਿਹਦੀ ਆ, ਬਾਅਦ 'ਚ ਕਿਹਦੀ ਆ, ਉਹਨੂੰ ਆਪਾਂ ਨਾ ਇੱਕ ਐਕਸਟ੍ਰੀਮ ਲੈਵਲ ਦਾ ਔਖਾ ਸਵਾਲ ਮੰਨ ਕੇ ਚੱਲਦੇ ਹਾਂ। ਸੋ ਉਹਦਾ ਮੈਂ ਸਿਰਫ ਤੁਹਾਨੂੰ ਇੱਕ ਆਂਸਰ ਪ੍ਰੋਵਾਈਡ ਕਰਾ ਸਕਦਾ, ਉਹ ਮੈਂ ਤੁਹਾਨੂੰ ਜ਼ਰੂਰ ਦੇਤਾ, ਅਤੇ ਮੈਂ ਇਹ ਵੀ ਦੱਸਤਾ ਕਿ ਭਾਈ ਧੰਨਾ ਜੀ ਕੌਣ ਸੀ, ਬਾਬਾ ਫਰੀਦ ਭਗਤ ਫਰੀਦ ਕੌਣ, ਕਬੀਰ ਕੌਣ। ਹਾਂ, ਜੇ ਅੱਜ ਤੋਂ ਬਾਅਦ ਪੇਪਰ 'ਚ ਇਹ ਆ ਗਿਆ ਕਿ ਬਈ ਇਹ ਵੀ ਆ ਸਕਦਾ ਹੈ ਕਿ ਧੰਨਾ ਜੀ ਜਿਹੜੇ ਸੀ ਉਹ ਕਿਸ ਕੰਮ ਨਾਲ ਸੰਬੰਧਿਤ ਸੀ, ਉਹ ਖੇਤੀ ਕਰਦੇ ਸੀ, ਬਾਬਾ ਫਰੀਦ ਜੀ ਮੁਸਲਿਮ ਸੀਗੇ, ਭਗਤ ਕਬੀਰ ਜੀ ਜੁਲਾਹੇ ਸੀਗੇ, ਬਾਬਾ ਨਾਮਦੇਵ ਜੀ ਜਿਹੜੇ ਸੀਗੇ, ਠੀਕ ਆ, ਉਹ ਕੈਲਕੋ ਪੇਂਟਰ ਸੀਗੇ, ਪਰਮਾਨੰਦ ਸੀਗੇ ਜਿਹੜੇ ਮਹਾਰਾਸ਼ਟਰਾ ਦੇ ਸੀ, ਰਾਮਨੰਦ ਸੀਗੇ, ਰਵੀਦਾਸ ਜਿਹੜੇ ਸੀ ਸ਼ੂ ਮੇਕਰ ਸੀ। ਬਿਕੋਜ਼ ਪੇਪਰ 'ਚ ਅਕਸਰ ਪੁੱਛਿਆ ਜਾਂਦਾ ਹੈ ਕਿ ਹੇਠ ਲਿਖਿਆਂ ਵਿੱਚੋਂ ਕਿਹੜਾ ਇਸ ਭਗਤ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ, ਉਹਨਾਂ ਦਾ ਕਾਰੋਬਾਰ ਕੀ ਸੀ। ਸੋ ਕਈ ਵਾਰੀ ਸਾਨੂੰ ਪੁੱਛਿਆ ਜਾ ਸਕਦਾ ਕਿ ਜਲਾਹਾ ਕੌਣ ਸੀ, ਸਾਨੂੰ ਕਈ ਵਾਰੀ ਪੁੱਛਿਆ ਜਾ ਸਕਦਾ ਕਿ ਮੋਚੀ ਦਾ ਕੰਮ, ਚਮੜੇ ਦਾ ਕੰਮ ਕੌਣ ਕਰਦਾ ਸੀ। ਸੋ ਉਹ ਜਾਣਕਾਰੀ ਜ਼ਰੂਰ ਮੈਂ ਇੱਥੋਂ ਇਕੱਠੀ ਕਰ ਸਕਦਾ ਤੁਹਾਡੇ ਵਾਸਤੇ, ਠੀਕ ਆ। ਨੈਕਸਟ, ਉਸ ਤੋਂ ਬਾਅਦ ਅਗਲਾ ਸਵਾਲ ਆ ਗਿਆ ਆਪਣੇ ਕੋਲ। ਸਵਾਲ ਇਹ ਆ, ਕਹਿੰਦੇ ਜੀ ਇੱਕ ਪਾਸੇ ਦੱਸਿਆ ਕਿ ਸ਼ਹੀਦ ਊਧਮ ਸਿੰਘ ਦਾ ਪੁਸ਼ਤੈਨੀ ਘਰ ਕਿੱਥੇ ਆ। ਸਭ ਨੂੰ ਪਤਾ ਹੈ ਕਿ ਸ਼ਹੀਦ ਊਧਮ ਸਿੰਘ ਜਿਨ੍ਹਾਂ ਦਾ ਬਚਪਨ ਦਾ ਨਾਮ ਸੀਗਾ ਸ਼ੇਰ ਸਿੰਘ, ਉਹਨਾਂ ਦਾ ਜਨਮ ਹੋਇਆ ਸੀ ਪਿਲਬਤ ਪਿੰਡ ਜਾਣੀ ਕਿ ਸੁਨਾਮ ਦੇ ਨੇੜੇ, ਠੀਕ ਆ। ਉਸ ਤੋਂ ਬਾਅਦ ਜੇ ਕੋਈ ਪੁੱਛੇ ਮੋਰਿਸ਼ ਮੋਸਕਿਊ ਕੀ ਆ, ਜੇ ਤੁਸੀਂ ਕਪੂਰਥਲੇ ਜਾਓ ਤਾਂ ਕਪੂਰਥਲੇ ਜਾ ਕੇ ਜਿਹੜੀ ਸਭ ਤੋਂ ਸੋਹਣੀ ਮਸਜਿਦ ਆ ਉੱਥੇ, ਕਹਿੰਦੇ ਆ ਮਰੱਕੋ ਦੀ ਮਸਜਿਦ ਤੋਂ ਪ੍ਰਭਾਵਿਤ ਹੋ ਕੇ, ਮਰੱਕੋ ਦੀ ਮਾਰਕਿਸ਼ ਮਸਜਿਦ ਤੋਂ, ਮਾਰਕਿਸ਼ ਉੱਥੋਂ ਦੀ ਰਾਜ ਉਹ ਆ ਇੰਪੋਰਟੈਂਟ ਸ਼ਹਿਰ ਆ, ਉੱਥੋਂ ਦੀ ਮਸਜਿਦ ਤੋਂ ਪ੍ਰਭਾਵਿਤ ਹੋ ਕੇ ਇੱਕ ਪਟਿਆ ਉੱਥੋਂ ਦੇ ਕਪੂਰਥਲੇ ਦੇ ਰਾਜੇ ਜਗਤ ਜੀਤ ਨੇ ਕਪੂਰਥਲੇ 'ਚ ਮਸਜਿਦ ਬਣਾਈ ਸੀ ਜਿਹਦਾ ਨਾਮ ਦਿੱਤਾ ਸੀ ਮੋਰਿਸ਼ ਮੋਸਕਿਊ, ਜਿਹੜੀ ਬੇਸਿਕਲੀ ਮਰੱਕੋ ਦੀ ਗ੍ਰੈਂਡ ਮੋਸਕਿਊ ਤੋਂ ਪ੍ਰਭਾਵਿਤ ਆ। ਸੋ ਜੇ ਪੇਪਰ 'ਚ ਆ ਗਿਆ ਕਿ ਮੋਰਿਸ਼ ਮੋਸਕਿਊ ਇੰਡੀਆ 'ਚ ਕਿੱਥੇ, ਪੰਜਾਬ 'ਚ ਕਿੱਥੇ ਆ, ਤਾਂ ਕਪੂਰਥਲੇ। ਸੋ ਸਭ ਤੋਂ ਪਹਿਲਾਂ ਤਾਂ ਇਹ ਗੱਲ ਆਪਾਂ ਨੂੰ ਕਲੀਅਰ ਹੋ ਗਈ। ਨੈਕਸਟ, ਉਸ ਤੋਂ ਬਾਅਦ ਆ ਗਿਆ ਦੋਲਬਾਹਾ।
दोलबाह बेसिकली भारत पंजाब च इंडस वैली सिविलाइजेशन सिंधु घाटी सभ्यता की जगह है तो है कितने है जी ये हुशियारपुर हुशियारपुर च उस तो बाद एंगलो सिख मेमोरियल मुदकी मुदकी हैगा जी फिरोजपुर च हुण तुसीं पुछोगे कि इत्थे जिहड़ा एंगलो सिख मेमोरियल आ उत्थे है की आ लो जी ये भी ध्यान नाल समझियो पंजाब सरकार ने एंगलो सिख वार मेमोरियल बनाया सी फिरोजपुर च ठीक है फरोशा ते मोगा रोड ते बेसिकली मकसद की सीगा जिन्नियां भी एंगलो सिख वार हुई है फस्ट एंगलो सिख वार चाहे चिलियांवाला की लड़ाई है चाहे सबराओं की लड़ाई है ठीक है तो चाहे अपनी मुदकी की लड़ाई है चाहे फरोशा की लड़ाई है फस्ट एंगलो सिख वार च सिखां दे कॉन्ट्रीब्यूशन नूं दिखाउंदा होया मेमोरियल जिहड़ा है वह आ जी एंगलो सिख वार मेमोरियल फिरोजपुर सो सब तो इंपोर्टेंट यह सी कि सानूं पता होना चाहिए सी कि चारे दी चारे चीज़ां है कित्थे आ नैक्सट उस तो बाद अगला क्वेश्चन आ गया जी अपने को अगला सवाल आ गया कि पंजाब का जिहड़ा कनाल सिस्टम आ उच्च केड़ियां केड़ियां नहरां ने देखो कनाल्स नूं लैके दो तरह के सवाल बनते हैं एक तो मॉडर्न कनाल सिस्टम कि अज पंजाब च केड़ियां केड़ियां कनाल्स ने ठीक है तो एक ए एक हो गया पंजाब दियां कनाल्स का इतिहास कि पंजाब च जदों रणजीत सिंह का राज खत्म होया ना तो अंग्रेजा ने सिखां दी बगावत नूं डरों बचाउण वास्ते सिखां दी बगावत तो पंजाब नूं बचाउण वास्ते पंजाब च कई कनाल्स बनाईआं उन्हां कनाल्स दे नेड़े जमीन नूं फर्टाइल करवाता उत्थे लोकां नूं जिहड़े रणजीत सिंह दे सैना दे सैनापति सी जां सैनिक सी उन्हां नूं जमीनां एलोकेट करतीआं एक सवाल तो यह पूछा जाऊगा कि सब तो वड्डी कलोनी अंग्रेजा ने कि वसाई सब तो पहला केड़ी वसाई सब तो छोटी केड़ी वसाई केड़ी कलोनी जिहड़ी आ उत्थे अक्वाइजेशन सब तो वध होई फिर उस तो बाद केड़ा अंग्रेजा ने ट्रिपल कनाल सिस्टम तीन कनालों नूं जोड़ के जिहड़ा ट्रिपल कनाल सिस्टम बनाया सी 1905 च उस च केड़ियां केड़ियां कनाल सी इह तां हो गई कनाल्स दी हिस्टरी इहनूं छड्ड दो अड फिर आ जाओ करंट ते कि अज पंजाब च केड़ी कनाल सब तो वड्डी कनाल केड़ी है सब तो छोटी कनाल केड़ी है केड़ी कनाल च सब तो वध पानी है केड़ी कनाल च सब तो घट पानी है यह आ पंजाब दा इरीगेशन सो कनाल्स नूं लैके दो तरीके दे सवालां ते चल जिओ एक हिस्टोरिकल फैक्ट ते एक करंट फिलहाल सवाल करंट दा है ते मैं तुहानूं दसदा कि पंजाब दीआं कनाल्स च सरहंद कनाल बिस्त दबाब अपर बरी है जिहड़ियां अज चल रही है सरहंद फीडर भाखड़ा मेन लाइन सब तो वड्डी है सरहंद फीडर दूजे नंबर ते आ शाह नहर आ बड़ी छोटी जी है सो जे शाह नहर की गल करा अपर बरी की बिस्त सरहंद की गल करा तो तुसी नोटिस करो कि अपर बरी मखू ते शाह नहर तिने कनाल्स अज करंटली अवेलेबल ने सो ये तिने दी तिने कनाल्स जिहड़ियां ने इस टाइम पंजाब के इरीगेशन सिस्टम च योगदान पा रही है मखू कनाल भी है तो ये महाराष्ट्र उधर अपनी माझे वाले पासे ठीक है मखू कनाल शाह नहर कनाल ये अपनी दुआबे च होगी तो अपर बरी दुआब कनाल ये भी माझे की कनाल है सो तिने माझे तो दुआबे दियां कनाल्स का जिक्र आया सीगा सो ये तिने कनाल्स जिहड़ियां ने इस टाइम पंजाब की इरीगेशन सिस्टम का हिस्सा ने नैक्सट उस तो बाद अगला सवाल आ गया कहिंदे रणजीत सिंह बारे जदों आपां पढ़दे आं ते कहिंदे रणजीत सिंह ने एक तां अटक फतेह कीता सीगा एक मुल्तान ते एक छापियां दी लड़ाई होई सी ਇਹ ਤਿੰਨੇ ਲੜਾਈਆਂ ਜਿਹੜੀਆਂ ਰਣਜੀਤ ਸਿੰਘ ਦੀਆਂ ਇਹਨਾਂ ਨੂੰ ਲਾਈਨ 'ਚ ਲਾਓ ਸੁਣੋ ਮੇਰੀ ਗੱਲ ਜਦੋਂ ਤੁਸੀਂ ਰਣਜੀਤ ਸਿੰਘ ਵਾਲਾ ਟੌਪਿਕ ਪੜ੍ਹੋਗੇ ਨਾ ਤਾਂ ਤਿੰਨੇ ਲੜਾਈਆਂ ਦਾ ਜ਼ਿਕਰ ਆਉਣਾ ਹੀ ਆਉਣਾ ਹੈ ਅਸਲ 'ਚ ਛਾਪੀਆਂ ਦੀ ਲੜਾਈ ਕਸ਼ਮੀਰ ਦੀ ਲੜਾਈ ਦਾ ਹੀ ਦੂਜਾ ਨਾਮ ਆ ਠੀਕ ਆ ਉਸ ਤੋਂ ਬਾਅਦ ਹੁਣ ਆਪਾਂ ਇਹਨੂੰ ਥੋੜ੍ਹਾ ਜਿਹਾ ਡਿਟੇਲ 'ਚ ਪੜ੍ਹਦੇ ਹਾਂ ਸਭ ਤੋਂ ਪਹਿਲਾਂ ਮੈਂ ਗੱਲ ਕਰਦਾ ਅਟਕ ਦੀ ਲੜਾਈ ਦੀ ਠੀਕ ਆ ਇਹ ਬਿਲਕੁਲ ਅਫਗਾਨਿਸਤਾਨ ਦੇ ਬਾਰਡਰ 'ਤੇ ਆ ਇਹਨੂੰ ਹਾਜਰੂ ਦੀ ਲੜਾਈ ਜਾਂ ਚੱਚ ਦੀ ਲੜਾਈ ਵੀ ਕਿਹਾ ਜਾਂਦਾ ਹੈ ਇਹਦੇ 'ਚ ਰਣਜੀਤ ਸਿੰਘ ਦੀ ਲੜਾਈ ਸਿੱਧੀ ਅਹਿਮਦ ਸ਼ਾਹ ਦੁਰਾਨੀ ਖਾਨਦਾਨ ਸੀ ਜਿਹੜਾ ਉਹਨਾਂ ਦੇ ਵਾਰਸਾਂ ਨਾਲ ਹੋਈ ਸੀ ਅਤੇ ਰਣਜੀਤ ਸਿੰਘ ਇਹਦੇ 'ਚ ਜਿੱਤਿਆ ਸੀ ਇਹ ਲੜਾਈ 1813 'ਚ ਹੋਈ ਸੀ 1819 'ਚ 1817 'ਚ ਰਣਜੀਤ ਸਿੰਘ ਨੇ ਮੁਲਤਾਨ ਦੇ ਮੁਜ਼ੱਫਰ ਖਾਨ ਨੂੰ ਹਰਾਉਣ ਵਾਸਤੇ ਡਿਊਟੀ ਲਾਈ ਸੀਗੀ ਭਵਾਨੀ ਦਾਸ ਦੀ ਉਹ ਹਾਰ ਗਿਆ ਉਸ ਤੋਂ ਬਾਅਦ ਇਹਨੇ ਆਪਣਾ ਮੁੰਡਾ ਭੇਜਿਆ ਸੀਗਾ ਖੜਕ ਸਿੰਘ ਦਾ ਤਾਂ ਸਿਰਫ ਨਾਮ ਸੀਗਾ ਅਸਲ 'ਚ ਜਿਹੜੇ ਬੰਦੇ ਨੂੰ ਲੜਨ ਵਾਸਤੇ ਭੇਜਿਆ ਸੀ ਉਹ ਇਹਦਾ ਕਮਾਂਡਰ ਇਨ ਚੀਫ ਸੀਗਾ ਦੀਵਾਨ ਚੰਦ ਗਿਆ ਸੀ ਵੈਸੇ ਡੀ ਜਿਓਰ ਜਿਹਦੇ ਨਾਮ ਦੇ ਅੰਡਰ ਗਿਆ ਸੀ ਉਹ ਸੀ ਖੜਕ ਸਿੰਘ ਅਸਲ 'ਚ ਲੜਨ ਗਿਆ ਸੀ ਮਿਸਰ ਦੀਵਾਨ ਚੰਦ ਸੋ ਇੱਥੇ ਇਹਨੇ ਜਾ ਕੇ 1817 'ਚ ਮੁਜ਼ੱਫਰ ਖਾਨ ਨੂੰ ਹਰਾਇਆ ਠੀਕ ਆ ਮੁਲਤਾਨ ਫਤਿਹ ਕਰ ਲਿਆ ਤੀਸਰੀ ਲੜਾਈ ਆ ਗਈ ਆਪਣੇ ਕੋਲ ਛਾਪੀਆਂ ਦੀ ਲੜਾਈ ਇਹਦੇ 'ਚ ਰਣਜੀਤ ਸਿੰਘ ਇਹਨੂੰ ਕਿਹਾ ਜਾਂਦਾ ਕਸ਼ਮੀਰ ਦੀ ਲੜਾਈ ਇਸ ਲੜਾਈ 'ਚ ਰਣਜੀਤ ਸਿੰਘ ਨੇ ਕਸ਼ਮੀਰ ਦੇ ਰਾਜੇ ਜਬਰ ਖਾਨ ਨੂੰ ਹਰਾਇਆ ਸੀ ਸੋ ਜੇ ਪੇਪਰ 'ਚ ਆ ਗਿਆ ਕਿ ਸਭ ਤੋਂ ਪਹਿਲਾਂ ਕਿਹੜੀ ਲੜਾਈ ਹੋਈ ਆ ਸਭ ਤੋਂ ਪਹਿਲਾਂ ਹੋਈ ਆ ਅਟਕ ਦੀ ਲੜਾਈ ਫਿਰ ਮੁਲਤਾਨ ਦੀ ਫਿਰ ਛਾਪੀਆਂ ਦੀ
ਸੋ ਇਹ ਤਿੰਨ ਹੀ ਲੜਾਈਆਂ ਰਣਜੀਤ ਸਿੰਘ ਦੀਆਂ ਇੰਪੋਰਟੈਂਟ ਨਹੀਂ, ਇਸ ਤੋਂ ਬਿਨਾਂ ਵੀ ਰਣਜੀਤ ਸਿੰਘ ਦੀਆਂ ਬਹੁਤ ਲੜਾਈਆਂ ਹੈ। ਕਾਂਗੜੇ ਦੀ ਲੜਾਈ ਇੰਪੋਰਟੈਂਟ ਆ ਰਣਜੀਤ ਸਿੰਘ ਦੀ, ਕਸੂਰ ਦੀ ਲੜਾਈ ਰਣਜੀਤ ਸਿੰਘ ਦੀ ਇੰਪੋਰਟੈਂਟ ਆ, ਇਹ ਰਣਜੀਤ ਸਿੰਘ ਨੇ ਸਰਹ ਉਹ ਫਤਿਹ ਕੀਤਾ ਹੈ ਆਪਣਾ, ਲਾਹੌਰ ਫਤਿਹ ਕੀਤਾ ਹੈ, ਅੰਮ੍ਰਿਤਸਰ ਫਤਿਹ ਕੀਤਾ ਹੈ। ਤਾਂ ਰਣਜੀਤ ਸਿੰਘ ਨੇ 1800 ਤੋਂ ਲੈ ਕੇ 1834 ਤੱਕ ਜਿੰਨੀਆਂ ਵੀ ਲੜਾਈਆਂ ਲੜੀਆਂ, ਤੁਹਾਡੀ ਕਿਤਾਬ 'ਚ ਟੇਬਲ ਵੀ ਬਣਿਆ ਹੋਇਆ ਹੈ ਅਤੇ ਲੈਕਚਰ 'ਚ ਵੀ ਪ੍ਰੋਪਰਲੀ ਐਕਸਪਲੇਨ ਕੀਤਾ ਕਿ ਕਿੱਥੇ ਜਾ ਕੇ ਕਿਹੜੇ ਰਾਜੇ ਨੂੰ ਹਰਾਇਆ ਅਤੇ ਆਪਣਾ ਕਿਹੜਾ ਕਮਾਂਡਰ ਲੈ ਕੇ ਗਿਆ ਉੱਥੇ। ਸੋ ਪੇਪਰਾਂ 'ਚ PPSC ਅੱਜ ਕੱਲ੍ਹ ਇੱਕ ਸਟੈਪ ਅੱਗੇ ਜਾ ਰਹੀ ਹੈ, ਕਿਹਨੂੰ ਹਰਾਇਆ ਅਤੇ ਕਿਹੜੇ ਸਾਲ ਹਰਾਇਆ ਨੂੰ ਛੱਡ ਕੇ ਉਹ ਇਹ ਵੀ ਪੁੱਛ ਲਈ ਹੈ ਕਿ ਉੱਥੇ ਲੜਨ ਕਿਹੜਾ ਕਮਾਂਡਰ ਗਿਆ ਹੈ। ਕਰਨੋਲਜੀ ਤਾਂ ਪੁੱਛ ਹੀ ਰਹੀ ਹੈ ਜਿਹੜੀ ਮੈਂ ਤੁਹਾਨੂੰ ਦੱਸਤੀ, ਪਰ ਇਸ ਤੋਂ ਉੱਪਰ ਜਾ ਕੇ ਵੀ PPSC ਆਪਣੇ ਸਵਾਲਾਂ ਨੂੰ ਵਧੀਆ ਹੱਥ ਪਾ ਰਹੀ ਹੈ। ਨੈਕਸਟ, ਉਸ ਤੋਂ ਅਗਲਾ ਸਵਾਲ ਕਹਿੰਦੇ ਕਿਹੜੇ ਕਿਹੜੇ ਗੁਰੂ ਦੀਆਂ ਰਚਨਾਵਾਂ ਗੁਰੂ ਗ੍ਰੰਥ ਸਾਹਿਬ 'ਚ ਨੇ? ਗੁਰੂ ਹਰ ਰਾਏ, ਗੁਰੂ ਅੰਗਦ ਦੇਵ, ਗੁਰੂ ਤੇਗ ਬਹਾਦਰ ਕੇ ਗੁਰੂ ਹਰਗੋਬਿੰਦ? ਸਭ ਨੂੰ ਪਤਾ ਹੈ ਜੇ ਤੁਹਾਡੇ 'ਚੋਂ ਕਿਸੇ ਨੇ ਸਿੱਖ ਲਿਟਰੇਚਰ ਪੜ੍ਹਿਆ ਹੈ, ਜਿਹੜਾ ਕਿ ਮੈਂ ਤੁਹਾਡੇ ਕੋਰਸ 'ਚ ਪ੍ਰੋਪਰਲੀ ਅਪਡੇਟ ਕਰਤਾ ਹੈ, ਜਿਹਦੇ 'ਚ ਕਿ ਮੈਂ ਤੁਹਾਨੂੰ ਹਰ ਇੱਕ ਚੀਜ਼, ਮਤਲਬ ਕਿ ਤੁਹਾਨੂੰ ਇਹ ਨਹੀਂ ਕਿ ਇਕੱਲਾ ਗੁਰੂ ਗ੍ਰੰਥ ਸਾਹਿਬ ਦੀ ਬੀੜ ਬਾਰੇ, ਕਰਤਾਰਪੁਰ ਵਾਲੀ ਬੀੜ ਬਾਰੇ ਵੀ ਦੱਸਿਆ, ਭਾਈ ਬਾਨੋ ਵਾਲੀ ਬੀੜ ਬਾਰੇ ਵੀ ਦੱਸਿਆ, ਜਿਹਨੂੰ ਮੈਂ ਕਿਹਾ ਸੀ ਖਾਰੇ ਵਾਲੀ ਬੀੜ ਹੈ, ਠੀਕ ਆ। ਇੱਥੋਂ ਤੱਕ ਕਿ ਮੈਂ ਤੁਹਾਨੂੰ ਇਹ ਵੀ ਦੱਸਿਆ ਕਿ ਉੱਥੋਂ ਤੱਕ ਨਹੀਂ, ਉੱਥੋਂ ਅੱਗੇ ਵੀ ਆਪਣੇ ਕੋਲ ਪੰਥ ਪ੍ਰਕਾਸ਼ ਸਿੱਖਾਂ ਦਾ ਹੋਰ ਵੀ ਲਿਟਰੇਚਰ ਬਹੁਤ ਆ, ਜਿਹੜਾ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਅੱਡ ਵੀ ਪਤਾ ਹੋਣਾ ਚਾਹੀਦਾ ਹੈ, ਜੋ ਸਾਡੇ ਪੇਪਰਾਂ ਦਾ ਹਿੱਸਾ ਹੋ ਸਕਦਾ ਹੈ। ਜੇ ਮੈਂ ਆਦਿ ਗ੍ਰੰਥ ਦੀ ਗੱਲ ਕਰਾਂ ਤਾਂ ਪਹਿਲੇ 5 ਗੁਰੂ ਅਤੇ 9ਵੇਂ ਗੁਰੂ ਦੀ ਬਾਣੀ ਆ, ਪਰ ਇਸ ਕੁਐਸਚਨ 'ਚ ਮੈਂ ਐਕਸਪਲੇਨੇਸ਼ਨ ਨੂੰ ਕਿਸੇ ਹੋਰ ਲੈਵਲ ਤੱਕ ਲੈ ਕੇ ਗਿਆ। ਹਰ ਗੁਰੂ ਦੀ ਕਿੰਨੀ ਬਾਣੀ ਦਰਜ ਆ ਅਤੇ ਕਿਹੜੇ ਭਗਤ ਦੀ ਕਿਹੜੇ ਭਗਤ ਦੀ ਕਿੰਨੀ ਬਾਣੀ ਆ, ਉਹ ਤੋਂ ਬਿਨਾਂ ਭਾਈ ਮਰਦਾਨੇ ਹੋਣੀ ਜਿਹੜੇ ਗੁਰਸਿੱਖ ਸੀਗੇ ਜਿਹੜੇ ਗੁਰੂ ਜੀ ਨੇ ਨਾਲ ਰਹੇ ਆ ਉਹਨਾਂ ਦੀ ਬਾਣੀ, ਭੱਟਾਂ ਦੀ ਬਾਣੀ, ਭਗਤਾਂ ਦੀ ਬਾਣੀ, ਇਹ ਸਾਰਾ ਕੁਛ ਇਹਦੇ 'ਚ ਜ਼ਿਕਰ ਕੀਤਾ ਹੋਇਆ ਮੈਂ, ਠੀਕ ਆ। ਸੋ ਇੱਥੋਂ ਜੇ ਪੇਪਰ 'ਚ ਆ ਗਈ ਕਿ ਸਭ ਤੋਂ ਵੱਧ ਬਾਣੀ ਕਿਹੜੇ ਗੁਰੂ ਦੀ ਹੈ ਤਾਂ ਗੁਰੂ ਅਰਜਨ ਦੇਵ ਜੀ। ਜੇ ਸਾਨੂੰ ਇਸ ਤੋਂ ਬਾਹਰ ਨਿਕਲ ਕੇ ਇੱਕ ਸਵਾਲ ਹੋਰ ਆ ਗਿਆ ਕਿ ਜੇ ਗੁਰੂਆਂ ਦੇ ਕੰਟੈਕਸਟ ਨੂੰ ਛੱਡ ਦਿੱਤਾ ਜਾਵੇ ਤਾਂ ਬਾਕੀਆਂ 'ਚੋਂ ਸਭ ਤੋਂ ਵੱਧ ਬਾਣੀ ਆ ਭਗਤ ਕਬੀਰ ਜੀ ਦੀ, 541 ਸ਼ਬਦ ਇਹਨਾਂ ਦੇ ਆ। ਸੋ ਪੇਪਰ 'ਚ ਕੋਈ ਵੀ ਫੈਕਚੁਅਲ ਸਵਾਲ ਆ ਜੇ ਤਾਂ ਤੁਹਾਨੂੰ ਕਦੇ ਵੀ ਦੱਬ ਨਹੀਂ ਸਕਦੇ ਹੁਣ ਤੁਸੀਂ। ਨੈਕਸਟ, ਉਸ ਤੋਂ ਬਾਅਦ ਅਗਲਾ ਸਵਾਲ ਆ ਗਿਆ ਕਿ ਖਾਨ ਜਹਾਨ ਲੋਧੀ ਨੇ ਕਿਹਦੇ ਸਮੇਂ ਬਗਾਵਤ ਕੀਤੀ ਸੀ? ਸੋ ਇਹ ਸਵਾਲ ਗਲਤੀ ਨਾਲ ਇਹਦੇ 'ਚ ਪੈ ਗਿਆ, ਇਹ ਪੰਜਾਬ ਦਾ ਨਹੀਂ ਸੀਗਾ, ਸ਼ਾਹਜਹਾਨ ਦੇ ਵੇਲੇ ਇਹਨੇ ਬਗਾਵਤ ਕੀਤੀ ਸੀ, ਸੋ ਇਹਦਾ ਪੰਜਾਬ ਨਾਲ ਕੋਈ ਸੰਬੰਧ ਨਹੀਂ। ਅਗਲਾ ਸਵਾਲ ਆ ਗਿਆ ਗਦਰ ਪਾਰਟੀ 'ਤੇ, ਗਦਰ ਪਾਰਟੀ ਨਾਲ ਕੌਣ ਕੌਣ ਐਸੋਸੀਏਟਡ ਆ, ਜਾਂ ਉਹਨਾਂ ਨੇ ਪੁੱਛਿਆ ਕਿ ਇਹਨਾਂ 'ਚੋਂ ਕੌਣ ਗਦਰ ਪਾਰਟੀ ਨਾਲ ਐਸੋਸੀਏਟਡ ਨਹੀਂ ਸੀ। ਮੈਂ ਤੁਹਾਡੀ ਜਾਣਕਾਰੀ ਲਈ ਦੱਸਦਾ, ਗਦਰ ਪਾਰਟੀ ਅਮੈਰੀਕਾ 'ਚ ਬਣੀ ਇੱਕ ਪਾਰਟੀ ਆ, ਅਤੇ ਮੈਂ ਜਦੋਂ ਤੁਹਾਨੂੰ ਮਾਡਰਨ ਰੈਵੋਲਿਊਸ਼ਨਰੀ ਟੈਰਰਿਜ਼ਮ ਪੜ੍ਹਾਇਆ ਹੈ ਜਾਂ ਰੈਵੋਲਿਊਸ਼ਨਰੀ ਐਕਟੀਵਿਟੀਜ਼ ਇਨ ਇੰਡੀਆ ਅਤੇ ਐਂਡ ਅਬਰੋਡ ਪੜ੍ਹਾਉਣਾ, ਤਾਂ ਮੈਂ ਇੱਕ ਗੱਲ ਦੱਸਦਾ ਕਿ ਗਦਰ ਪਾਰਟੀ ਦੇ ਬਣਨ ਤੋਂ ਪਹਿਲਾਂ ਦੋ ਹੋਰ ਸੰਸਥਾਵਾਂ ਬਣੀਆਂ ਸੀ, ਇੱਕ ਸੀ ਸਵਦੇਸ਼ ਸੇਵਕ ਹੋਮ ਜਿਹੜੀ ਵੈਨਕੋਵਰ 'ਚ ਬਣੀ ਸੀ, ਇੱਕ ਯੂਨਾਈਟਿਡ ਹਾਊਸ ਇੰਡੀਆ ਜਿਹੜੀ ਕਿ ਸੈਟਲ 'ਚ ਬਣੀ ਸੀ ਅਮੈਰੀਕਾ 'ਚ। ਇਹ ਮਰਜ ਹੋ ਕੇ ਬਾਅਦ 'ਚ 15 ਜੁਲਾਈ 1913 ਨੂੰ ਬਣੀ ਆ ਪੈਸੀਫਿਕ ਕੋਸਟ ਹਿੰਦੂ ਐਸੋਸੀਏਸ਼ਨ, ਇਹਦਾ ਹੀ ਨਾਮ ਅੱਗੇ ਜਾ ਕੇ ਕੀ ਪੈ ਗਿਆ ਆਪਣੇ ਕੋਲ, ਗਦਰ ਪਾਰਟੀ। ਸੋ ਇਸ ਗਦਰ ਪਾਰਟੀ ਨੂੰ ਬਣਾਉਣ ਵਾਲੇ ਮੇਨ ਲੀਡਰ ਸੀ ਲਾਲਾ ਹਰਦਿਆਲ, ਇਹਦੇ ਸਕੱਤਰ ਸਾਹਿਬ, ਸੋਹਣ ਸਿੰਘ ਭਕਣਾ ਇਹਦੇ ਮਤਲਬ ਆਪਣੇ ਪ੍ਰੈਜ਼ੀਡੈਂਟ ਸਾਹਿਬ, ਠੀਕ ਆ, ਅਤੇ ਹੋਰ ਬਾਕੀ ਨਾਮ ਸੀਗੇ ਬਾਬਾ ਜਵਾਲ ਸਿੰਘ ਅਤੇ ਆਪਣਾ ਵਿਸਾਖਣ ਸਿੰਘ, ਇਹ ਕਈ ਨਾਮ ਸੀਗੇ। ਇਹਨਾਂ 'ਚੋਂ ਬਹੁਤੇ ਜਿਹੜੇ ਆ ਇਹ ਉਹ ਸੀ ਜਿਹੜੇ ਇੰਡੀਆ ਹਾਊਸ ਦੀ ਐਕਟੀਵਿਟੀ ਤੋਂ ਫਰਾਰ ਹੋ ਕੇ ਬਾਹਰ ਗਏ ਸੀ, ਇੰਗਲੈਂਡ ਤੋਂ ਫਰਾਰ ਹੋ ਕੇ ਬਾਹਰ ਗਏ ਸੀ। ਇਹਦੇ ਬਾਰੇ ਮੈਂ ਪੜ੍ਹਾਇਆ ਕਿੱਥੇ ਆ, ਰੈਵੋਲਿਊਸ਼ਨਰੀ ਐਕਟੀਵਿਟੀਜ਼, ਸੋ ਉਸ ਚੈਪਟਰ 'ਚ ਜ਼ਰੂਰ ਦੇਖ ਸਕਦੇ ਹੋ ਤੁਸੀਂ। ਇੰਪੋਰਟੈਂਟ ਗੱਲ ਕੀ ਆ ਕਿ ਜਿਹੜੇ ਮੇਨ ਲੋਕ ਇਹਦੇ ਨਾਲ ਜੁੜੇ ਸੀਗੇ, ਭਾਈ ਪਰਮਾਨੰਦ, ਵਿਸ਼ਨੂੰ ਗਣੇਸ਼ ਪਿੰਗਲੇ, ਸੋਹਣ ਸਿੰਘ ਭਕਣਾ, ਭਗਵਾਨ ਸਿੰਘ ਗਿਆਨੀ, ਹਰਦਿਆਲ, ਤਾਰਕਨਾਥ, ਭਗਤ ਸਿੰਘ ਥਿੰਦ, ਕਰਤਾਰ ਸਿੰਘ ਗਰੇਵਾਲ ਜਾਂ ਕਰਤਾਰ ਸਿੰਘ ਸਰਾਭਾ, ਅਬਦੁਲ ਹਫੀਜ਼ ਮੁਹੰਮਦ, ਰਾਸ ਬਿਹਾਰੀ ਬੋਸ ਅਤੇ ਗੁਲਾਬ ਕੌਰ। ਜੇ ਤੁਸੀਂ ਇਹ ਸਾਰੇ ਨਾਮ ਇਹਦੇ 'ਚ ਦੇਖੋ, ਇਹ ਨਾਮ ਜਾਣਨੇ ਬਹੁਤ ਜ਼ਰੂਰੀ ਆ। ਪਹਿਲੇ ਤਿੰਨੇ ਨਾਮ ਜਿਹੜੇ ਆ ਉਹ ਇਹਦੇ 'ਚ ਆਉਂਦੇ ਆ, ਪਰ ਆ ਚੌਥੇ ਨਾਮ ਦਾ ਕੋਈ ਜ਼ਿਕਰ ਨਹੀਂ ਹੈਗਾ ਇਹਦੇ 'ਚ, ਠੀਕ ਆ। ਇਹ ਮਹਾਰਾਸ਼ਟਰੀਅਨ ਸੀਗੇ, ਸੋ ਇਹਨਾਂ ਦਾ ਗਦਰ ਪਾਰਟੀ ਨਾਲ ਕੋਈ ਸੰਬੰਧ ਨਹੀਂ ਸੀ। ਕਿੰਨਾ ਟਿਪੀਕਲ ਸਵਾਲ ਚੱਕ ਕੇ ਉਹਨਾਂ ਨੇ ਪਾਇਆ ਹੈ। ਹਾਂ, ਇਹ ਵੀ ਪਾ ਸਕਦੇ ਸੀਗੇ ਕਿ ਬਈ ਇਹ ਦੱਸੋ ਕਿ ਸਵਦੇਸ਼ ਸੇਵਕ ਹੋਮ ਕੀ ਚੀਜ਼ ਆ, ਯੂਨਾਈਟਿਡ ਇੰਡੀਆ ਹਾਊਸ ਕੀ ਚੀਜ਼ ਆ, ਸਵਾਲ ਜਿਵੇਂ ਦਾ ਮਰਜ਼ੀ ਬਣਾਇਆ ਜਾ ਸਕਦਾ ਹੈ। ਨੈਕਸਟ, ਉਸ ਤੋਂ ਬਾਅਦ ਅਗਲਾ ਸਵਾਲ ਆ ਗਿਆ ਜੀ ਆਪਣੇ ਕੋਲ, ਸਵਾਲ ਇਹ ਆ ਕਿ ਜਦੋਂ ਪੈਪਸੂ ਬਣਿਆ, ਤੁਹਾਨੂੰ ਪਤਾ ਨਾ ਕਿ ਆਜ਼ਾਦੀ ਤੋਂ ਬਾਅਦ ਆ ਜਿਹੜੇ ਪਟਿਆਲਾ ਨਾਭਾ ਰਿਆਸਤਾਂ ਸੀਗੀਆਂ ਇਹਨਾਂ ਨੂੰ ਮਰਜ ਕਰਕੇ ਪੈਪਸੂ ਬਣਾ ਲਿਆ। ਇਹ ਪੈਪਸੂ ਬਣਿਆ ਸੀ ਜਦੋਂ ਤਾਂ ਕਹਿੰਦੇ ਪੈਪਸੂ ਦੇ ਪਹਿਲੇ ਚਾਂਸਲਰ ਰਾਜ ਪ੍ਰਮੁੱਖ ਕੌਣ ਬਣੇ? ਤੁਹਾਨੂੰ ਪਤਾ ਹੈ ਕਿ ਆਜ਼ਾਦੀ ਤੋਂ ਬਾਅਦ ਸਟੇਟਾਂ 'ਤੇ ਤਾਂ ਬਣਾ ਦਿੱਤੇ ਗਏ ਸੀ ਗਵਰਨਰ,
ਤੇ ਜਿਹੜੀਆਂ ਪ੍ਰਿੰਸਲੀ ਸਟੇਟਾਂ ਸੀਗੀਆਂ ਮਰਜ ਕਰਕੇ ਬਣਾਈਆਂ ਸੀ ਉਹਨਾਂ ਦੇ ਬਣਾ ਦਿੱਤੇ ਸੀਗੀ ਰਾਜ ਪ੍ਰਮੁੱਖ ਜਿੱਥੇ ਦੋ ਦੋ 'ਚ ਰੌਲਾ ਸੀ ਉੱਥੇ ਵੱਡੇ ਨੂੰ ਰਾਜ ਪ੍ਰਮੁੱਖ ਛੋਟੇ ਰਾਜੇ ਨੂੰ ਉਪ ਰਾਜ ਪ੍ਰਮੁੱਖ ਜਿਵੇਂ ਪੈਪਸੂ 'ਚ ਰਾਜ ਪ੍ਰਮੁੱਖ ਲਾਇਆ ਸੀਗਾ ਯਾਦਵਿੰਦਰ ਸਿੰਘ ਨੂੰ ਜਿਹੜਾ ਪਟਿਆਲੇ ਦਾ ਰਾਜਾ ਸੀ ਪੈਪਸੂ 'ਚ ਸੱਤ ਸਟੇਟਾਂ ਮਰਜ ਸੀ ਕਪੂਰਥਲੇ ਦੇ ਜਗਤਜੀਤ ਨੂੰ ਲਾਤਾ ਉਪ ਰਾਜ ਪ੍ਰਮੁੱਖ ਪਰ ਇਹਨਾਂ ਨੂੰ ਇੱਕ ਗੱਲ ਕਹਿਤੀ ਕਿ ਤੁਹਾਨੂੰ ਵੋਟਾਂ ਪਵਾਉਣੀਆਂ ਪੈਣਗੀਆਂ ਇਹਨਾਂ ਨੇ ਵੋਟਾਂ ਵੀ ਪਵਾਈਆਂ ਤੇ ਗਿਆਨ ਸਿੰਘ ਰਾੜੇਵਾਲਾ ਬਣੇ ਪੈਪਸੂ ਦੇ ਪਹਿਲੇ ਮੁੱਖ ਮੰਤਰੀ ਤੇ ਪੈਪਸੂ 1956 ਦੀ 1 ਨਵੰਬਰ ਤੱਕ ਰਿਹਾ ਪੈਪਸੂ 15 ਜੁਲਾਈ 1948 ਨੂੰ ਪੈਪਸੂ ਬਣਿਆ ਤੇ 1 ਜਨਵਰੀ 1956 ਤੱਕ ਪੈਪਸੂ ਰਿਹਾ ਜਦੋਂ ਤੱਕ ਇਹ ਮਰਜ ਨਹੀਂ ਹੋ ਗਏ ਫਜ਼ਲ ਅਲੀ ਕਮੇਟੀ ਦੇ ਕਹਿਣ ਤੇ ਦੂਜੀਆਂ ਸਟੇਟਾਂ 'ਚ ਤੇ ਪੈਪਸੂ ਕਿਹਦੇ 'ਚ ਮਰਜ ਹੋ ਗਿਆ ਪੰਜਾਬ 'ਚ ਤੇ ਜਦੋਂ ਪੈਪਸੂ ਪੰਜਾਬ 'ਚ 1956 'ਚ ਮਰਜ ਹੋਇਆ ਉਦੋਂ ਪੈਪਸੂ ਦੇ ਮੁੱਖ ਮੰਤਰੀ ਸੀਗੇ ਬ੍ਰਿਜਪਾਨ ਉਹਨਾਂ ਨੂੰ ਅਸਤੀਫਾ ਦਵਾ ਕੇ ਗਵਰਨਰ ਰੂਲ ਲਾਇਆ ਗਿਆ ਤੇ ਫਿਰ ਚੱਕ ਕੇ ਪੈਪਸੂ ਨੂੰ ਪੰਜਾਬ 'ਚ ਮਰਜ ਕਰਾਇਆ ਗਿਆ 1956 'ਚ ਜਦੋਂ ਪੈਪਸੂ ਪੰਜਾਬ 'ਚ ਮਰਜ ਬਣ ਗਿਆ ਫਿਰ ਪੰਜਾਬ ਮਹਾਂਪੰਜਾਬ ਬਣ ਗਿਆ ਸੋ ਮੈਂ ਤੁਹਾਡੇ ਸਾਹਮਣੇ ਦੱਸਤਾ ਕਿ ਪੈਪਸੂ ਜਿਹੜਾ ਸੀਗਾ ਇਹ 7 ਸਟੇਟਾਂ ਤੋਂ ਬਣਿਆ ਸੀਗਾ ਬੇਸਿਕਲੀ ਠੀਕ ਆ 8 ਸਟੇਟਾਂ ਤੋਂ ਸੌਰੀ ਪੈਪਸੂ 'ਚ ਜਿਹੜੀਆਂ 6 ਸਟੇਟਾਂ ਸੀ ਉਹ ਰਾਜਿਆਂ ਦੀ ਸੀ 2 ਸਟੇਟਾਂ ਸਰਦਾਰਾਂ ਦੀਆਂ ਸੀ ਜਿਹੜੀਆਂ ਤੇ ਰਾਜਿਆਂ ਦੀਆਂ ਸਟੇਟਾਂ ਸੀ ਪੈਪਸੂ ਦੇ ਵਿੱਚ 6 ਉਹਨਾਂ ਨੂੰ ਤਾਂ ਤੋਪਾਂ ਦੀ ਸਲਾਮੀ ਦਿੱਤੀ ਜਾਂਦੀ ਸੀ ਤੇ 2 ਸਰਦਾਰਾਂ ਦੀਆਂ ਸਟੇਟਾਂ ਸੀ ਉਹ ਤੋਪਾਂ ਦੀਆਂ ਸਲਾਮੀਆਂ ਤੋਂ ਬਿਨਾਂ ਵਾਲੀਆਂ ਸਟੇਟਾਂ ਸੀ ਪੇਪਰ 'ਚ ਪੁੱਛਿਆ ਜਾ ਸਕਦਾ ਹੈ ਕਿ ਸਭ ਤੋਂ ਵੱਧ ਸਲਾਮੀ ਕਿਹੜੀਆਂ ਸਟੇਟ ਨੂੰ ਦਿੱਤੀ ਜਾਂਦੀ ਸੀ ਪਟਿਆਲਾ ਦੂਜੇ ਤੇ ਜੀਂਦ ਕਪੂਰਥਲਾ ਨਾਭਾ ਫਰੀਦਕੋਟ ਤੇ ਮਲੇਰਕੋਟਲਾ ਜਿਹੜੀਆਂ 2 ਤੇ ਸਟੇਟਾਂ ਨੌਨ ਸਲਿਊਟ ਸੀਗੀਆਂ ਇੱਕ ਕਲਸੀਆ ਇੱਕ ਨਾਲਾਗੜ ਪੈਪਸੂ ਬਾਰੇ ਪੜ੍ਹਦੇ ਹਾਂ ਪਰ ਕਿਤੇ ਨਾ ਕਿਤੇ ਧੋਖਾ ਖਾ ਜਾਂਦੇ ਹਾਂ ਸਾਨੂੰ ਸਲਿਊਟ ਤੇ ਨੌਨ ਸਲਿਊਟ ਸਟੇਟਾਂ 'ਚ ਹੀ ਫਰਕ ਨਹੀਂ ਪਤਾ ਲੱਗਦਾ ਹਾਂ ਕਿੰਨੀ ਤਰੀਕ ਨੂੰ ਬਣਿਆ ਉਹ ਵੀ ਮੈਂ ਦੱਸਤਾ 15 ਜੁਲਾਈ 1948 ਨੂੰ 1 ਨਵੰਬਰ 1956 ਨੂੰ ਮਰਜ ਹੋ ਗਿਆ ਫਜ਼ਲ ਅਲੀ ਕਮੇਟੀ ਦੇ ਕਹਿਣ ਤੇ ਮਰਜ ਹੋਇਆ ਤੇ ਮੈਂ ਤੁਹਾਡੀ ਜਾਣਕਾਰੀ ਲਈ ਇਹ ਵੀ ਦੱਸਦਾ ਜਦੋਂ ਪੈਪਸੂ ਪੰਜਾਬ 'ਚ ਮਰਜ ਹੋਇਆ ਫਿਰ ਪੰਜਾਬ ਮਹਾਂਪੰਜਾਬ ਬਣ ਗਿਆ ਤੇ ਪੈਪਸੂ ਦਾ ਲਾਸਟ ਮੁੱਖ ਮੰਤਰੀ ਵੀ ਦੱਸਤਾ ਪੈਪਸੂ ਦਾ ਪਹਿਲਾ ਮੁੱਖ ਮੰਤਰੀ ਵੀ ਦੱਸਤਾ 1956 'ਚ ਜਦੋਂ ਪੈਪਸੂ ਪੰਜਾਬ 'ਚ ਮਰਜ ਹੋਇਆ ਉਸ ਟਾਈਮ ਪੰਜਾਬ ਦਾ ਮੁੱਖ ਮੰਤਰੀ ਸੀ ਉਹ ਵੀ ਦੱਸਤਾ ਕਨਸੈਪਟ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਕਿ ਚੰਗੀ ਤਰ੍ਹਾਂ ਕਲੀਅਰ ਹੋ ਜਾਣ ਕਹਿੰਦੇ ਪੰਜਾਬ ਦੇ ਵਿੱਚ ਕਈ ਸਮਾਜ ਸੁਧਾਰ ਲਹਿਰਾਂ ਚੱਲੀਆਂ ਮੁਸਲਮਾਨਾਂ ਦੇ ਵਿੱਚ ਇੱਕ ਲਹਿਰ ਸੀ ਜਿਹੜੀ ਲਿਬਰਲ ਸੀ ਲਿਬਰਲ ਦਾ ਮਤਲਬ ਜ਼ਿਆਦਾਤਰ ਤੇ ਮੁਸਲਮਾਨਾਂ ਦੀਆਂ ਲਹਿਰ ਕੱਟੜਪੰਥੀ ਸੀ ਔਰਥੋਡਾਕਸ ਸੀਗੀਆਂ ਵਹਾਬੀ ਟਾਈਪ ਠੀਕ ਆ ਪਰ ਮੁਸਲਮਾਨਾਂ ਦੀ ਜਿਹੜੀ ਪੰਜਾਬ 'ਚ ਲਹਿਰ ਚੱਲੀ ਆ ਨਾ ਮੁਸਲਮਾਨਾਂ ਦੀ ਜਿਹੜੀ ਪੰਜਾਬ 'ਚ ਲਹਿਰ ਚੱਲੀ ਆ ਇੰਡੀਆ ਵਾਲੇ ਪੰਜਾਬ ਦੇ ਗੁਰਦਾਸਪੁਰ 'ਚ ਚੱਲੀ ਆ ਦੈਟ ਇਜ਼ ਅਹਿਮਦੀਆ ਮੂਵਮੈਂਟ ਤੇ ਚਲਾਉਣ ਵਾਲੇ ਦਾ ਨਾਮ ਸੀ ਮਿਰਜ਼ਾ ਗੁਲਾਮ ਅਹਿਮਦ ਉਹਨਾਂ ਨੇ ਕਾਦੀਆਂ ਤੋਂ ਇਹ ਲਹਿਰ ਚਲਾਈ ਆ ਤੇ ਇਹਦੇ ਬਾਰੇ ਖਾਸੀਅਤ ਪਤਾ ਕੀ ਆ ਗੁਲਾਮ ਅਹਿਮਦ ਮਿਰਜ਼ਾ ਆਪਣੇ ਆਪ ਨੂੰ ਖੁਦ ਮੁਹੰਮਦ ਸਾਹਿਬ ਦਾ ਰੂਪ ਦੱਸਦੇ ਸੀ ਤੇ ਬਾਕੀ ਮੁਸਲਮਾਨਾਂ ਤੋਂ ਫਿਰ ਇਹਨਾਂ ਦੇ ਸੰਬੰਧ ਤੁਹਾਨੂੰ ਪਤਾ ਹੀ ਆ ਕਿਵੇਂ ਦੇ ਹੋਣਗੇ ਠੀਕ ਆ ਸੋ ਕਾਦੀਆਂ ਤੋਂ ਚੱਲੀ ਹੋਈ ਲਹਿਰ ਤੇ ਪੇਪਰ 'ਚ ਆ ਗਿਆ ਨਾ ਕਿ ਮੁਸਲਿਮਸ ਦੀ ਕਿਹੜੀ ਲਹਿਰ ਹੇਠ ਲਿਖਿਆਂ ਦੇ ਵਿੱਚੋਂ ਲਿਬਰਲ ਆ ਖੁੱਲ੍ਹੇ ਖਿਆਲਾਂ ਵਾਲੀ ਆ ਤੇ ਇਹੀ ਆ ਸੋ ਇਹ ਪੰਜਾਬ ਦੇ ਵਿੱਚੋਂ ਚੱਲੀ ਹੋਈ ਇੱਕ ਲਹਿਰ ਆ ਬੜੀ ਇੰਪੋਰਟੈਂਟ ਆ ਤੁਹਾਡੇ ਸਾਹਮਣੇ ਇਹਦਾ ਜ਼ਿਕਰ ਕਰਤਾ ਮੈਂ ਉਸ ਤੋਂ ਬਾਅਦ ਆ ਗਿਆ ਕਹਿੰਦੇ ਜੀ ਸਿੱਖ ਗੁਰੂਆਂ ਨੂੰ ਸੀਕੁਐਂਸ 'ਚ ਲਾਓ ਇਹ ਸਵਾਲ ਕਰਾ ਕੇ ਹੁਣ ਮੈਂ ਟਾਈਮ ਨਹੀਂ ਖਰਾਬ ਕਰਨਾ ਚਾਹੁੰਦਾ ਕਿ ਪਹਿਲਾਂ ਕਿਹੜੇ ਗੁਰੂ ਹੋਏ ਆ ਬਾਅਦ 'ਚ ਕਿਹੜੇ ਹੋਏ ਆ ਸੋ PPSC ਕਦੇ ਵੀ ਸਵਾਲ ਸੌਖਾ ਜਾਂ ਔਖਾ ਵੀ ਪੁੱਛ ਸਕਦੀ ਹੈ ਅਗਲਾ ਸਵਾਲ ਉਹਨਾਂ ਨੇ ਪੁੱਛਿਆ ਕਰਤਾਰਪੁਰ ਵਾਲੀ ਬੀੜ ਨੂੰ ਲੈ ਕੇ ਠੀਕ ਆ ਕਿ ਜਿਹੜੀ ਕਰਤਾਰਪੁਰ ਵਾਲੀ ਬੀੜ ਆ ਉਹਦੀ ਕੀ ਖਾਸੀਅਤ ਆ ਠੀਕ ਆ ਦੇਖੋ ਮੈਂ ਤੁਹਾਨੂੰ ਸਟੋਰੀ ਪੂਰੀ ਸਿੱਖ ਲਿਟਰੇਚਰ 'ਚ ਪੜ੍ਹਾਈ ਹੈ ਕਿ ਗੁਰੂ ਜੀ ਨੇ ਆਦਿ ਗ੍ਰੰਥ ਦੀ ਬੀੜ ਲਿਖਵਾਈ ਭਾਈ ਗੁਰਦਾਸ ਤੋਂ ਪੰਜਵੇਂ ਗੁਰੂ ਨੇ ਆਦਿ ਗ੍ਰੰਥ ਦੀ ਬੀੜ ਭਾਈ ਗੁਰਦਾਸ ਤੋਂ ਲਿਖਵਾਈ ਇਹਨਾਂ ਨੇ ਕਿਹਾ ਭਾਈ ਬੁੱਢਾ ਜੀ ਤੋਂ ਲਿਖਵਾਈ ਪਹਿਲੀ ਗਲਤੀ ਹੋ ਗਈ ਇਹ ਜਿਹੜੀ ਬੀੜ ਆਦਿ ਗ੍ਰੰਥ ਦੀ ਲਿਖਵਾਈ ਇਸ ਤੋਂ ਬਾਅਦ ਉਸ ਬੀੜ ਨੂੰ ਕੰਪਾਇਲ ਕਰਨ ਵਾਸਤੇ ਭਾਈ ਬਾਨੋ ਜੀ ਨੂੰ ਦੇਤਾ ਉਹ ਲਾਹੌਰ ਲੈ ਗਏ ਉੱਥੋਂ ਉਹਨਾਂ ਨੇ ਇੱਕ ਹੋਰ ਕਾਪੀ ਤਿਆਰ ਕਰ ਲਈ ਇੱਕ ਉਹਨਾਂ ਦੀ ਬੀੜ ਆਦਿ ਗ੍ਰੰਥ ਵਾਲੀ ਬੀੜ ਪੰਜਵੇਂ ਗੁਰੂ ਨੂੰ ਸੌਂਪਤੀ ਤੇ ਜਿਹੜੀ ਦੂਜੀ ਬੀੜ ਸੀਗੀ ਉਹ ਮਤਲਬ ਕਿ ਆਪਣੇ ਕੋਲ ਰੱਖ ਲਈ ਉਹ ਬਾਅਦ 'ਚ ਇਹ ਲਾਹੌਰ ਤੋਂ ਖਾੜੇ ਆਪਣੇ ਪਿੰਡ ਲੈ ਗਏ ਉੱਥੋਂ ਫਿਰ ਇਹ ਕਾਨਪੁਰ ਲੈ ਗਏ ਜਿੱਥੇ ਇਹਨਾਂ ਦੇ ਅੱਜ ਅਨੁਯਾਈ ਮੰਨਦੇ ਇਹਨਾਂ ਨੂੰ ਉਹਨੂੰ ਕਹਿੰਦੇ ਆ ਭਾਈ ਬਾਨੋ ਵਾਲੀ ਬੀੜ ਜਾਂ ਕਾਨਪੁਰ ਵਾਲੀ ਬੀੜ ਜਾਂ ਖਾੜੇ ਵਾਲੀ ਬੀੜ ਇੱਕ ਬੀੜ ਓਰੀਜਨਲ ਬੀੜ ਜਿਹੜੀ ਆਦਿ ਗ੍ਰੰਥ ਉਹ ਪੰਜਵੇਂ ਗੁਰੂ ਕੋਲ ਵਾਪਸ ਚਲੇਗੀ ਉਹਨੂੰ ਹਰਿਮੰਦਰ ਸਾਹਿਬ 'ਚ ਇੰਸਟਾਲ ਕਰਵਾਤਾ ਉੱਥੇ ਬਾਬਾ ਬੁੱਢਾ ਜੀ ਨੂੰ ਪਹਿਲੇ ਹੈੱਡ ਗ੍ਰੰਥੀ ਲਾਇਆ ਪਰ ਉਹਨਾਂ ਤੋਂ ਬੀੜ ਥੋੜ੍ਹਾ ਲਿਖਵਾਈ ਸੀ ਉਹ ਬੀੜ ਬਾਅਦ 'ਚ ਪੰਜਵੇਂ ਗੁਰੂ ਤੋਂ ਛੇਵੇਂ ਗੁਰੂ ਅਤੇ ਉਸ ਤੋਂ ਬਾਅਦ ਉਸ ਬੀੜ 'ਤੇ ਛੇਵੇਂ ਗੁਰੂ ਦੇ ਇੱਕ ਵਾਰਸ ਹੋਏ ਆ ਧੀਰਮਲ ਜੀ ਉਹਨਾਂ ਨੇ ਕਬਜ਼ਾ ਕਰ ਲਿਆ ਉਸ ਬੀੜ ਨੂੰ ਉਹ ਆਪਣੇ ਨਾਲ ਆਪਣੇ ਗੁਰਦੁਆਰੇ ਲੈ ਗਏ ਜਿਹੜਾ ਕਿ ਥੰਬ ਸਾਹਿਬ ਕਰਤਾਰਪੁਰ 'ਚ ਓਰੀਜਨਲ ਬੀੜ ਅੱਜ ਵੀ ਸਿੱਖਾਂ ਦੀ ਥੰਬ ਸਾਹਿਬ 'ਚ ਪਈ ਆ ਕਰਤਾਰਪੁਰ ਵਾਲੀ ਬੀੜ ਦੇ ਨਾਮ ਨਾਲ ਜਾਣੀ ਜਾਂਦੀ ਆ ਉਸੇ ਬੀੜ ਤੋਂ ਹੀ ਬਾਅਦ 'ਚ ਦਸਵੇਂ ਗੁਰੂ ਨੇ ਬਾਣੀ ਨੂੰ ਲਿਖਵਾਇਆ ਅਤੇ ਉਹਦੇ 'ਚ ਨੌਵੇਂ ਗੁਰੂ ਦੀ ਬੀੜ ਬਾਣੀ ਐਡ ਕਰਕੇ ਗੁਰੂ ਗ੍ਰੰਥ ਸਾਹਿਬ ਬਣਾਇਆ ਪਰ ਜਿਹੜੀ ਕਰਤਾਰਪੁਰ ਵਾਲੀ ਬੀੜ ਆ ਉਹ ਆਦਿ ਗ੍ਰੰਥ ਆ ਜਿਹੜਾ ਭਾਈ ਗੁਰਦਾਸ ਤੋਂ ਲਿਖਵਾਇਆ ਸੀ ਅਤੇ ਜਿਹੜਾ ਲਿਖਤੀ ਰੂਪ ਵਿੱਚ 1428 ਅੰਗਾਂ ਦਾ ਸੀਗਾ
ਤੇ ਜਿਹੜੇ ਓਰੀਜਨਲ ਗ੍ਰੰਥ ਆ ਉਹ ਅੱਜ ਵੀ ਕਈ ਵਾਰੀ 1428 ਪੰਨਿਆਂ 'ਚ ਹੀ ਛਪਦੇ ਆ। ਸੋ ਇਹ ਕਹਾਣੀ ਸਾਨੂੰ ਚੰਗੀ ਤਰ੍ਹਾਂ ਪਤਾ ਹੋਣੀ ਚਾਹੀਦੀ ਹੈ, ਠੀਕ ਆ। ਸੋ ਕਹਿੰਦੇ ਗੁਰੂ ਗੋਬਿੰਦ ਸਿੰਘ ਨੇ ਇੱਕ ਵੱਖਰਾ ਸੈਪਰੇਟ ਦਸਮ ਗ੍ਰੰਥ ਲਿਖਵਾਇਆ ਸੀਗਾ ਭਾਈ ਗੁਰਦਾਸ ਤੋਂ, ਬਿਲਕੁਲ ਗਲਤ। ਗੁਰੂ ਜੀ ਨੇ ਜਿਹੜਾ ਆਪਣਾ ਗ੍ਰੰਥ ਅਤੇ ਗੁਰੂ ਗ੍ਰੰਥ ਸਾਹਿਬ ਆ ਜਿਹੜੇ ਆਦਿ ਗ੍ਰੰਥ ਤੋਂ ਦੇਖ ਕੇ ਕੰਪਲੀਟ ਕਰਵਾਇਆ ਸੀ ਗੁਰੂ ਗ੍ਰੰਥ ਸਾਹਿਬ, ਅਤੇ ਆਪਣਾ ਵੱਖਰਾ ਗ੍ਰੰਥ ਲਾਇਆ ਲਿਖਾਇਆ ਸੀ ਜਿਹੜਾ, ਉਹ ਦੋਵੇਂ ਗ੍ਰੰਥ ਭਾਈ ਮਣੀ ਸਿੰਘ ਤੋਂ ਲਿਖਵਾਏ ਸੀ ਅਤੇ ਉਹਨਾਂ ਦੇ ਅਸਿਸਟੈਂਟ ਭਾਈ ਦੀਪ ਸਿੰਘ ਤੋਂ, ਨਾ ਕਿ ਭਾਈ ਗੁਰਦਾਸ ਤੋਂ। ਸੋ ਪਹਿਲੀ ਆਪਸ਼ਨ ਵੀ ਗਲਤ ਹੋ ਗਈ ਅਤੇ ਦੂਜੀ ਆਪਸ਼ਨ ਵੀ। ਸਿੱਖ ਲਿਟਰੇਚਰ 'ਚ ਜਾ ਕੇ ਪੜ੍ਹਿਓ, ਇਹ ਸਾਰਾ ਕੁਝ ਦੱਸਿਆ ਕਿ ਥੰਬ ਸਾਹਿਬ ਕੀ ਆ, ਸਾਰੇ ਗੁਰਦੁਆਰਿਆਂ ਦਾ ਜ਼ਿਕਰ ਉੱਥੇ ਪ੍ਰੋਪਰਲੀ ਹੋਇਆ ਹੋਇਆ ਹੈ। ਨੈਕਸਟ, ਉਸ ਤੋਂ ਬਾਅਦ ਅਗਲਾ ਸਵਾਲ ਆ ਗਿਆ ਕਿ ਰਣਜੀਤ ਸਿੰਘ ਦੀ ਡੈਥ ਤੋਂ ਇੱਕ ਸਾਲ ਪਹਿਲਾਂ ਰਣਜੀਤ ਸਿੰਘ ਨੇ ਅਫਗਾਨਿਸਤਾਨ 'ਤੇ ਹਮਲਾ ਕਰਨ ਵਾਸਤੇ ਇੱਕ ਸਮਝੌਤਾ ਕੀਤਾ ਸੀ ਕਿਹਦੇ ਨਾਲ? ਤਿੰਨ ਪਾਰਟੀਆਂ ਦਾ ਸਮਝੌਤਾ ਸੀ, ਸਿੱਖਾਂ ਵੱਲੋਂ ਰਣਜੀਤ ਸਿੰਘ, ਅਫਗਾਨਾਂ ਵੱਲੋਂ ਸੂਜਾ ਸ਼ਾਹ ਅਤੇ ਅੰਗਰੇਜ਼ਾਂ ਵੱਲੋਂ ਔਕਲੈਂਡ। ਹਰਾਉਣਾ ਕਿਹਨੂੰ ਸੀ? ਹਰਾਉਣਾ ਸੀ ਅਫਗਾਨਿਸਤਾਨ ਦੇ ਰੂਲਰ ਦੋਸਤ ਮੁਹੰਮਦ ਖਾਨ ਨੂੰ। ਉਹਦੇ ਖਿਲਾਫ ਇਹਨਾਂ ਤਿੰਨਾਂ ਨੇ ਸਮਝੌਤਾ ਕੀਤਾ ਸੀ ਜਿਹਨੂੰ ਕਹਿੰਦੇ ਆ ਟ੍ਰਾਈ ਪਾਰਟੀ ਸਮਝੌਤਾ। ਸੋ ਉਹਦੇ 'ਚ ਪੁੱਛਿਆ ਗਿਆ ਹੈ ਕਿ ਕੌਣ ਪਾਰਟੀ ਨਹੀਂ ਸੀ, ਬ੍ਰਿਟਿਸ਼ ਗੌਰਮੈਂਟ ਵੀ ਪਾਰਟੀ ਸੀ, ਰਣਜੀਤ ਸਿੰਘ ਵੀ, ਸੂਜਾ ਸ਼ਾਹ ਵੀ, ਉਹ ਆਹ ਪਾਰਟੀ ਕਿਵੇਂ ਹੋ ਸਕਦਾ, ਇਹਦੇ ਤਾਂ ਅਗੇਂਸਟ ਸੀਗਾ। ਸੋ ਦੋਸਤ ਮੁਹੰਮਦ ਖਾਨ ਰਣਜੀਤ ਉਹਦੇ 'ਚ ਸਮਝੌਤਾ ਉਹ ਨਹੀਂ ਸੀਗਾ। ਰਣਜੀਤ ਸਿੰਘ ਦੀ ਜ਼ਿੰਦਗੀ 'ਚ ਤਿੰਨ ਚਾਰ ਸਮਝੌਤੇ ਹੋਏ ਆ, 1806, 1809, 1831 ਅਤੇ 1838। ਆਹ ਸਮਝਾਤਾ 1806 'ਚ ਰਣਜੀਤ ਸਿੰਘ ਅਤੇ ਉਸ ਟਾਈਮ ਦਾ ਆਪਣਾ ਜਿਹੜਾ ਉੱਥੋਂ ਦਾ ਸੀਗਾ ਆਪਣਾ ਕਪੂਰਥਲੇ ਦਾ ਰਾਜਾ ਸੀਗਾ ਆਪਣਾ ਫਤਿਹ ਸਿੰਘ ਆਲੂਵਾਲੀਆ, ਇਹਨਾਂ ਦੋਵਾਂ ਨੇ ਅੰਗਰੇਜ਼ਾਂ ਨਾਲ ਸਮਝੌਤਾ ਕੀਤਾ ਸੀ ਲਾਰਡ ਲੇਕ ਦੀ ਅਧਿਅਕਸ਼ਤਾ 'ਚ। ਫਰੈਂਡਸ਼ਿਪ ਲਿਟਰੀ, ਤੁਹਾਡਾ ਦੋਸਤ ਸਾਡਾ ਦੋਸਤ, ਤੁਹਾਡਾ ਦੁਸ਼ਮਣ ਸਾਡਾ ਦੁਸ਼ਮਣ ਅਤੇ ਵਾਈਸ ਵਰਸਾ। 1809 'ਚ ਰਣਜੀਤ ਸਿੰਘ ਨੇ ਅੰਗਰੇਜ਼ਾਂ ਨਾਲ ਸਮਝੌਤਾ ਕੀਤਾ ਸੀ ਟ੍ਰੀਟੀ ਆਫ ਅੰਮ੍ਰਿਤਸਰ, ਉੱਪਰਲਾ ਸੀ ਟ੍ਰੀਟੀ ਆਫ ਲਾਹੌਰ, ਅੰਮ੍ਰਿਤਸਰ, ਇਹ ਸਮਝੌਤਾ ਕੀਤਾ ਸੀ ਮੈਟਕਲੈਫੇ ਦੀ ਸਲਾਹ 'ਚ ਆ ਕੇ, ਚਾਰਲਸ ਮੈਟਕਲੈਫੇ ਦੀ। ਇਸ ਸਮਝੌਤੇ 'ਚ ਰਣਜੀਤ ਸਿੰਘ ਨੇ ਕਿਹਾ ਸੀ ਸਤਲੁਜ ਪਾਰ ਅੰਮ੍ਰਿਤਸਰ ਵਾਲੇ ਪਾਸੇ ਪੰਜਾਬ, ਇੱਧਰਲੇ ਪਾਸੇ ਅੰਗਰੇਜ਼। ਸੋ ਇਹਨੂੰ ਕਹਿੰਦੇ ਅੰਮ੍ਰਿਤਸਰ ਦਾ ਸਮਝੌਤਾ। ਫਿਰ ਉਸ ਤੋਂ ਬਾਅਦ ਰਣਜੀਤ ਸਿੰਘ ਨੇ ਤੀਜਾ ਸਮਝੌਤਾ ਕੀਤਾ ਟ੍ਰੀਟੀ ਆਫ ਰੂਪਨਗਰ, ਇਹਦੇ 'ਚ ਕਿਹਾ ਕਿ ਜੋ ਵੀ ਆਪਣਾ ਬਾਰਡਰ ਏਰੀਆ ਸ਼ੇਖਪੁਰਾ, ਇੱਕ ਦੋ ਪਿੰਡਾਂ ਦਾ ਰੌਲਾ ਸੀਗਾ, ਛੋਟੇ ਛੋਟੇ ਪਿੰਡਾਂ ਦਾ, ਵਿਲੀਅਮ ਬੈਂਟਿਕ ਦੇ ਨਾਲ ਬੈਠ ਕੇ ਉਸ ਟਾਈਮ ਦੇ ਗਵਰਨਰ ਜਨਰਲ ਨਾਲ ਬੈਠ ਕੇ, ਵੈਸੇ ਹੀ ਇੱਕ ਰੋਪੜ 'ਚ ਬਰਗਦ ਦੇ ਰੁੱਖ ਥੱਲੇ ਬੈਠ ਕੇ ਇੱਕ ਸਮਝੌਤਾ ਕੀਤਾ ਸੀ ਜਿਹਦੇ 'ਚ ਕੋਈ ਵੱਡੀ ਬਾਉਂਡਰੀ ਫਿਕਸ ਨਹੀਂ ਹੋਈ, ਪਿੰਡਾਂ ਦੀ ਸੈਟਲਮੈਂਟ ਕੀਤੀ ਸੀ, ਉਹਨੂੰ ਕਹਿੰਦੇ ਆ ਰੂਪਨਗਰ ਦਾ ਸਮਝੌਤਾ, ਰੋਪੜ ਦਾ ਸਮਝੌਤਾ। ਚੌਥਾ ਸਮਝੌਤਾ ਟ੍ਰਾਈ ਪਾਰਟੀ ਸਮਝੌਤਾ, ਜਿਹੜਾ ਮੈਂ ਤੁਹਾਨੂੰ ਸਮਝਾਈ ਚੁੱਕਿਆ, ਕਿਸੇ ਨੂੰ ਕੋਈ ਡਾਊਟ ਰਹਿਣੀ ਨਹੀਂ ਚਾਹੀਦੀ ਇਹਦੇ 'ਚ। ਨੈਕਸਟ ਆ ਗਿਆ ਕਿ ਅਮਰਤਾ ਪ੍ਰੀਤਮ ਨੇ ਸਾਹਿਤ ਅਕੈਡਮੀ ਅਵਾਰਡ ਮਿਲਿਆ ਹੈ, ਦੱਸੋ ਕਿਹਦੇ ਵਾਸਤੇ? ਸੁਨੇੜੇ ਵਾਸਤੇ। ਤੁਸੀਂ ਕਹੋਗੇ ਇਹਨੂੰ ਐਕਸਪਲੇਨ ਕਿਉਂ ਨਹੀਂ ਕੀਤਾ, ਉੱਪਰ ਐਕਸਪਲੇਨ ਹੀ ਕਰਕੇ ਆਇਆ ਸੀ ਮੈਂ ਕਿ ਜਨਰਲਪ੍ਰੀਤ ਕਿਹਦੇ ਲਈ ਮਿਲਿਆ ਹੈ ਅਤੇ ਆਪਣਾ ਸਾਹਿਤ ਅਕੈਡਮੀ ਕਿਹਦੇ ਵਾਸਤੇ ਮਿਲਿਆ ਹੈ। ਨੈਕਸਟ, ਉਸ ਤੋਂ ਬਾਅਦ ਆਪਣੇ ਕੋਲ ਆ ਗਿਆ ਅਗਲਾ ਸਵਾਲ, ਠੀਕ ਆ। ਕਹਿੰਦੇ ਸੋਰੀ, ਆਹ ਸਵਾਲ ਗਲਤ ਹੋ ਗਿਆ। ਅੰਮ੍ਰਿਤਸਰ ਦੀ ਸੰਧੀ 1809 'ਚ ਰਣਜੀਤ ਸਿੰਘ ਅਤੇ ਬ੍ਰਿਟਿਸ਼ ਹਕੂਮਤ 'ਚ ਹੋਈ ਆ, ਉਹ ਇਹਨਾਂ 'ਚੋਂ ਕਿੰਨੇ ਕਰਵਾਈ ਆ? ਚਾਰਲਸ ਥਿਓਪਿੰਸ, ਲਾਰਡ ਮਿੰਟੋ, ਕਰਨਲ ਕੋਲਨੀ ਕਿ ਵਿਲੀਅਮ ਬੈਂਟਿਕ? 1809 ਦਾ ਸਮਝੌਤਾ ਕਰਾਇਆ ਚਾਰਲਸ ਥਿਓਪਿਨ ਮੈਟਕਲੈਫੇ ਨੇ, ਇਹਦਾ ਪੂਰਾ ਨਾਮ ਇਹੀ ਆ, ਚਾਰਲਸ ਥਿਓਪਿਨਸ ਮੈਟਕਲੈਫੇ। ਉਹ PPSC ਆ, ਕੁਛ ਵੀ ਕਰ ਸਕਦੀ ਆ, ਮੈਟਕਲੈਫੇ ਦਾ ਨਾਂ ਹੀ ਨਹੀਂ ਪੂਰਾ ਪਾਇਆ, ਠੀਕ ਆ। ਸੋ ਸਾਨੂੰ ਇੱਕ ਗੱਲ ਚੰਗੀ ਤਰ੍ਹਾਂ ਪਤਾ ਹੋਣੀ ਚਾਹੀਦੀ ਹੈ, ਮੈਂ ਸਮਝੌਤੇ ਵੀ ਦੱਸਦੇ ਆ ਪੇਪਰ 'ਚ ਆਊਗਾ। 1806 ਦਾ ਲਾਹੌਰ ਦਾ ਸਮਝੌਤਾ ਕਿੰਨੇ ਕਰਵਾਇਆ ਸੀ? ਲਾਰਡ ਲੇਕ ਨੇ। ਸੋ ਐਵੇਂ ਦੇ ਸਵਾਲ ਵੀ ਆਪਾਂ ਨੂੰ ਪੇਪਰ 'ਚ ਰਣਜੀਤ ਸਿੰਘ ਨਾਲ ਸੰਬੰਧਿਤ ਜਿਹੜੇ ਆ ਜੀ ਉਹ ਆ ਸਕਦੇ ਆ, ਠੀਕ ਆ। ਸੋ ਉਮੀਦ ਕਰਦਾ ਕਿ ਜੇ ਬਾਈ ਚਾਂਸ ਕੋਈ ਵੀ ਇਹ ਆਪਣਾ ਸਭ ਤੋਂ ਪਹਿਲਾ ਕੰਸੈਪਟ ਉਹ ਸੀਗਾ ਟੌਪਿਕ ਆਪਾਂ ਕਰ ਕੀ ਰਹੇ ਹਾਂ, ਆਪਾਂ ਕਰ ਰਹੇ ਹਾਂ PPSC ਦੇ PCS ਦੇ ਜਿਹੜੇ ਰਜਿਸਟ ਐਗਜੈਕਟਿਵ ਬ੍ਰਾਂਚ ਦੇ ਪੇਪਰ ਹੋਏ ਆ ਉਹਨਾਂ ਨੂੰ ਸੋਲਵ, ਠੀਕ ਆ। ਇਹਦੇ 'ਚ ਕੀ ਕੀਤਾ ਜਾ ਰਿਹਾ ਹੈ, ਸਟੈਪ ਬਾਏ ਸਟੈਪ ਇੱਕ ਇੱਕ ਸਬਜੈਕਟ ਚੱਕਿਆ ਜਾ ਰਿਹਾ ਹੈ। ਤਿੰਨ ਹੀ ਪੇਪਰ ਹੋਏ ਆ 14, 17 ਅਤੇ 18 'ਚ, ਉਹਨਾਂ ਦੇ ਜਿੰਨੇ ਵੀ ਕੁਐਸਚਨਸ ਆਏ ਆ ਸਬਜੈਕਟ ਵਾਈਜ਼ ਟਾਰਗੇਟ ਕੀਤੇ ਜਾਣਗੇ। ਸੋ ਪਹਿਲਾ ਲੈਕਚਰ ਸੀ ਪੰਜਾਬ ਨਾਲ ਸੰਬੰਧਿਤ, ਉਮੀਦ ਕਰਦਾ ਕਿ ਸਮਝ ਆਇਆ ਹੋਊਗਾ। ਅੱਜ ਵਾਸਤੇ ਇੰਨਾ ਹੀ ਬਹੁਤ ਆ, ਧੰਨਵਾਦ।